ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਆਪਣੀ ਵਿਸ਼ੇਸ਼ ਇਕੱਤਰਤਾ ਹੈ ਉਹ 6 ਜੂਨ 1984 ਦਾ ਉਹ ਤੀਸਰਾ ਘੱਲੂਘਾਰਾ ਜੋ ਹਰ ਸਾਲ ਆਪਾਂ ਦਮਦਮੀ ਟਕਸਾਲ ਦੇ ਮੁੱਖ ਇਸ ਕੇਂਦਰੀ ਸਥਾਨ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਆਪ ਸਾਰੇ ਇਲਾਕੇ ਦੀ ਪੰਜਾਬ ਭਰ ਦੀ ਦੁਨੀਆ ਭਰ ਦੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਬੜੇ ਉਤਸ਼ਾਹ ਦੇ ਨਾਲ ਆਪਾਂ ਮਨਾਉਂਦੇ ਹਾਂ। ਔਰ ਕੇਵਲ ਕੱਲ੍ਹ ਦਾ ਦਿਨ ਹੈ, ਪਰਸੋਂ ਤੋਂ 1 ਜੂਨ ਤੋਂ ਆਪਣੇ ਇਸ ਸਥਾਨ 'ਤੇ ਸ਼ਹੀਦੀ ਘੱਲੂਘਾਰੇ ਹਫ਼ਤੇ ਦੇ ਸਮਾਗਮਾਂ ਦੀ ਆਰੰਭਤਾ ਹੋ ਜਾਣੀ ਹੈ। ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋਇਆ ਕਰਨਗੇ, ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਕਰਨਗੇ, ਉਪਰੰਤ ਕਥਾ ਹੋਇਆ ਕਰੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ
ਕਿ ਇੱਕ ਤਾਂ ਆਪਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਦੇ ਜਿੰਨੇ ਵੀ ਸਾਰੇ ਸ਼ਹੀਦੀ ਸਮਾਗਮ ਹਨ, ਉਹਨਾਂ ਵਿੱਚ ਸਾਰੇ ਇਲਾਕੇ ਵਿੱਚੋਂ ਆਪ ਵੀ ਅਤੇ ਨਾਲ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਆਪਣੇ ਨਾਲ ਲੈ ਕੇ ਆਉਣ ਦੀ ਸਾਰਿਆਂ ਨੇ ਕਿਰਪਾਲਤਾ ਕਰਨੀ ਹੈ। ਦੂਸਰਾ ਜੋ ਆਪਾਂ ਮੁੱਖ ਵੱਡਾ ਸ਼ਹੀਦੀ ਸਮਾਗਮ 6 ਜੂਨ ਵਾਲਾ ਹੈ, ਉਸ ਸ਼ਹੀਦੀ ਸਮਾਗਮ ਵਿੱਚ ਲੰਗਰਾਂ ਦੀ, ਛਬੀਲਾਂ ਦੀ ਜੋ ਸੇਵਾ ਲੱਗਣੀ ਹੈ, ਪਾਰਕ ਆਪਾਂ ਹੋਈ ਹੈ, ਕਿਉਂਕਿ ਸਾਰਾ ਸਮਾਗਮ ਦਮਦਮੀ ਟਕਸਾਲ ਟੀਵੀ ਚੈਨਲ ਉੱਤੇ ਵੀ ਲਗਾਤਾਰ ਸੰਗਤਾਂ ਨੂੰ ਦਿਖਾਇਆ ਜਾਏਗਾ, ਔਰ ਬਲਕਿ ਪਿਛਲੇ ਸਮਾਗਮ ਵੀ ਔਰ ਹੁਣ ਵਾਲੇ ਵੀ ਸਮਾਗਮ ਇਸ ਚੈਨਲ ਉੱਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹੈ, ਔਰ 6 ਜੂਨ ਦਾ ਸਮਾਗਮ ਇੰਟਰਨੈਸ਼ਨਲ ਪੱਧਰ 'ਤੇ ਸਾਰੀ ਦੁਨੀਆ ਵਿੱਚ ਸਾਰਾ ਦਿਨ ਲਾਈਵ ਹੋਣਾ ਅਤੇ ਲੱਖਾਂ ਹੀ ਸੰਗਤਾਂ ਇਸ ਸਮਾਗਮ ਨਾਲ ਜੁੜਦੀਆਂ ਹਨ। ਦੁਨੀਆ ਭਰ ਵਿੱਚ ਬੈਠੀਆਂ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ ਵੀ ਬੈਠ ਕੇ ਇਸ ਸਮਾਗਮ ਦਾ ਪ੍ਰਸਾਰਣ ਆਪਣੀਆਂ ਅੱਖਾਂ ਨਾਲ ਸੰਗਤਾਂ ਵੇਖਦੀਆਂ ਹਨ, ਦਰਸ਼ਨ ਕਰਦੀਆਂ ਹਨ, ਮਨ ਕਰਕੇ ਇੱਥੇ ਉਹਨਾਂ ਨੇ ਆਪਣੀ ਹਾਜ਼ਰੀ ਦੇਣੀ ਹੁੰਦੀ ਹੈ। ਸੋ ਸੰਗਤਾਂ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਆ ਰਹੀਆਂ ਹਨ 6 ਜੂਨ ਵਾਲੇ ਮੁੱਖ ਸਮਾਗਮ ਵਿੱਚ। ਉਸ ਲਈ ਆਪਣੇ ਇਲਾਕੇ ਦੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੰਗਰਾਂ ਵਿੱਚ ਕੋਈ ਕਮੀ ਘਾਟ ਨਾ ਸੰਗਤਾਂ ਦੀ ਸੇਵਾ ਵਿੱਚ ਆਏ, ਔਰ ਜਲ ਛਕਾਉਣ ਦੀ ਛਬੀਲਾਂ ਦੁਆਰਾ ਜੋ ਸੇਵਾ ਉਹਦੇ ਵਿੱਚ ਕਮੀ ਨਾ ਆਏ, ਜੋੜੇ ਸੰਭਾਲਣ ਦੀ ਸੇਵਾ ਵਿੱਚ ਆਈਆਂ ਸੰਗਤਾਂ ਨੂੰ ਸਨਮਾਨ ਦੇਣਾ, ਮਾਣ ਦੇਣਾ, ਸਤਿਕਾਰ ਕਰਨਾ, ਪਹਿਲ ਦੇ ਆਧਾਰ 'ਤੇ ਆਈ ਸੰਗਤ ਦਾ ਹਰ ਪੱਖ ਤੋਂ ਖਿਆਲ ਰੱਖਣਾ, ਇਹ ਆਪਣੀ ਸਾਰੇ ਇਲਾਕੇ ਦੀ ਜ਼ਿੰਮੇਵਾਰੀ ਹੈ। ਬਲਕਿ ਜਿਨ੍ਹਾਂ ਸੰਗਤਾਂ ਨੇ 4-5 ਇਹ 2 ਦਿਨ ਦੀਆਂ ਰਾਤਾਂ ਵੀ ਆਪਣੇ ਇਸ ਅਸਥਾਨ 'ਤੇ ਹਾਜ਼ਰੀ ਭਰ ਕੇ ਜਿਨ੍ਹਾਂ ਨੇ ਆਪਣਾ ਸਮਾਂ ਗੁਜ਼ਾਰਨਾ ਹੈ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ, ਉਹਨਾਂ ਲਈ ਆਪਾਂ ਨੂੰ ਰਹਿਣ ਵਾਸਤੇ ਭਾਵੇਂ ਕਿ ਆਪਣੇ ਪਾਸ ਪ੍ਰਬੰਧ ਜ਼ਰੂਰ ਹਨ ਪਰ ਇਤਨੇ ਵੀ ਪ੍ਰਬੰਧ ਨਹੀਂ ਹਨ ਕਿ ਵੱਡੀ ਗਿਣਤੀ ਵਿੱਚ ਆਪਾਂ ਸੰਭਾਲ ਸਕੀਏ। ਮਹਿਤੇ ਨਗਰ ਦੀ, ਚੌਂਕ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਵਿੱਚ ਇਹ ਇੰਤਜ਼ਾਮ ਜ਼ਰੂਰ ਕਰੋ ਤਾਂ ਕਿ ਹਰ ਪਰਿਵਾਰ ਕੋਈ 2 ਜੀ ਕੋਈ 4 ਸੰਗਤਾਂ ਦੇ ਸਰੀਰਾਂ ਨੂੰ ਲੋੜ ਪੈਣ 'ਤੇ ਆਪੋ ਆਪਣੇ ਘਰਾਂ ਵਿੱਚ ਆਪਾਂ ਸਨਮਾਨ ਸਤਿਕਾਰ ਨਾਲ ਰੱਖ ਸਕੀਏ, ਉਹਨਾਂ ਦੀ ਸੇਵਾ ਕਰ ਸਕੀਏ। ਇਹ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਖਿਆਲ ਰੱਖਣਾ।
ਔਰ ਅੱਜ ਦੀ ਇਕੱਤਰਤਾ ਨੂੰ ਆਪਾਂ ਲੰਮੀ ਨਾ ਬਹੁਤੀ ਲੈ ਕੇ ਜਾਈਏ। ਸੀਮਤ ਬੁਲਾਰਿਆਂ ਨੂੰ ਆਪਾਂ ਦੋ ਦੋ ਮਿੰਟ ਦੀ ਮੈਂ ਬੇਨਤੀ ਕਰਾਂਗਾ ਆਪਣੇ ਸੁਝਾਅ ਔਰ ਆਪਣੇ ਵੱਲੋਂ ਲੈਣ ਵਾਲੀਆਂ ਸੇਵਾਵਾਂ ਦਾ ਜ਼ਿਕਰ ਕਰਕੇ ਦੋ ਦੋ ਮਿੰਟਾਂ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਆਪਣੇ ਸੁਝਾਅ ਦੇਣ ਔਰ ਨਾਲ ਨਾਲ ਆਪਾਂ ਸਾਰਿਆਂ ਦੀ ਡਿਊਟੀ ਲਾਵਾਂਗੇ। ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ। ਜਿਓ ਆਇਆਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਆਓ ਸਾਰੇ ਬੜੇ ਪ੍ਰੇਮ ਨਾਲ ਆਪਾਂ ਮਿਲ ਕੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੀ ਨਿਰਦੇਸ਼ਨਾ ਮੁਤਾਬਕ, ਉਹਨਾਂ ਦੇ ਹੁਕਮ ਮੁਤਾਬਕ, ਜਿਵੇਂ ਪਹਿਲੇ ਵੀ ਆਪ ਜੀ ਨੂੰ ਬੇਨਤੀ ਕੀਤੀ ਹੈ, ਸੇਵਾ ਚਾਅ ਨਾਲ, ਖੁਸ਼ੀ ਨਾਲ, ਸਮਰੱਥਾ ਮੁਤਾਬਕ, ਜੋ ਵੱਧ ਤੋਂ ਵੱਧ ਕਪੈਸਿਟੀ ਹੈ ਉਹਦੇ ਮੁਤਾਬਕ ਲੈਣੀ ਆ ਅਤੇ ਫਿਰ ਉਹ ਕਰਨੀ ਆ ਅਤੇ ਸਵਾਏ ਰੂਪ 'ਚ ਕਰਨੀ। ਸਵਾਏ ਤੋਂ ਇਹ ਸੁਭਾਵ ਆ, ਜੇ ਕਈ ਸੌ ਆ ਤਾਂ 125% ਨਿਕਲੇ। ਅਤੇ ਦੂਸਰਾ ਇਹ ਆ, ਬੜੇ ਹੀ ਆਈ ਸੰਗਤ ਨੂੰ ਸੇਵਾ ਭਾਵਨਾ, ਟਹਿਲ ਸੇਵਾ, ਛਬੀਲਾਂ, ਖਾਸ ਤੌਰ 'ਤੇ ਧੁੱਪ ਦਾ, ਗਰਮੀ ਦਾ ਸੀਜ਼ਨ ਹੋਣ ਦੇ ਨਾਤੇ ਇਹਦਾ ਧਿਆਨ ਦੇਈਏ। ਅਤੇ ਬਾਕੀ ਚਾਰ ਪੰਜ ਗੱਲਾਂ ਮਹਾਂਪੁਰਖਾਂ ਨੇ ਕਹਿ ਦਿੱਤੀਆਂ ਵੀ ਅਸੀਂ ਦੋ ਦੋ ਮਿੰਟ ਤੋਂ ਬਾਅਦ ਸਮਾਂ ਨਹੀਂ ਲੈਣਾ। ਬੈਠੇ ਵੀ ਇਸ਼ਾਰੇ ਨਾਲ ਕਹਿ ਦਈਏ ਸਾਡੀ ਆਹ ਸੇਵਾ ਵਾ, ਇੱਥੇ ਆ ਕੇ ਆ, ਇੱਥੇ ਆ ਕੇ ਕਦੇ ਵੀ ਦੋ ਮਿੰਟ ਮੀਨਜ਼ ਇੱਕ ਮਿੰਟ ਅਤੇ 50 ਸਕਿੰਟ ਹੀ ਆ। ਇਸ ਲਈ ਮੈਂ ਆਪ ਵੀ ਸਮਾਂ ਬਹੁਤਾ ਨਹੀਂ ਲੈਂਦਾ। ਮਹਾਂਪੁਰਖਾਂ ਨੇ ਸਭ ਦਾ ਸਤਿਕਾਰ ਕੀਤਾ, ਸਭ ਨੂੰ ਜੀਆਂ ਆਖਿਆ। ਉਹਨਾਂ ਨੇ ਜਦ ਸਭ ਨੂੰ ਜੀਆਂ ਆਖਿਆ ਹੈ ਤਾਂ ਇਹ ਰੱਬੀ ਰੂਪ 'ਚ ਜੀਆਂ ਹੋ ਗਿਆ। ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਮੈਂ ਲਾਸਟ ਈਅਰ ਜੋ ਸੀ ਨਾ ਚੱਲਦਾ ਸਾਡਾ ਆਧਾਰ, ਜਿਸ ਚੀਜ਼ ਨੂੰ ਆਧਾਰ ਬਣਾ ਕੇ ਅੱਗੇ ਚੱਲਣਾ, ਮੈਂ ਬੋਲ ਦੇਣ ਲੱਗਾ ਇੱਕ ਵਾਰ ਤਾਂ ਕਿ ਆਪ ਜੀ ਨੂੰ ਲੱਗ ਜੇ ਪਤਾ ਕਿ ਪਹਿਲੇ ਆ ਸੀ ਅਤੇ ਇਹਦੇ 'ਚ ਅਸੀਂ ਕੀ ਵਾਅਦਾ ਕਰਨਾ। ਗੁਰੂ ਕੇ ਲੰਗਰ 5 ਲੱਗੇ ਸਨ ਲਾਸਟ ਈਅਰ। ਮੁੱਖ ਲੰਗਰ ਹਾਲ ਗੁਰਦੁਆਰਾ ਸਾਹਿਬ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਤਰਨਾ ਦਲ, ਉਹਨਾਂ ਦੀ ਅਗਵਾਈ 'ਚ। ਦੂਸਰਾ ਸੰਤ ਬਾਬਾ ਬਲਵਿੰਦਰ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਹਰਚੋਵਾਲ ਅਤੇ ਸਮੂਹ ਸੰਗਤ, ਇਹ ਸੰਤ ਮਹਾਂਪੁਰਖਾਂ ਲਈ ਉਚੇਚਾ ਸੀ ਸੇਵਾ ਪਮਟੈਲ ਉਸ ਰੂਪ ਵਿੱਚ, ਅਤੇ ਭਾਈ ਬਲਵਿੰਦਰ ਸਿੰਘ ਜੀ ਗੁਰਮਤਿ ਸਹਿ ਸਦਮ, ਇਹ ਦੋ ਮੁੱਖ ਸਨ। ਅਤੇ ਜੋ ਬਾਹਰ ਲੱਗੇ ਸਨ ਜਥੇਦਾਰ ਜਤਿੰਦਰ ਸਿੰਘ ਜੀ ਲੱਦਾ ਮੁੰਡਾ, ਜਥੇਦਾਰ ਤਰਸੇਮ ਸਿੰਘ ਜੀ ਤਾਰਪੁਰਾ, ਜਥੇਦਾਰ ਰਾਜਵੀਰ ਸਿੰਘ ਜੀ ਉਦੋ ਨੰਗਲ, ਸਰਦਾਰ ਤਜਿੰਦਰਪਾਲ ਸਿੰਘ ਜੀ ਲਾਡੀ, ਸਰਦਾਰ ਮਨਜੀਤ ਸਿੰਘ ਜੀ ਮੰਨਾ, ਸਰਦਾਰ ਬਲਵਿੰਦਰ ਸਿੰਘ ਜੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ। ਇਹਨਾਂ ਤੋਂ ਬਾਅਦ ਫਿਰ ਸਨ ਚਾਹ ਅਤੇ ਪਕੌੜਿਆਂ ਦੇ ਲੰਗਰ।
ਬੜੀ ਸ਼ਰਧਾ ਨਾਲ ਅਤੇ ਬੜੀ ਵਧੀਆ ਸਵਾਦੀ। ਉਹ ਸਨ ਬਾਬਾ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਵਾਲੇ, 1 ਤੋਂ 6 ਜੂਨ ਤੱਕ ਲਗਾਤਾਰ ਉਹਨਾਂ 6 ਦਿਨ ਚਲਾਏ ਲਗਾਤਾਰ, ਔਰ ਸੰਗਤ ਦੇ ਹੱਥ ਖੜ੍ਹੇ ਕਰਕੇ ਸ਼ਾਮ ਨੂੰ ਇਹ ਲੰਗਰ ਸਮਾਪਤ ਹੁੰਦੇ ਰਹੇ ਆ। ਦੂਜਾ ਸੀ ਸਮੂਹ ਸਾਧ ਸੰਗਤ ਪਿੰਡ ਦਿਓ ਦੀ, ਅਤੇ ਨਾਲ ਸਹਿਯੋਗ ਦਿੱਤਾ ਸੀ ਬੰਬੀ ਦੇ ਮੋੜ 'ਤੇ ਸਤਨਾਮ ਸਿੰਘ ਰੰਧਾਵਾ ਪਰਿਵਾਰ ਆਏ ਵੀ ਹੋਏ ਆ ਸਤਨਾਮ ਸਿੰਘ ਜੀ, ਉਹ ਸਹਿਯੋਗ ਸ਼ਾਇਦ ਹੋਰ ਸੰਗਤ ਦਾ ਵੀ ਲੈ ਲਿਆ ਕਰਦੇ ਆ ਉਹਨਾਂ ਦਾ। ਚਾਹ ਪਕੌੜਿਆਂ ਤੋਂ ਬਾਅਦ ਫਿਰ ਸੀ ਛਬੀਲਾ, ਮੌਸਮ ਮੁਤਾਬਕ ਇਹਨਾਂ ਦੀ ਗਿਣਤੀ ਉਸ ਵੇਲੇ 13 ਸਨ, 13 ਛਬੀਲਾਂ ਸਨ। ਪਹਿਲੀ ਛਬੀਲ ਅਕਾਲ ਜੋਤ ਸੰਸਥਾ ਮੁੰਬਈ, ਦੂਸਰੀ ਦਿੱਲੀ ਦੀ ਸਮੂਹ ਸਾਧ ਸੰਗਤ ਵੱਲੋਂ, ਤੀਸਰੀ ਖਾਲਸਾ ਅਕੈਡਮੀ ਮਹਿਤਾ ਚੌਂਕ, ਚੌਥੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਸੋਸ਼ਲ ਵੈਲਫੇਅਰ ਕਲੱਬ ਨੰਗਲ ਮਹਿਤਾ ਸਾਦਾ ਜਲ ਦੀ ਸੇਵਾ, ਨਾਲ ਹੀ ਪੰਜਵੀਂ ਸੀ NRI ਵੀਰਾਂ ਦੀ ਛਬੀਲ ਬੰਬੀ ਦੇ ਮੋੜ 'ਤੇ, ਛੇਵੀਂ ਛਬੀਲ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ, 7ਵੀਂ ਛਬੀਲ ਸਮੂਹ ਸਾਧ ਸੰਗਤ ਜਫਰਵਾਲ ਅਗਵਾਈ ਬਾਬਾ ਸਤਨਾਮ ਸਿੰਘ ਜੀ ਜਫਰਵਾਲ, ਭਾਈ ਜੋਗਿੰਦਰ ਸਿੰਘ ਜੀ ਬੱਬਰੀ, 8ਵੀਂ ਸੇਵਾ ਜਲ ਜੀਰੇ ਦੀ ਸ਼ਰਦਾਈ ਦੀ ਛਬੀਲ ਦੀ, ਉਹ ਸੀ ਸਮੂਹ ਸਾਧ ਸੰਗਤ ਭਲਾਈਪੁਰ ਪੂਰਬਾਂ, ਭਾਈ ਤੇਜਵੀਰ ਸਿੰਘ ਉਹਨਾਂ ਨੇ ਐਕਟਿਵ ਰੋਲ ਅਦਾ ਕੀਤਾ। ਸ਼ਰਦਾਈ ਦੀ ਛਬੀਲ ਭਾਈ ਬਚਿੱਤਰ ਸਿੰਘ ਜੀ, ਭਾਈ ਲੱਖਾ ਸਿੰਘ ਜੀ ਪਿੰਡ ਕੰਗ, ਇਹ 9ਵੀਂ ਸੀ। 10ਵੀਂ ਛਬੀਲ ਬ੍ਰਹਮੀ ਦੀ ਛਬੀਲ ਜਥੇਦਾਰ ਛਪਾਲ ਸਿੰਘ ਝੋਕ ਮੋਹੜੇ, 11ਵੀਂ ਛਬੀਲ ਜਲ ਜੀਰੇ ਦੀ ਛਬੀਲ ਸੰਤ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ, 12ਵੀਂ ਗੰਨੇ ਦੇ ਰਸ ਦੀ ਛਬੀਲ ਭਾਈ ਗੁਰਦੇਵ ਸਿੰਘ ਜੀ ਬਡਿਆਣਾ ਹਵੇਲੀ ਦੇ ਅੰਦਰ ਸੀ, 13ਵੀਂ ਗੁਰੂ ਨਾਨਕ ਸਕੂਲ ਦੇ ਮੋੜ 'ਤੇ ਜੋ ਛਬੀਲ ਲੱਗੀ ਸੀ ਉਹ ਅੰਮ੍ਰਿਤ ਗਾਰਮੈਂਟ ਸਟੋਰ ਮਹਿਤਾ ਚੌਂਕ ਵੱਲੋਂ ਲਗਾਈ ਗਈ ਸੀ। ਇੰਨੀਆਂ ਛਬੀਲਾਂ। ਫਿਰ ਆ ਗਿਆ ਜੋੜਿਆਂ ਦੀ ਸੇਵਾ, ਬੜੀ ਉੱਤਮ ਅਤੇ ਮਹਾਨ ਸੇਵਾ, ਉਹ ਸਨ ਦਸ਼ਮੇਸ਼ ਸੇਵਕ ਜਥਾ ਆਦੋਵਾਲੀ ਅਤੇ ਬੂੜੇ ਨੰਗਲ ਪਿੰਡ ਦੀ ਸੰਗਤ। ਦੂਸਰੀ ਜੋੜਿਆਂ ਦੀ ਸੇਵਾ ਜਥੇਦਾਰ ਜਸਦੇਵ ਸਿੰਘ ਜੀ, ਮੁਕੰਦ ਸਿੰਘ ਵਾਲਾ ਸਾਧਕ ਅਤੇ ਮੁਕਤ ਪ੍ਰਸਾਦ ਤੋਂ ਸਮੂਹ ਸੰਗਤ ਨੂੰ ਨਾਲ ਲੈ ਕੇ ਇੱਥੇ ਉਹਨਾਂ ਨੇ ਸੇਵਾ ਆਰੰਭੀ। ਤੀਸਰੀ ਸੀ ਜਾਂਡਲਾ ਨਵਾਂ ਸ਼ਹਿਰ ਦੀ ਸਮੂਹ ਸੰਗਤ ਨੇ ਲਾਈ ਜੋੜਿਆਂ ਦੀ ਸੇਵਾ। ਚੌਥੀ ਸੀ ਸੱਖੋਵਾਲ ਦੀ ਸੰਗਤ, ਲਾਸਟ ਜਾਂ 3 ਸੀ ਸੱਖੋਵਾਲ ਦੀ ਸੰਗਤ ਨੇ ਐਰਕੀ ਔਫਰ ਕੀਤਾ, ਇਹ ਸੇਵਾ ਆ ਗਈ। ਫਿਰ ਆ ਗਿਆ ਜਲੇਬਾਂ ਦੀ ਸੇਵਾ, ਜਲੇਬ ਚੀਜ਼ ਇਹੋ ਜਿਹੀ ਆ ਮੂੰਹ 'ਚ ਪਾਣੀ ਆ ਜਾਂਦਾ, ਜਲੇਬਾਂ ਦੀ ਸੇਵਾ ਸਮੂਹ ਸੰਗਤ ਪਿੰਡ ਖੱਬੇ ਰਾਜਪੂਤਾਂ, ਖੱਬੇ ਰਾਜਪੂਤਾਂ ਮੁੱਖ ਲੰਗਰ ਦੇ ਵਿੱਚ। ਇਸੇ ਤਰ੍ਹਾਂ ਫਿਰ ਪੱਤਰਕਾਰ ਵੀਰ ਉਹਨਾਂ ਵਿੱਚੋਂ ਜਗਦੀਸ਼ ਸਿੰਘ ਜੀ ਬੰਬਰਾ ਨੇ ਮਾਧਾ ਅਜੀਤ, ਅੱਜ ਦੀ ਆਵਾਜ਼ ਰਲ ਕੇ ਦੋਵਾਂ ਨੇ, ਪੱਤਰਕਾਰ ਜਗਦੀਸ਼ ਸਿੰਘ ਬੰਬਰਾ ਨੇ ਪੱਤਰਕਾਰ ਦੇ ਤੌਰ 'ਤੇ ਸਪੈਸ਼ਲ ਸਪਲੀਮੈਂਟ ਇੱਕ ਕੱਢਿਆ ਅਤੇ ਉਹਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿਓ, ਆਪਣਾ ਹਿੱਸਾ ਪਾਓ, ਆਪਣੇ ਆਪਣੇ ਵੱਲੋਂ ਸੰਤ ਮਹਾਂਪੁਰਖਾਂ ਨੂੰ ਸ਼ਰਧਾਂਜਲੀਆਂ ਭੇਟ ਕਰੋ। ਮੁੱਖ ਲੰਗਰਾਂ ਦੇ ਵਿੱਚ ਜਾਣਾ 1 ਤੋਂ 6 ਤੱਕ, ਸਫਾਈ ਲੰਗਰ ਵਰਤਾਉਣਾ, ਲੰਗਰ ਦੀ ਸਫਾਈ ਅਤੇ ਲੰਗਰ ਵਰਤਾਉਣਾ ਲਗਾਤਾਰ ਪਿੰਡ ਮਹੀਤੇ ਦੇ ਮੁਖੀ ਸਿੰਘਾਂ ਨੇ ਬੜੇ ਪ੍ਰੇਮ ਨਾਲ ਰਾਤ ਦੇ 10-10 ਵਜੇ ਤੱਕ ਲੱਗੇ ਰਹੇ ਆ। ਫਿਰ ਕਾਰਾਂ ਬੱਸਾਂ ਭਾਰੀ ਵਾਹਨਾਂ ਦੀ ਪਾਰਕਿੰਗ ਵਿੱਚ ਹਲਕਾ ਸ਼੍ਰੀ ਹਰਗੋਬਿੰਦਪੁਰ ਨੇ ਅਗਵਾਈ ਦੀ ਕੀਤੀ, ਕੈਪਟਨ ਬਲਬੀਰ ਸਿੰਘ ਬਾਠ, ਤਰਲੋਕ ਸਿੰਘ ਦੇ ਨਾਲ ਫਰਜੰਦ ਉਹਨਾਂ ਦੇ, ਅੰਮ੍ਰਿਤਸਰ ਰੋਡ ਵਾਲ ਜਿੰਨੀ ਪਾਰਕਿੰਗ ਕਰਵਾਈ ਸੀ ਇਹਦਾ ਮੇਨ ਪ੍ਰਬੰਧ ਅਤੇ ਡਾਇਰੈਕਸ਼ਨ ਇਹ ਬਾਠ ਪਰਿਵਾਰ ਪਾਸ ਸੀ। ਹਲਕਾ ਹਰਗੋਬਿੰਦਪੁਰ ਦੀ ਕੁਝ ਸੰਗਤ ਦੀ ਅਗਵਾਈ ਜਹੇਦਾਰ ਮੰਗਲ ਸਿੰਘ ਨੇ ਕੀਤੀ, ਬਾਬਕਾ ਦਾ ਰੋਡ ਵੱਲ ਜਿਹੜੀ ਪਾਰਕਿੰਗ ਲੱਗੀ। ਸੋ ਬੱਸਾਂ ਕਿਉਂਕਿ ਭਾਰੀ ਗਿਣਤੀ 'ਚ ਆਉਂਦੀਆਂ ਨੇ, ਤਕਰੀਬਨ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ ਹੈ,
ਇਸ ਲਈ ਇਹਨਾਂ ਦੀ ਪਾਰਕਿੰਗ ਉਹਨਾਂ ਪਾਸ ਹੈ। ਟੂ ਵੀਲਰ ਦੀ ਪਾਰਕਿੰਗ ਸਮੂਹ ਸਾਧ ਸੰਗਤ ਗੁਰੂ ਨਾਨਕ ਸੇਵਕ ਜਥਾ ਪਿੰਡ ਮੈਸਮਪੁਰ, ਮੀਡੀਆ ਕੋਆਰਡੀਨੇਟਰ ਸੰਤ ਕਰਤਾਰ ਸਿੰਘ ਕਲੱਬ ਮਹਿਤਾ ਨੰਗਲ, ਅਤੇ ਨਾਲ ਇਹ ਸਨ ਸੰਗਤ ਉਹਨਾਂ ਦੀ। ਸੋ ਲੰਮਾ ਸਮਾਂ ਨਾ ਲੈਂਦਾ, ਪਿਛਲੀ ਮੈਂ ਬੋਲੀ ਹੈ, ਐਤਕੀ ਇਹ 'ਚ ਵਾਧਾ ਕਰਾਂਗੇ। ਸੰਗਤ ਜਿੰਨੀ ਬੈਠੀ ਉਹ ਸੁਣੀ ਵੀ ਹਾਂ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ, 2 ਮਿੰਟ ਦਾ ਸਮਾਂ ਉਹ ਤਾਂ ਪਹਿਲੇ ਕਹਿ ਬੈਠਾ। ਮੈਂ ਐਡਵੋਕੇਟ ਭਗਵੰਤ ਸਿੰਘ ਜੀ ਸਿਆਲਕਾ, ਜੋ ਸਾਡੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਵੀ ਰਹੇ ਆ, ਜਿਨ੍ਹਾਂ ਨੇ ਬੜੀ ਨਿੱਠ ਕੇ ਹਰ ਪੋ ਸੇਵਾ ਕੀਤੀ ਆ। ਆਓ ਸਿਆਲਕਾ ਸਾਹਿਬ ਦੇ ਵਿਚਾਰ 2 ਮਿੰਟ ਤੋਂ ਘੱਟ ਸਮੇਂ 'ਚ। ਅੱਜ ਦੀ ਇਸ ਮੀਟਿੰਗ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਖਾਲਸਾ, ਬਾਬਾ ਗੁਰਭੇਜ ਸਿੰਘ ਜੀ, ਬਾਬਾ ਅਜੈਬ ਸਿੰਘ ਜੀ ਸਮੇਤ ਆਏ ਮਹਾਂਪੁਰਖ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਅਜੀਤ ਸਿੰਘ ਜੀ, ਅਤੇ ਆਈ ਸੰਗਤ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਸੇਵਾਵਾਂ ਦੀ ਵੰਡ ਜਿਸ ਤਰ੍ਹਾਂ ਪਿਛਲੇ ਸਾਲ ਸੀ ਉਹ ਸਾਰੀ ਆਪ ਜੀ ਨਾਲ ਸਾਂਝੀ ਕੀਤੀ, ਅਤੇ ਜਿਹੜੀ ਨਵੀਂ ਕੋਈ ਸੇਵਾ ਉਹਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਬੇਨਤੀ ਕੀਤੀ ਕਿ ਸੰਗਤ ਦਾ ਵੀ ਅੱਗੇ ਨਾਲੋਂ ਪ੍ਰਵਾਹ ਜ਼ਿਆਦਾ ਹੋਣਾ ਅਤੇ ਅੱਗੇ ਨਾਲੋਂ ਗਰਮੀ ਵੀ ਜ਼ਿਆਦਾ, ਇਸ ਕਰਕੇ ਸੇਵਾਵਾਂ ਹੋਰ ਵੀ ਲਈਆਂ ਜਾਣ। ਮੈਂ ਬਾਬਾ ਜੀ ਅਜੈਬ ਸਿੰਘ ਜੀ ਹੁਣਾਂ ਨਾਲ ਗੱਲ ਕਰ ਰਿਹਾ ਸੀ, ਜਿਵੇਂ ਬਾਬਾ ਜੀ ਹੁਣਾਂ ਨੇ ਪਹਿਲਾਂ ਕਿਹਾ ਕਿ ਇਸ ਵਾਰ ਆਪਾਂ ਆਪੋ ਆਪਣੇ ਘਰਾਂ 'ਚ ਜਾਂ ਜਿੱਥੇ ਪ੍ਰਬੰਧ ਹੋ ਸਕੇ ਨੇੜੇ ਤੇੜੇ ਉੱਥੇ ਸੰਗਤ ਨੂੰ ਠਹਿਰਾਉਣ ਦਾ ਪ੍ਰਬੰਧ ਕਰਨਾ। ਮੈਂ ਬਾਬਾ ਅਜੈਬ ਸਿੰਘ ਜੀ ਹੁਣਾਂ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਟਾਹਲੀ ਸਾਹਿਬ ਜ਼ਿਆਦਾ ਦੂਰ ਨਹੀਂ ਇੱਥੋਂ, ਅਤੇ ਬਾਬਾ ਜੀ ਆਪਾਂ ਕਿਵੇਂ ਪ੍ਰਬੰਧ ਕਰ ਸਕਦੇ ਜੀ, ਉੱਥੇ ਵਧੀਆ ਪ੍ਰਬੰਧ ਨੇ ਸੰਗਤ ਦੇ ਰਹਿਣ ਦੇ, ਜਿਹੜੀ ਸੰਗਤ ਇੱਥੋਂ ਉੱਥੇ ਜਾਣਾ ਚਾਹੁੰਦੀ ਹੋਵੇ ਉਹਦੇ ਵਾਸਤੇ ਸੰਗਤ ਦਾ ਪ੍ਰਬੰਧ ਬਾਬਾ ਜੀ ਉੱਥੇ ਕਰ ਦੇਣਗੇ। ਬਾਬਾ ਜੀ ਵੈਸੇ ਵੀ 2-3 ਬੱਸਾਂ ਹਰ ਵਾਰ ਸੰਗਤ ਦੀਆਂ ਲੈ ਕੇ ਆਉਂਦੇ ਨੇ, ਹੋਰ ਸੇਵਾਵਾਂ ਵੀ ਕਰਦੇ ਨੇ। ਇਸ ਵਾਰੀ ਬਾਬਾ ਜੀ ਨੂੰ ਬੇਨਤੀ ਕਰਾਂਗੇ ਲੰਗਰ ਦੀਆਂ ਸੇਵਾਵਾਂ ਜਾਂ ਛਬੀਲ ਦੀ ਸੇਵਾ ਜਿਹੜੀ ਵੀ ਕੋਈ ਹੁਣੇ ਉਹਨਾਂ ਨਾਲ ਗੁਰਮਤਾ ਕਰ ਲੈਂਦੇ ਹਾਂ, ਉਹ ਜਿਹੜੀ ਆ ਇਹ ਸੇਵਾ ਵੀ ਜਿਹੜੀ ਕਾਰ ਸੇਵਾ ਟਾਹਲੀ ਸਾਹਿਬ ਵੱਲੋਂ ਮੱਖਣ ਵੀਡੀ ਵੱਲੋਂ ਬਾਬਾ ਅਜੈਬ ਸਿੰਘ ਜੀ ਉਹ ਕਰਨਗੇ, ਅਤੇ ਸੰਗਤ ਦੀ ਸੇਵਾ ਵੀ ਲੈਣਗੇ। ਮੈਂ ਬਾਕੀ ਵੀਰਾਂ ਨੂੰ ਬੇਨਤੀ ਕਰਦਾ, ਬਾਕੀ ਨਗਰਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਜਿਹੜੀ ਸੇਵਾ ਹੋਰ ਅੱਗੇ ਨਾਲੋਂ ਵੱਡੇ ਪੱਧਰ 'ਤੇ ਆਪਾਂ ਨੂੰ ਕਰਨੀ ਚਾਹੀਦੀ ਆ, ਕਰਨੀ ਬਣਦੀ ਆ, ਉਹ ਆਪਾਂ ਆਪਣਾ ਯੋਗਦਾਨ ਪਾਈਏ। ਇੰਨੀਆਂ ਬੇਨਤੀਆਂ ਕਰਦਾ ਹੋਇਆ 6 ਜੂਨ ਦੇ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਬੇਨਤੀ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੇ ਸਮੇਂ 'ਚ ਠਾਠ ਪਾਠ ਨਾਲ ਪੂਰੀ ਗੱਲ ਕਹਿ ਕੇ ਗਏ ਨੇ ਸਿਆਲਕਾ ਸਾਹਿਬ। ਹੁਣ ਇੱਥੇ ਆਉਣ ਦੀ ਜੋ ਮੈਂ ਡਿਊਟੀ ਦੇਣ ਲੱਗਾ ਉਹ ਹਨ ਸਾਡੇ ਮਾਣਯੋਗ ਸਾਬਕਾ MLA ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜੀ, ਬਾਬਾ ਬਕਾਲਾ ਸਾਹਿਬ, ਉਹਨਾਂ ਨੂੰ ਕਵਾਂਗਾ ਉਸ ਸਟੇਜ ਤੱਕ ਕਿ ਸਮੇਂ ਦੇ ਵਿੱਚ ਵਿੱਚ ਮੁੱਖ ਲੰਗਰ ਦੀ ਸੇਵਾ ਇਕਬਾਲ ਸਿੰਘ ਸ਼ਾਹ ਜੀ ਅਤੇ ਉਹਨਾਂ ਨਾਲ ਦੇ ਸਿੰਘਾਂ ਨੇ ਲਈ ਆ ਮੁੱਖ ਲੰਗਰ ਵਿੱਚ ਸੇਵਾ। ਆਓ ਉਹਨਾਂ ਨੂੰ ਟਾਈਮ ਵੀ ਮਿਲੇਗਾ ਉਦੋਂ, ਅਤੇ ਉਹਨਾਂ ਦੀ ਸੇਵਾ ਹੈ ਜਥੇਦਾਰ ਬਲਜੀਤ ਸਿੰਘ। ਪਰਮ ਸਤਿਕਾਰਯੋਗ ਦਮਦਮੀ ਟਕਸਾਲ ਦੇ ਸਤਿਕਾਰਯੋਗ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਅਤੇ ਹੋਰ ਮਹਾਂਪੁਰਸ਼ ਇਲਾਕੇ ਦੀ ਸਮੁੱਚੀ ਸਾਧ ਸੰਗਤ, ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਬਾਬਾ ਜੀ ਨੇ ਸਾਰਿਆਂ ਨੂੰ ਸੰਬੋਧਨ ਹੁੰਦੇ ਆ, ਵੱਖੋ ਵੱਖ ਡਿਊਟੀਆਂ ਵੀ ਉਹਨਾਂ ਨੇ ਦੱਸੀਆਂ, ਉਪਰੰਤ ਸਰਦਾਰ ਗੁਰਦੀਪ ਸਿੰਘ ਜੀ ਪ੍ਰਿੰਸੀਪਲ ਸਾਹਿਬ ਜੀ ਨੇ ਜਿਹੜੀਆਂ ਡਿਊਟੀਆਂ ਸੇਵਾਵਾਂ ਸਾਰੀ ਸੰਗਤ ਨੇ ਪਿਛਲੀ ਵਾਰ ਨਿਭਾਈਆਂ ਸਨ ਉਹਨਾਂ ਦੇ ਬਾਬਤ ਵੀ ਸਮਝਾਉਣਾ ਕੀਤਾ ਹੈ। ਔਰ ਮੈਂ ਸਮਝਦਾ ਕਿ ਇਹ ਸਾਡਾ ਫਰਜ਼ ਵੀ ਬਣਦਾ ਇਲਾਕੇ ਦਾ ਕਿ ਜਿੱਥੇ ਮਹਾਂਪੁਰਸ਼ਾਂ ਨੇ ਏਡੀ ਵੱਡੀ ਇਸ ਸਥਾਨ 'ਤੇ ਤਪੱਸਿਆ ਕੀਤੀ ਹੋਵੇ, ਵੱਡੇ ਮਹਾਂਪੁਰਖਾਂ ਤੋਂ ਲੈ ਕੇ ਹੁਣ ਤੱਕ ਨਾਮ ਸਿਮਰਨ ਚੱਲਦਾ ਹੋਵੇ, ਜਿਸ ਸਥਾਨ ਨੇ ਵੱਡੇ ਵੱਡੇ ਸਮਾਜ ਸੇਵਕ ਪੈਦਾ ਕੀਤੇ ਹੋਣ, ਧਰਮ ਦੇ ਪ੍ਰਚਾਰਕ ਪੈਦਾ ਕੀਤੇ ਹੋਣ, ਸਾਨੂੰ ਆਦੇਸ਼ ਦੇਣ ਵਾਲੇ ਪੈਦਾ ਕੀਤੇ ਹੋਣ, ਜਿਨ੍ਹਾਂ ਨੇ ਸਿੱਖੀ ਦਾ ਬੂਟਾ ਪੂਰੇ ਪੰਜਾਬ ਵਿੱਚ ਨਹੀਂ, ਹਿੰਦੁਸਤਾਨ 'ਚ ਨਹੀਂ, ਪੂਰੀ ਦੁਨੀਆ ਦੇ ਵਿੱਚ ਦਮਦਮੀ ਟਕਸਾਲ ਨੇ ਸਿੱਖੀ ਦਾ ਫੈਲਾਓ ਕੀਤਾ ਹੈ। ਔਰ ਪੂਰੀ ਦੁਨੀਆ ਦੇ ਲੋਕ ਜਿਨ੍ਹਾਂ ਨੂੰ ਇਹ ਸਮਝ ਵੀ ਆ ਗਈ ਹੈ ਕਿ ਜੋ ਘੱਲੂਘਾਰਾ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮੇਂ ਦੀ ਸਰਕਾਰ ਨੇ ਢਾਇਆ, ਉਹ ਕਿਉਂ ਢਾਇਆ ਗਿਆ ਕਿ ਅਸੀਂ ਆਪਣਾ ਸ਼ਹੀਦੀ ਦਿਹਾੜਾ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸੰਗਤਾਂ ਮਨਾਉਣ ਗਈਆਂ ਸਨ, ਨਿਹੱਥੇ ਲੋਕਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ, ਭਿੰਡਰਾਂ ਵਾਲੇ ਖਾਲਸਾ ਜੀ, ਜਿਨ੍ਹਾਂ ਦੇ ਸਮੇਂ ਦੀ ਹਕੂਮਤ ਦਾ ਵਿਰੋਧਤਾ ਕੀਤੀ ਔਰ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਸਿੱਖੀ ਦੀ ਖਾਤਰ, ਲੋਕਾਂ ਦੀ ਖਾਤਰ। ਨਹੀਂ ਤਾਂ ਸਮੇਂ ਦੀ ਹਕੂਮਤ ਨੇ ਇਹ ਵੀ ਕਿਹਾ ਸੀ ਕਿ ਬਾਵਾ ਖੜੀਆਂ ਕਰਕੇ, ਗਦਾਰੀ ਕਰਕੇ ਪੰਥ ਦੇ ਨਾਲ ਬਾਹਰ ਆ ਜਾਓ, ਤੁਹਾਨੂੰ ਕੁਛ ਨਹੀਂ ਕਿਹਾ ਜਾਊਗਾ। ਪਰ ਉਹ ਗਦਾਰ ਨਹੀਂ ਬਣੇ, ਸਿੱਖ ਕੌਮ ਦੇ ਹੀਰੇ ਬਣੇ, ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ 'ਤੇ ਆਪਣੇ ਤਨ ਮਨ ਅਤੇ ਧਨ ਦੇ ਨਾਲ ਜੋ ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਹੁਕਮ ਦਿੰਦੇ ਨੇ ਉਹਨੂੰ ਸਿਰ ਮੱਥੇ ਨਿਭਾਈਏ। ਔਰ ਬਾਬਾ ਜੀ ਪਿਛਲੇ ਸਮੇਂ ਸਾਨੂੰ ਵੀ ਜੋ ਹੁਕਮ ਕਰਦੇ ਰਹੇ ਸਰਕਾਰ ਦੇ ਹੁੰਦਿਆਂ, ਸ਼੍ਰੋਮਣੀ ਅਕਾਲੀ ਦਲ ਦੀ ਜੋ ਸਰਕਾਰ ਸੀ, ਅਸੀਂ ਇਹਨਾਂ ਦਾ ਸਿਰ ਝੁਕਾ ਕੇ ਸੇਵਾ ਇਹਨਾਂ ਦੀ ਜੋ ਕਹਿੰਦੇ ਰਹੇ ਉਹ ਕਰਦੇ ਰਹੇ। ਸਰਕਾਰ ਦੇ ਪੱਖੋਂ ਵੀ ਜੋ ਸਹਾਇਤਾ ਹੁੰਦੀ ਹੈ, ਚਾਹੇ ਉਹ ਮੈਡੀਕਲ ਕੈਂਪ ਸੀ, ਚਾਹੇ ਕੋਈ ਸਿਹਤ ਸੇਵਾਵਾਂ ਵੱਲੋਂ ਹੋਰ ਕੋਈ ਗੱਲਾਂ ਸੀ, ਉਹ ਪੂਰੀਆਂ ਕਰਦੇ ਰਹੇ। ਬਾਬਾ ਜੀ ਨੂੰ ਬੇਨਤੀ ਕਰਦਾ ਕਿਉਂਕਿ ਜਿੱਥੇ ਮੈਡੀਕਲ ਦਾ ਕੈਂਪ ਪਹਿਲਾਂ ਵੀ ਲੱਗਦਾ ਰਿਹਾ, ਗਰਮੀ ਦਾ ਬਹੁਤ ਜ਼ਿਆਦਾ ਮੌਸਮ, ਗਰਮੀ ਅੱਗੇ ਨਾਲੋਂ ਵੱਧਦੀ ਜਾਂਦੀ ਹੈ, ਉਹ ਮੈਡੀਕਲ ਦੇ ਕੈਂਪ ਵੀ ਸਰਕਾਰ ਦੇ ਪੱਖੋਂ ਵੀ ਜੇ ਕੋਈ ਲੱਗਦੇ ਆ ਤਾਂ ਉਹ ਵੀ ਉਹਨਾਂ ਨੂੰ ਕਹਿ ਕੇ ਲਵਾ ਲੈਣੇ ਚਾਹੀਦੇ ਆ। ਜੇ ਪ੍ਰਸ਼ਾਸਨ ਨੂੰ ਮੈਂ ਵੀ ਬੇਨਤੀ ਕਰਦਾਂਗਾ, ਤੁਸੀਂ ਵੀ ਹੁਕਮ ਕਰ ਦਿਓ ਕਿ ਮੈਡੀਕਲ ਕੈਂਪ ਔਰ ਜਿੱਥੇ ਛਬੀਲਾਂ ਦੂਜੀਆਂ ਲੱਗਣੀਆਂ ਉੱਥੇ ਪਾਣੀ ਦੇ ਟੈਂਕ ਜਿਹੜੇ ਆ ਉਹ ਵੀ ਐਕਸਟਰਾ ਜਿਹੜੇ ਮੰਗਾਲਣੇ ਚਾਹੀਦੇ, ਕਿਉਂਕਿ ਪਾਣੀ ਦੀ ਕਿੱਲਤ ਹੁੰਦੀ ਹੈ। ਜੇ ਕੋਈ ਬਿਜਲੀ ਦੇ ਟਰਾਂਸਫਾਰਮਾਂ ਦੀ ਗੱਲ ਹੈ, ਐਕਸਟਰਾ ਕੋਈ ਰੱਖਣੇ ਆ ਉਹ ਵੀ ਮਹਿਕਮੇ ਨੂੰ ਕਹਿ ਕੇ ਐਕਸਟਰਾ ਟਰਾਂਸਫਾਰਮ, ਕਿਉਂਕਿ ਮੌਕੇ 'ਤੇ ਲੋੜ ਪੈਂਦੀ ਆ, ਕਿਸੇ ਦਾ ਕੋਈ ਸਰਕਟ ਸ਼ਾਰਟ ਹੋ ਜਾਂਦਾ, ਕੋਈ ਸਮੇਂ ਦੇ ਅਨੁਸਾਰ ਜਿਹੜਾ ਉਹ ਵੱਡੇ ਟਰਾਂਸਫਾਰਮ ਲੱਗ ਗਏ ਜਿਹੜੇ ਆ ਗੱਡੀ ਦੇ ਵਿੱਚ ਵੀ,
ਉਹਨਾਂ ਨੂੰ ਮਹਿਕਮੇ ਨੂੰ ਕਹਿ ਦਿੱਤਾ ਜਾਵੇ ਰੱਖਣ ਦੇ ਯੋਗ ਸਮਝਣ। ਇਸੇ ਤਰ੍ਹਾਂ ਹੀ ਹੋਰ ਹੁਕਮ ਹੋਇਆ ਕਿ ਸਵਾਵਾਂ ਬਾਬੇ ਜੀ ਨੇ ਕਿਹਾ ਕਿ ਰਹਿਣ ਦੇ ਜਿਹੜੇ ਸੰਗਤ ਬਾਹਰੋਂ ਆਉਂਦੀ ਹੈ ਉਹਨਾਂ ਨੂੰ ਰਹਿਣ ਬਸੇਰੇ ਵੀ ਜਿਹੜੇ ਜੂ ਚਾਹੀਦੇ ਆ। ਬਾਬਾ ਜੀ 100 ਦੇ ਕਰੀਬ, ਜਿਹੜਾ ਬਾਬਾ ਕਲਾ ਸਾਹਿਬ ਦੂਰ ਨਹੀਂ, ਸਾਡੇ ਕੋਲ ਕਮਰੇ ਉੱਥੇ ਹੈਗੇ ਆ, ਸਾਰੀਆਂ ਸਵਾਵਾਂ ਹੈਗੀਆਂ। ਜਿਹੜੇ ਵੀ ਸਿੰਘ ਕਿਤੇ ਦੂਰੋਂ ਆਉਂਦੇ ਹੋਣ ਉਹਨਾਂ ਨੂੰ ਉਹ ਕਹਿ ਦੇਣਾ ਕਿ ਬਾਬਾ ਕਲਾ ਸਾਹਿਬ ਦੀ ਧਰਤੀ 'ਤੇ ਨਾਲੇ ਦਰਸ਼ਨ ਪਰਸ਼ਨ ਕਰਨ, ਰਾਤ ਦਾ ਠਹਿਰਾਓ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਉੱਥੋਂ ਛਕਾਵਾਂਗੇ, ਔਰ ਸਵੇਰ ਨੂੰ ਇਹਦੇ ਸੰਗਤ ਦੇ ਵਿੱਚ ਇੱਥੇ ਤੁਹਾਡੇ 'ਚ ਸ਼ਾਮਿਲ ਹੋਣਗੇ। ਹੋਰ ਵੀ ਕਿਸੇ ਚੀਜ਼ ਦੀ ਹੁਕਮ ਹੋਏ ਉਹ ਵੀ ਸਿਰ ਮੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ, ਤਾਲੀ ਸਾਹਿਬ ਵੀ ਸਟੇਅ ਕਰਨ ਵਾਸਤੇ ਅਲਾਓ ਕੀਤਾ ਗਿਆ, ਬਾਬਾ ਕਲਾ ਸਾਹਿਬ ਵਾਸਤੇ ਵੀ ਉਹਨਾਂ ਨੇ ਆਗਿਆ ਦਿੱਤੀ ਆ, ਮਿਹਰਬਾਨੀ। ਹੁਣ ਤੱਕ ਜੋ ਬੱਸਾਂ ਕਨਫਰਮ ਹੋਈਆਂ ਨੇ ਉਹਨਾਂ 'ਚ ਮੈਂ ਕਨਫਰਮੇਸ਼ਨ ਬੋਲ ਦੇਵਾਂ, ਐਡਵੋਕੇਟ ਭਗਵੰਤ ਸਿੰਘ ਜੀ ਸਿਆਲਕਾ ਨੇ 11 ਬੱਸਾਂ, ਬਾਬਾ ਗੁਰਭੇਜ ਸਿੰਘ ਜੀ ਖਜਾਲਾ 16 ਬੱਸਾਂ, ਜਥੇਦਾਰ ਮੰਗਲ ਸਿੰਘ ਜੀ ਬਟਾਲਾ ਉਹਨਾਂ ਨੇ 13 ਬੱਸਾਂ, ਡਾਕਟਰ ਦਲਬੀਰ ਸਿੰਘ ਜੀ ਵੇਰਕਾ 10 ਬੱਚਾਂ, ਸੰਦੀਪ ਸਿੰਘ ਜੀ AR ਸਾਹਿਬ 4 ਬੱਸਾਂ, ਬਾਬਾ ਸੱਜਣ ਸਿੰਘ ਜੀ ਬੇਲ ਸਾਹਿਬ ਵਾਲੇ 10 ਬੱਸਾਂ, ਬਾਬਾ ਸੂਬਾ ਸਿੰਘ ਜੀ ਜੋਤੀਸਰ ਵਾਲੇ 5 ਬੱਸਾਂ, ਬਾਬਾ ਭੁਪਿੰਦਰ ਸਿੰਘ ਜੀ ਗਦਰੀ 2 ਬੱਸਾਂ ਅਤੇ ਭਾਈ ਸੁਰਵਿੰਦਰ ਸਿੰਘ ਜੀ ਢਡਿਆਲਾ 5 ਬੱਸਾਂ। ਹੋਰ ਵੀ ਕਨਫਰਮੇਸ਼ਨ ਆ ਰਹੀ ਆ, ਇੰਨੀ ਕਨਫਰਮੇਸ਼ਨ ਆਈ ਹੈ, ਧੰਨਵਾਦ ਇਹਨਾਂ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ। ਇੱਕ ਛਬੀਲ ਵਾਸਤੇ ਵੀ ਸੇਵਾ ਦੇ ਵਾਸਤੇ ਬੇਨਤੀ ਆਈ ਆ, ਛਬੀਲ ਚੌਂਕ 'ਚ ਘੁੰਮਾਣ ਰੋਡ 'ਤੇ ਲੱਗੇਗੀ ਮੈਸਰਜ਼ ਵਿਜੇ ਕਲੋਥ ਹਾਊਸ ਵੱਲੋਂ। ਇਹਨਾਂ ਨੇ ਵਿੱਚ ਤਾਂ ਕਿ 13 ਛਬੀਲਾਂ ਸੀ, ਫਿਰ 14, ਇਹ ਵੀ ਗਿਣਤੀ 'ਚ ਵਾਧਾ ਕਰਦੇ, ਮਿਹਰਬਾਨੀ। ਇਹਨਾਂ ਦੀ ਛਬੀਲ ਸੇਵਾ ਲੈਣਗੇ ਵਿਜੇ ਕਲੋਥ ਹਾਊਸ, ਮਹਿਤਾ ਚੌਂਕ। ਹੁਣ ਮੈਂ ਬੇਨਤੀ ਕਰਾਂ ਸਰਪੰਚ ਮਹਿਤਾ ਚੌਂਕ ਸਰਦਾਰ ਹਰਜਿੰਦਰ ਸਿੰਘ ਜੀ, ਜੱਜ ਹਮੇਸ਼ਾ ਸੇਵਾ ਲੈਂਦੇ ਨੇ, ਕਈ ਪ੍ਰਕਾਰ ਦੀਆਂ ਸੇਵਾਵਾਂ ਨੇ ਅੱਗੇ ਲਈਆਂ ਅਤੇ ਅੱਜ ਵੀ ਕਿਰਪਾ ਕਰਨਗੇ ਸਰਦਾਰ ਜੱਜ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਸਮੂਹ ਸਾਧ ਸੰਗਤ, ਸਾਬਕਾ MLA ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਂਕ ਮਹਿਤਾ ਦੀ ਆੜ੍ਹਤੀਆ ਐਸੋਸੀਏਸ਼ਨ ਵਪਾਰ ਮੰਡਲ ਅਤੇ ਸਮੂਹ ਸਾਧ ਸੰਗਤ ਵੱਲੋਂ ਜੋ ਇੱਕ ਲੰਗਰ ਲਾਇਆ ਜਾਂਦਾ ਉਹ ਪਹਿਲਾਂ ਦੀ ਤਰ੍ਹਾਂ ਚੜ੍ਹਦੀ ਕਲਾ ਨਾਲ ਸੰਗਤ ਰਲ ਮਿਲ ਕੇ ਲਾਵੇਗੀ, ਅਤੇ ਉਸ ਦੇ ਨਾਲ ਹੀ ਥਾਣੇ ਦੇ ਲਾਗੇ ਇੱਕ ਛਬੀਲ ਦੇਵੀ ਨੰਦਨ ਜੀ ਵੱਲੋਂ ਲਾਈ ਜਾਵੇਗੀ। ਇਸ ਤੋਂ ਇਲਾਵਾ ਬਾਬਾ ਜੀ ਚੌਂਕ ਮਹਿਤਾ ਦੀਆਂ ਸੜਕਾਂ ਜੋ ਮਹਿਤੇ ਪਿੰਡ ਨੂੰ ਪੁੱਜਦੀਆਂ, ਅਸੀਂ ਸੰਗਤ ਲਾ ਕੇ ਸੇਵਾ ਲਾ ਕੇ ਉਹਨਾਂ ਦੀ ਚੰਗੇ ਢੰਗ ਨਾਲ ਸਫਾਈ ਕਰਾਵਾਂਗੇ। ਜਿਹੜਾ ਸਾਈਡਾਂ 'ਤੇ ਕੋਈ ਕੂੜਾ ਕਰਕਟ ਪਿਆ ਉਹਨੂੰ ਵੀ ਸਾਫ਼ ਕਰਾ ਕੇ ਵੱਧ ਤੋਂ ਵੱਧ ਸੇਵਾ ਕਰਾਂਗੇ। ਹੋਰ ਵੀ ਚੌਂਕ ਮਹਿਤਾ ਦੀ ਸੰਗਤ ਨੂੰ ਜੋ ਹੁਕਮ ਹੋਵੇਗਾ ਸਾਨੂੰ ਪ੍ਰਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲੀਆਂ ਸੇਵਾਵਾਂ ਲਈ ਇਹਨਾਂ ਸਾਰੇ ਗੁਰਮੁਖ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਮਾਸਟਰ ਸ਼ਾਮ ਲਾਲ ਜੀ ਨੇ ਵੀ ਡਿਊਟੀ ਲਈ ਹੈ, ਜੋ ਮੁੱਖ ਮੇਨ ਗੇਟ ਹੈ ਇਹਦੇ ਬਾਹਰ ਮਹਿਤਾ ਪਿੰਡ ਨੂੰ ਜੋ ਲੰਗਰ ਲਗਾਇਆ ਜਾਣਾ ਵਾ ਉਹਨਾਂ 'ਚ ਉਹ ਸਕੂਲ ਦੇ ਬੱਚੇ ਡਿਪਿਊਟ ਕਰਨਗੇ।
ਤਾਂ ਕਿ ਵਰਤਾਵੇ ਦੇ ਤੌਰ 'ਤੇ ਸੇਵਾ ਦੇ ਤੌਰ 'ਤੇ ਉਹ ਲੈ ਸਕਣ ਇਹ ਸਭ ਸੇਵਾਵਾਂ। ਇਸ ਲਈ ਹੁਣ ਮੈਂ ਫਿਰ ਸਮਾਂ ਸੰਕੁਚਿਤ ਕਰਦਾ ਬੁਲਾਵਾਂ ਸਰਦਾਰ ਤਰਸੇਮ ਸਿੰਘ ਜੀ, ਜਥੇਦਾਰ ਤਰਸੇਮ ਸਿੰਘ ਜੀ ਤਾਰਪੁਰਾ, ਉਹ ਵੀ 2 ਮਿੰਟ ਦੇ ਸਮੇਂ ਲਈ ਮਾਈਕ 'ਤੇ ਆ ਕੇ ਆਪਣੇ ਸ਼ਬਦ ਉਚਾਰਨ। ਇਹ ਪਾਕ ਪਵਿੱਤਰ ਧਰਤੀ ਜਿੱਥੇ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਅਤੇ ਰੱਬ ਦੀ ਗੱਲ ਹੁੰਦੀ ਹੈ, ਦਮਦਮੀ ਟਕਸਾਲ ਦੇ ਬਹੁਤ ਸਤਿਕਾਰਯੋਗ, ਬਹੁਤ ਹੀ ਮਾਣਯੋਗ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਨਾਲ ਨਵਾਜੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਮੀਟਿੰਗ, ਇਹ ਗੁਰਮਤਾ ਹੋ ਰਿਹਾ ਹੈ, ਜਿਹਦੇ ਵਿੱਚ ਇਲਾਕੇ ਦੇ ਰਾਜਸੀ, ਧਾਰਮਿਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਨੇ। ਆਓ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ, ਜਿਸ ਤਰ੍ਹਾਂ ਆਪਾਂ ਧਾਰਮਿਕ ਵਿੱਦਿਆ, ਪ੍ਰੋਫੈਸ਼ਨਲ ਕਾਲਜ, ਦੁਨਿਆਵੀ ਵਿੱਦਿਆ, ਸਕੂਲ ਕਾਲਜ, ਜਿਹੜੇ ਦੀ ਦੁਖੀ ਨੇ ਜਿਹੜੇ, ਉਹਨਾਂ ਵਾਸਤੇ ਹਸਪਤਾਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਨੇ, ਉਹਨਾਂ ਦਾ ਇਹ ਬੜਾ ਹੀ ਵੱਡਾ ਜਿਹੜਾ ਉਹਨਾਂ ਦੇ ਰਹਿਨਮਾਈ ਹੇਠ ਸਾਰੇ ਦਾਰੇ ਚੱਲ ਰਹੇ ਨੇ, ਉਹਨਾਂ ਦਾ ਇਹ ਬਹੁਤ ਹੀ ਵੱਡਾ ਯੋਗਦਾਨ ਹੈ। ਉਹਨਾਂ ਨੇ ਆਪਣੀ ਭਗਤੀ ਅਤੇ ਸ਼ਕਤੀ ਦੇ ਨਾਲ ਜੋ ਕਾਰਵਾਈ, ਜੋ ਜਿਹੜੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਕੀਰਤੀ ਕੀਤੀ ਹੈ, ਉਹ ਇੱਕ ਸਿੱਖ ਕੌਮ ਵਾਸਤੇ ਬਹੁਤ ਹੀ ਵੱਡਾ ਉਪਰਾਲਾ ਉਹਨਾਂ ਕੀਤਾ ਹੈ, ਜਿਹੜਾ ਉਹਨਾਂ ਨੇ ਉੱਥੇ ਮਹਾਂਪੁਰਖਾਂ ਦੀ ਯਾਦ ਸਥਾਪਿਤ ਕੀਤੀ ਹੈ, ਕੋਠਾ ਸਾਹਿਬ ਦੀ ਸੇਵਾ ਕੀਤੀ ਹੈ, ਔਰ ਜਿੰਨਾ ਚਿਰ ਉੱਥੇ ਸਜਦੇ ਹੋਣਗੇ, ਜਿੰਨਾ ਚਿਰ ਦੁਨੀਆ ਰਹੇਗੀ ਔਰ ਉਸ ਸਥਾਨ ਨੂੰ ਸਜਦੇ ਹੋਣਗੇ, ਅਤੇ ਮਹਾਂਪੁਰਖਾਂ ਦਾ ਨਾਂ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ। ਜੇ ਧਾਰਮਿਕ ਵਿੱਦਿਆ ਦੀ ਗੱਲ ਕਰੀਏ, ਮਹਾਂਪੁਰਖ ਪਿਛਲੇ 2 ਮਹੀਨਿਆਂ 'ਚੋਂ 10 ਨੂੰ ਜਾਣ ਦਾ ਮੌਕਾ ਮਿਲਦਾ ਹੈ। 2 ਮਹੀਨਿਆਂ ਦੇ ਵਿੱਚ ਹਰ ਇੱਕ ਪਿੰਡ ਪਿੰਡ ਜਾ ਕੇ, ਹਰ ਇੱਕ ਘਰ ਘਰ ਜਾ ਕੇ, ਜੋ ਸਾਨੂੰ 6 ਜੂਨ ਦੇ ਘੱਲੂਘਾਰੇ ਦਿਵਸ ਬਾਰੇ ਜਾਣੂ ਕਰਵਾ ਰਹੇ ਨੇ, ਸਾਰੀਆਂ ਸੰਗਤਾਂ ਨੂੰ ਉਹਦੇ 'ਚ ਹਿੱਸਾ ਲੈਣ ਦੀ ਅਪੀਲ ਕਰ ਰਹੇ ਨੇ। ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਅਪੀਲ ਕਰ ਰਹੇ ਨੇ। ਜਿਨ੍ਹਾਂ ਨੇ ਕੋਈ ਆਪਣੇ ਕੇਸ ਬਣਾਏ ਨੇ ਉਹਨਾਂ ਨੂੰ ਰੱਖਣ ਵਾਸਤੇ ਸਾਰਿਆਂ ਨੂੰ ਜਿਸ ਤਰ੍ਹਾਂ ਉਹ ਪ੍ਰੇਰਿਤ ਕਰ ਰਹੇ ਨੇ, ਮੇਰਾ ਖਿਆਲ ਆ ਬਹੁਤ ਹੀ ਬੰਦੇ ਜਿਸ ਤਰੀਕੇ ਨਾਲ ਉਹ ਜਿਹੜੀ ਆਪਣੀ ਜ਼ਿੰਦਗੀ ਬਸਰ ਕਰਨ ਵਾਸਤੇ ਜਿਸ ਤਰ੍ਹਾਂ ਦੱਸ ਰਹੇ ਨੇ, ਬਹੁਤ ਹੀ ਉਹਦੇ ਨਾਲ ਜਿਹੜਾ ਹੈ ਉਹ ਸਿੱਖ ਸੰਗਤ ਜਿਹੜੀ ਹੈ ਉਹਨਾਂ ਦੇ ਨਾਲ ਜੁੜ ਰਹੀ ਹੈ, ਔਰ ਉਹ ਜੀਵਨ ਜੁਗਤੀ ਜਿਹੜੀ ਹੈ ਸਿੱਖ ਰਹੀ ਹੈ। ਇੰਨਾ ਮਹਾਂਪੁਰਖਾਂ ਦਾ ਦੇਣ ਹੈ, ਅਸੀਂ ਯਕੀਨ ਦਵਾਉਂਦੇ ਹਾਂ, ਅਸੀਂ ਹਰ ਵੇਲੇ ਤਨ ਮਨ ਧਨ ਨਾਲ ਸੇਵਾ ਕਰਾਂਗੇ, ਔਰ ਜੋ ਹੋਰ ਵੀ ਕੋਈ ਸਾਡੇ ਡਿਊਟੀ ਲਾਉਣਗੇ ਉਹ ਤਨ ਦੇ ਹੀ ਨਾਲ ਨਿਭਾਵਾਂਗੇ। ਇੰਨਾ ਹੀ ਕਹਿੰਦਾ ਹੋਇਆ ਖਿਮਾ ਲਾ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਬੁਲਾਰੇ ਦੇ ਤੌਰ 'ਤੇ ਸੱਦਾ ਦੇ ਰਿਹਾ ਸਰਦਾਰ ਕਸ਼ਮੀਰ ਸਿੰਘ ਜੀ, ਸਰਪੰਚ ਪਿੰਡ ਮਹਿਤਾ। ਉਹ ਵੀ ਬਹੁਤ ਸੰਕੁਚਿਤ ਰੂਪ ਵਿੱਚ ਸਕਿੰਟਾਂ 'ਚ ਹੀ ਗੱਲ ਕਰਨ, ਸਮਾਂ ਬਚਾਇਆ ਜਾਵੇ। ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਸਮੂਹ ਸਾਧ ਸੰਗਤ ਨੂੰ
ਸ਼ਹੀਦੀ ਜੋੜ ਮੇਲੇ ਦੇ ਸੰਬੰਧ 'ਚ ਸੱਦ ਕੇ ਵੱਖ ਵੱਖ ਡਿਊਟੀਆਂ ਲਾਉਣ ਦੀ ਸੱਦੀ ਮੀਟਿੰਗ 'ਚ ਸਾਰੀਆਂ ਸੰਗਤਾਂ ਪਹੁੰਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਮਹਿਤਾ ਨਗਰ ਔਰ ਮਹਿਤਾ ਚੌਂਕ ਅਤੇ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਲੰਗਰ ਗੇਟ ਦੇ ਮਤਲਬ ਲਾਗੇ ਪੈਲੀ ਦੇ ਵਿੱਚ ਲਾਇਆ ਜਾਂਦਾ। ਅੱਗੇ 5 ਤਰੀਕ ਤੋਂ ਆਰੰਭ ਹੁੰਦਾ ਸੀ। ਐਰਕੀ ਅਸੀਂ ਫੈਸਲਾ ਕੀਤਾ ਸਾਰੀ ਕਮੇਟੀ ਨੇ ਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਅਤੇ ਗਰਮੀ ਬਹੁਤ ਜ਼ਿਆਦਾ, ਅੰਦਰ ਲੰਗਰ ਦੇ ਵਿੱਚ ਮਤਲਬ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਆ। ਇਸ ਕਰਕੇ ਅਸੀਂ 4 ਤਰੀਕ ਨੂੰ ਹੀ ਜਿਹੜਾ ਬਾਬਾ ਜੀ ਆਪ ਜੀ ਨੂੰ ਬੇਨਤੀ ਕੀਤੀ ਵੀ 4 ਤਰੀਕ ਨੂੰ ਲੰਗਰ ਆਰੰਭ ਕੀਤਾ ਜਾਵੇਗਾ। ਬਾਕੀ ਹੋਰ ਜਿਹੜੀ ਸੰਗਤ ਬਾਹਰੋਂ ਆਉਣੀ ਆ, ਜੋ ਵੀ ਉਹਨਾਂ ਨੂੰ ਰਹਿਣ ਦਾ ਰਾਤ ਦਾ ਪ੍ਰਬੰਧ ਕੀਤਾ ਜਾਵੇਗਾ। ਵੱਧ ਤੋਂ ਵੱਧ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਹਰ ਤਰ੍ਹਾਂ ਲੋਕਾਂ ਨੂੰ ਬੇਨਤੀ ਕਰਕੇ ਵੱਧ ਤੋਂ ਵੱਧ ਉਪਰਾਲਾ ਕਰਾਂਗੇ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਦਾ, ਵੀ ਮਤਲਬ ਇੱਕ ਰਾਤ ਵਾਸਤੇ, 2 ਦਿਨ ਵਾਸਤੇ, ਜਿੰਨਾ ਵੀ ਸੰਗਤ ਦਾ ਪ੍ਰਬੰਧ ਹੋਵੇਗਾ ਅਸੀਂ ਆਪ ਕਰਾਵਾਂਗੇ। ਨਾਲ ਜਿੱਥੇ ਵੀ ਬਾਬਾ ਜੀ ਡਿਊਟੀ ਲਾਉਣਗੇ ਹਰ ਤਰ੍ਹਾਂ ਦਿਨ ਰਾਤ ਇੱਕ ਕਰਕੇ ਆਪਾਂ ਸਾਰੇ ਸੰਗਤ ਦੀ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸੱਦਾ ਦੇ ਰਹੇ ਹਾਂ ਮਾਸਟਰ ਜਸਵੰਤ ਸਿੰਘ ਜੀ ਨੂੰ। ਇਹ ਵੀ ਬੜੀ ਮਹਾਨ ਉੱਤਮ ਸੇਵਾ ਲਗਾਤਾਰ ਸਾਲਾਂ ਬੱਧੀ ਕਰਦੇ ਆ ਰਹੇ ਨੇ। ਵੱਖ ਵੱਖ ਸਥਾਨਾਂ ਤੋਂ ਬੀਬੀਆਂ ਨੂੰ ਪ੍ਰੇਰਨਾ ਦੇ ਕੇ, ਪਿੰਡਾਂ ਦੇ ਮੋਹਤਬਰ ਸੱਜਣਾਂ ਨੂੰ ਪ੍ਰੇਰਨਾ ਦੇ ਕੇ ਲੰਗਰ ਪਕਵਾ ਕੇ ਲੈ ਕੇ ਲਿਆਉਂਦੇ ਨੇ ਮਾਸਟਰ ਜਸਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਤੇ ਸ਼ਹੀਦਾਂ ਨੇ ਸਾਧ ਸੰਗਤ ਜੀ ਇਹ ਪ੍ਰੇਰਨਾ ਦਿੱਤੀ ਹੈ, ਜੋ ਉਦਮ ਉਪਰਾਲਾ ਬਖਸ਼ਿਆ ਹੈ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਇਹ ਸਮਾਗਮ ਰਚੇ ਹਨ। ਆਪ ਸੰਗਤਾਂ ਵੀ ਵਡਭਾਗੀ ਹੋ ਸਾਧ ਸੰਗਤ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ। ਤਨ ਮਨ ਧਨ ਦੁਆਰਾ ਆਪ ਸਾਰੀਆਂ ਸੰਗਤਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਸਾਰੇ ਸੇਵਾਵਾਂ ਨਿਭਾ ਰਹੇ ਹੋ। ਦਾਸ ਦੀ ਵੀ ਮਹਾਂਪੁਰਖਾਂ ਵੱਲੋਂ ਇਹ ਸੇਵਾ ਲੱਗੀ ਹੈ ਕਿ ਵੱਖਰੇ ਵੱਖਰੇ ਸਥਾਨਾਂ ਤੋਂ ਗੁਰੂ ਜੀ ਦੀਆਂ ਸੰਗਤਾਂ ਨੂੰ ਬੇਨਤੀ ਕਰਕੇ ਜੋ ਲੰਗਰ ਤਿਆਰ ਕਰਕੇ ਇਹਨਾਂ ਸਮਾਗਮਾਂ ਵਿੱਚ ਲਿਆਇਆ ਜਾਂਦਾ ਹੈ। ਇਹ ਸੇਵਾਵਾਂ ਸਤਿਗੁਰੂ ਜੀ ਆਪ ਹੀ ਲੈ ਰਹੇ ਹਨ। ਜਿਹੜੇ ਸਥਾਨਾਂ ਤੋਂ ਪਹਿਲਾਂ ਲੰਗਰ ਤਿਆਰ ਹੋ ਕੇ ਆਉਂਦਾ ਸੀ, ਉਹਨਾਂ ਸਾਰੇ ਸਥਾਨਾਂ 'ਤੇ ਦਾਸ ਨੇ ਬੇਨਤੀ ਕੀਤੀ ਹੈ। ਜੋ ਨਿਸ਼ਕਾਮ ਕੀਰਤਨੀ ਜਥਾ ਮਹਿਤਾ ਚੌਂਕ ਵਾਲੇ ਹਰ ਰੋਜ਼ ਹੀ ਥਾਂ ਪਰ ਥਾਂ ਜਾ ਕੇ ਇਹ ਗੁਰਮਤਿ ਸਮਾਗਮ ਕਰਦੇ ਆ, ਥਾਂ ਪਰ ਥਾਂ 'ਤੇ ਸਾਰੀਆਂ ਸੰਗਤਾਂ ਨੂੰ ਪਾਈ ਇਹ ਵੀ ਬੇਨਤੀ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਕੀਤੀ ਜਾਂਦੀ ਆ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਤਨ ਮਨ ਧਨ ਦੁਆਰਾ ਹਾਜ਼ਰੀ ਭਰ ਕੇ ਸੇਵਾ ਕਰਕੇ ਸ਼ਹੀਦਾਂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾਵਾਂ ਲੈਣ। ਮਹਾਰਾਜ ਦਾ ਸਾਧ ਸੰਗਤ ਜੀ ਬਚਨ ਆ ਵੀ ਇਹ ਜਿਹੜੀ ਸੇਵਾ ਹੈ ਇਹ ਮਹਾਂਪੁਰਖਾਂ ਦਾ ਉਪਰਾਲਾ, ਮਹਾਂਪੁਰਖਾਂ ਨੂੰ ਪ੍ਰੇਰਨਾ ਹੋਈ, ਇਹ ਸੇਵਾ ਦਾ ਜਿਹੜਾ ਮਹਾਨ ਜਿਹੜਾ ਕੁੰਭ ਸ਼ੁਰੂ ਹੋਇਆ ਹੈ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਇਹ ਜੋ ਸੇਵਾਵਾਂ ਕਰਕੇ ਗੁਰੂ ਜੀ ਕਿਰਪਾ ਕਰਨ, ਅਸੀਂ ਆਪਣੇ ਆਪ ਨੂੰ ਜਣਾਈਏ ਨਾ ਸਾਧ ਸੰਗਤ ਜੀ, ਸਗੋਂ ਆਪਣੇ ਮਨ ਕਰਕੇ ਵੱਡੇ ਭਾਗ ਸਮਝੀਏ
ਕਿ ਸਾਨੂੰ ਇਹ ਸੇਵਾਵਾਂ ਪ੍ਰਾਪਤ ਹਨ ਤਾਂ ਕਿ ਕੀਤੀਆਂ ਹੋਈਆਂ ਸੇਵਾਵਾਂ ਸਫਲ ਹੋ ਜਾਣ। ਜਿਵੇਂ ਮਹਾਂਪੁਰਖਾਂ ਨੇ ਬਚਨ ਕਿਹਾ ਕਿ ਸਾਧ ਸੰਗਤ ਜੀ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਣਾ, ਸਤਿਕਾਰ ਕਰਨਾ ਇਹ ਬਹੁਤ ਵੱਡੀ ਸੇਵਾ ਹੈ। ਭਾਈ ਗੁਰਦਾਸ ਜੀ ਦਾ ਬਚਨ ਆ ਵੀ ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰਖੇਤ ਅਸਮੇਧ ਜਗ ਫਲ ਸਿੱਖ ਕੋ ਜਵਾਏਗਾ। ਸਿੱਖ ਨੂੰ ਸਾਧ ਸੰਗਤ ਜੀ ਆਇਆਂ ਕਹਿਣਾ, ਉਹਨਾਂ ਨੂੰ ਜਲ ਪਾਣੀ ਸਿਖਾਉਣਾ, ਇਹ ਸਾਡੀ ਸਾਰੇ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਦਾ ਇਹ ਫਰਜ਼ ਆ। ਅਤੇ ਜਿਹੜਾ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਤੁਸੀਂ ਸਾਰੇ ਹੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇਹ ਨਿਭਾ ਰਹੇ ਹੋ, ਸਤਿਗੁਰੂ ਜੀ ਕਿਰਪਾ ਕਰਕੇ ਇਹ ਸੇਵਾਵਾਂ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸਮਾਂ ਸੰਕੋਚਦਿਆਂ ਹੋਇਆਂ ਦਾਸ ਉਹਨਾਂ ਨਗਰਾਂ ਦੇ ਨਾਂ ਨਹੀਂ ਲੈਂਦਾ ਕਿ ਦੱਸ ਦਈਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਮਹਿਤਾ ਚੌਂਕ, ਗੁਰਦੁਆਰਾ ਸਿੰਘ ਸਭਾ ਬੇਰਵਾਲਾ ਖੂਹ, ਨਗਰ ਦਬੁਰਜੀ ਦੀਆਂ ਸੰਗਤਾਂ ਵੱਲੋਂ, ਇਸੇ ਪ੍ਰਕਾਰ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਪਾਤਸ਼ਾਹੀ ਛੇਵੀਂ ਜਿਹੜਾ ਨਵਾਂ ਰਚਨਾ ਹੋਈ ਕਮਾਣ ਰੋਡ 'ਤੇ ਗੁਰਦੁਆਰਾ, ਉੱਥੋਂ ਸੰਗਤਾਂ ਵੀ ਇਹ ਲੰਗਰ ਲਿਆ ਤਿਆਰ ਕਰਕੇ ਲਿਆਉਣਗੀਆਂ। ਗੁਰਦੁਆਰਾ ਡੱਡੇਆਣਾ ਸਾਹਿਬ ਹੈ, ਇਸੇ ਤਰ੍ਹਾਂ ਗੁਰਦੁਆਰਾ ਪੰਥ ਪ੍ਰਕਾਸ਼ ਉਦੋਂ ਨੰਗਲ, ਗੁਰਦੁਆਰਾ ਛਾਵਾਂ ਵਾਲੀ ਪੱਤੀ, ਇਸ ਸਥਾਨ ਤੋਂ ਗੁਰਦੁਆਰਾ ਮਲਕ ਨੰਗਲ ਦੀਆਂ ਸੰਗਤਾਂ ਵੱਲੋਂ, ਘੁਆਟ ਵਿੰਡ ਦੀਆਂ ਸੰਗਤਾਂ ਵੱਲੋਂ, ਇਸੇ ਪ੍ਰਕਾਰ ਸਾਧ ਸੰਗਤ ਜੀ ਨਗਰ ਪੇਰੋ ਸ਼ਾਹ ਦੀਆਂ ਸੰਗਤਾਂ, ਸਹੀਦੂਕੇ ਦੀਆਂ ਸੰਗਤਾਂ, ਇਹ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਇਹ ਲੰਗਰ ਤਿਆਰ ਕਰਕੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸੰਗਤਾਂ ਤਿਆਰ ਕਰਦੀਆਂ, ਇਹਨਾਂ ਲਗਭਗ 14-15 ਨਗਰਾਂ ਤੋਂ ਸਥਾਨਾਂ ਤੋਂ ਗੁਰੂ ਜੀ ਦੀਆਂ ਸੰਗਤਾਂ ਇਹ ਸੇਵਾਵਾਂ ਨਿਭਾ ਕੇ ਸ਼ਹੀਦਾਂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਭੁੱਲਾਂ ਦੀ ਮਾਫ਼ੀ ਬਖਸ਼ਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 15 ਨਗਰਾਂ ਤੋਂ ਇੰਨੀ ਸੇਵਾ ਪਲੈਂਡ ਵੇ ਨਾਲ ਭਾਈ ਜਸਵੰਤ ਸਿੰਘ ਜੀ ਕਰਦੇ ਪਏ ਨੇ, ਸ਼ੁਕਰਾਨਾ ਵਾਹਿਗੁਰੂ ਦਾ, ਮਿਹਰਬਾਨੀ ਇਹਨਾਂ ਦੀ। ਬੇਨਤੀ ਕਰਾਂ ਜਥੇਦਾਰ ਨਸੀਬ ਸਿੰਘ ਜੀ ਮਹਿਤਾ ਚੌਂਕ, ਉਹ ਵੀ ਹਮੇਸ਼ਾ ਇਸ ਸੇਵਾ 'ਚ ਹਿੱਸਾ ਪਾਉਂਦੇ ਹੀ ਆਏ ਨੇ, ਸਾਲਾਂ ਬੱਧੀ ਪਾਉਂਦੇ ਆਏ ਨੇ, ਲਗਾਤਾਰ ਪਾਉਂਦੇ ਆਏ ਨੇ, ਹੁਣ ਵੀ ਉਹਨਾਂ ਨੂੰ ਬੇਨਤੀ ਹੈ ਮਾਈਕ 'ਤੇ ਆ ਕੇ ਜਥੇਦਾਰ ਨਸੀਬ ਸਿੰਘ ਜੀ ਮਹਿਤਾ ਚੌਂਕ। ਸਵਰਨ ਸਿੰਘ ਜੀ ਰਸੂਲਪੁਰ, ਉਹਨਾਂ ਨੇ ਸੇਵਾ ਲਈ ਆ ਦੋ ਬੱਸਾਂ ਦੀ, ਬਾਬਾ ਸਵਰਨ ਸਿੰਘ ਜੀ ਰਸੂਲਪੁਰ ਸੇਵਾ ਦੋ ਬੱਸਾਂ ਦੀ। ਬਹੁਤ ਹੀ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ, ਗੱਦ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ 6 ਜੂਨ ਦੇ ਸ਼ਹੀਦੀ ਸਮਾਗਮ ਵਾਸਤੇ ਡਿਊਟੀਆਂ ਲੱਗ ਰਹੀਆਂ ਨੇ, ਸਤਿਗੁਰੂ ਦੀ ਕਿਰਪਾ ਦਾ ਸਦਕਾ, ਪਹਿਲਾਂ ਅਸੀਂ 2 ਦਿਨ ਲੰਗਰ ਦੀ ਸੇਵਾ ਕਰਦੇ ਸੀ 5 ਅਤੇ 6 ਜੂਨ ਨੂੰ, ਇਸ ਵਾਰ 4, 5, 6 ਜੂਨ 3 ਦਿਨ ਲੰਗਰ ਦੀ ਸੇਵਾ ਚੱਲਣੀ ਹੈ। ਸਤਿਗੁਰੂ ਜੀ ਕਿਰਪਾ ਕਾਰਨ ਅਸੀਂ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ, 3 ਦਿਨ ਲੰਗਰ ਚੜ੍ਹਦੀ ਕਲਾ ਨਾਲ ਚੱਲਣਗੇ। ਸੰਗਤ ਜਿੰਨੀ ਵੀ ਮਰਜ਼ੀ ਆ ਜਾਵੇ, ਪ੍ਰਸ਼ਾਦੇ ਦੇ ਬਗੈਰ ਨਹੀਂ ਕਿਸੇ ਨੂੰ ਜਾਣ ਦਿੱਤਾ ਜਾਵੇਗਾ। ਇੰਨੀਆਂ ਕੁ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸੱਦਾ ਦੇਵਾਂ ਭਾਈ ਗੁਰਮੀਤ ਸਿੰਘ ਜੀ, ਸਰਪੰਚ ਨੰਗਲੀ, ਉਹ ਵੀ ਹਮੇਸ਼ਾ ਅਤੇ ਹਮੇਸ਼ਾ, ਕਿਉਂਕਿ ਸੰਗਤ ਉਹ ਬੁਲਾਇਆ ਜਾ ਰਹੇ ਆ ਜੋ ਕੰਟੀਨਿਊਸਲੀ ਕਰਦੇ ਪਏ ਆ, ਭਾਈ ਗੁਰਮੀਤ ਸਿੰਘ ਜੀ ਨੰਗਲੀ ਸਰਪੰਚ। ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿੱਚ
ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਦੀਵਾਨ ਹਾਲ ਵਿੱਚ ਮੁਖੀ ਦੰਦ ਦਮੀ ਟਕਸਾਲ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਅਗਵਾਈ ਵਿੱਚ ਇਕੱਠੀ ਹੋਈ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਪਾਰਟੀਆਂ ਦੇ ਨੁਮਾਇੰਦੇ ਸਾਹਿਬਾਨ ਸਰਪੰਚ ਪੰਚ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੇ ਹੁਕਮ ਕੀਤਾ ਹੈ ਕਿ ਵੱਧ ਤੋਂ ਵੱਧ ਸੰਗਤਾਂ ਪਿੰਡਾਂ ਦੇ ਵਿੱਚ ਆਉਣੀਆਂ ਚਾਹੀਦੀਆਂ। ਮੇਰਾ ਗਵਾਂਢੀ ਪਿੰਡ ਹੋਣ ਦੇ ਨਾਲ ਨੰਗਲੀ ਦੀਆਂ ਤਕਰੀਬਨ ਸਾਡੀਆਂ 3 ਪੰਚਾਇਤਾਂ ਹਨ। ਸਮੁੱਚਾ ਨਗਰ ਅਤੇ ਦੂਸਰੀਆਂ ਦੋ ਪਿੰਡਾਂ ਦੀ ਵੀ ਬਾਬਾ ਜੀ ਵੱਧ ਤੋਂ ਵੱਧ ਸੰਗਤ ਨਾਲ ਲੈ ਕੇ ਦੋਵੇਂ 3 ਦਿਨ ਇੱਥੇ ਸਾਰੀ ਸੰਗਤ ਸੇਵਾ ਵੀ ਕਰੂਗੀ, ਹਾਜ਼ਰੀਆਂ ਵੀ ਭਰਨਗੀਆਂ, ਹੋਰ ਵੀ ਪ੍ਰਬੰਧਕ ਸਾਹਿਬਾਨ ਜੋ ਡਿਊਟੀਆਂ ਸਾਡੀਆਂ ਲਾਉਣਗੇ ਉਹ ਸਿਰ ਮੱਥੇ ਪ੍ਰਵਾਨ ਆ ਜੀ। ਤੋਂ ਸਾਰੇ ਹੀ ਰਲ ਮਿਲ ਕੇ ਆਪਾਂ ਇਹ ਜਿਹੜੇ ਰੰਭੇ ਹੋਏ ਸੀ ਦੀ ਕਾਰਜ ਆ, ਪਰਮਾਤਮਾ ਕਰੇ ਨੇਪਰੇ ਚੜ੍ਹਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਗਲੇ ਬੁਲਾਰੇ ਦੇ ਰੂਪ ਵਿੱਚ ਸੱਦਾ ਦੇਵਾਂ ਚੇਅਰਮੈਨ ਗੁਰਮੀਤ ਸਿੰਘ ਜੀ ਖੱਬੇ ਰਾਜਪੂਤਾਂ, ਜੇ ਉਹ ਵੇਲੇ ਕੁ ਵੇਲੇ ਹਨੇਰੇ ਸਵੇਰੇ ਯਾਦ ਕਦੀ ਵੀ ਫਿਰ ਅਸੀਂ ਉਹਨਾਂ ਪਾਸ ਪਹੁੰਚਦੇ ਹਾਂ ਤਾਂ ਸੇਵਾ ਦਾ ਕਾਰਜ ਨੇਪਰੇ ਚੜ੍ਹਦੇ ਆ, ਪਿੰਡ ਦੀ ਸੰਗਤ ਦਾ ਬਾਬਾ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਉਂਦੇ ਆ। ਆਓ ਉਹਨਾਂ ਦੀ ਕਮਿਟਮੈਂਟ ਸੁਣੀਏ ਚੇਅਰਮੈਨ ਗੁਰਮੀਤ ਸਿੰਘ ਜੀ ਖੱਬੇ ਰਾਜਪੂਤਾਂ। ਪਰਮ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਉਹਨਾਂ ਦੀ ਰਹਿਨਮਾਈ ਹੇਠ ਜੋ 6 ਜੂਨ ਨੂੰ ਆਪਾਂ ਤੀਸਰਾ ਘੱਲੂਘਾਰਾ ਦਿਵਸ ਮਨਾਉਣ ਜਾ ਰਹੇ ਹਾਂ, ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ, ਉਹਨਾਂ ਦੇ ਸੰਬੰਧ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜੀਤ ਸਿੰਘ ਜੀ ਜਲਾਲ ਸਮਾ, ਸਾਬਕਾ MLA ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮ ਸਿੰਘ ਜੀ ਕੋਟਲਾ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਦਲਵੀਰ ਸਿੰਘ ਜੀ, ਡਾਕਟਰ ਦਲਵੀਰ ਸਿੰਘ ਜੀ ਸਾਬਕਾ MLA ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਜੀ ਸਿਆਲਕਾ ਜੀ, ਔਰ ਸਾਡੇ ਸਾਰੇ ਨਗਰਾਂ ਤੋਂ ਆਈ ਸਮੂਹ ਸਾਧ ਸੰਗਤ, ਰਾਜਨੀਤਿਕ ਧਾਰਮਿਕ ਅਤੇ ਸਾਰੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰੇ ਨਗਰ ਵਾਲਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ ਆ, ਸਾਡੇ ਨਗਰ ਵੱਲੋਂ ਵੀ ਜੋ ਮੁੱਖ ਲੰਗਰ ਦੇ ਲਾਗੇ ਜਲੇਬਾਂ ਦਾ ਲੰਗਰ ਲਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ, ਮੈਂ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਬਹੁਤ ਉਤਸ਼ਾਹ ਦੇ ਨਾਲ ਲੰਗਰ ਲਾਇਆ ਜਾਵੇਗਾ। ਔਰ ਲਾਗੇ ਸਾਰੇ ਪਿੰਡਾਂ ਤੋਂ ਮੈਂ ਆਪਣੀ ਪਾਰਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਸਾਰੇ ਅਸੀਂ ਆਪਣੇ ਅਹੁਦੇਦਾਰਾਂ ਨੂੰ, ਸਰਪੰਚ ਸਾਹਿਬਾਨਾਂ ਨੂੰ ਕਹਿ ਕੇ ਪ੍ਰੇਰ ਕਰਕੇ ਵੱਧ ਤੋਂ ਵੱਧ ਸੰਗਤ ਲਿਆਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਸੰਗਤ ਲਿਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ। ਬਹੁਤ ਵੱਡਾ ਇਹ ਦਿਹਾੜਾ ਹੁੰਦਾ ਅਤੇ ਸੰਗਤਾਂ ਨੂੰ ਹੋਰ ਵੀ ਜੋ ਬਾਬਾ ਜੀ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਹਾਜ਼ਰ ਵਾਂ। ਇੰਨੀਆਂ ਬੇਨਤੀਆਂ ਕਰਦਾ ਖੇਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਨਾਲ ਸੇਵਾਵਾਂ ਜਿੰਨੀਆਂ ਵੀ ਉਹਨਾਂ ਨੇ ਮਿਲਣਗੀਆਂ ਕੀਤੀਆਂ ਜਾਣਗੀਆਂ। ਸੱਚਮੁੱਚ ਲੰਗਰ ਧੰਨ ਕਹਿ ਜਲੇਬਾਂ ਦਾ ਬਹੁਤ ਸਵਾਦ ਹੁੰਦਾ। ਇਹਨਾਂ ਨੇ ਕਿਹਾ ਅੱਗੇ ਨੂੰ ਵੀ ਵੱਧ ਚੜ੍ਹ ਕੇ, ਖੰਡ ਤਾਂ ਭਾਵੇਂ ਵੱਧ ਨਾ ਪਾਉਣ ਕਿਉਂਕਿ ਸਾਰਿਆਂ ਸੂਟ ਨਹੀਂ ਕਰਦੀ ਹੁੰਦੀ ਖੰਡ, ਜਲੇਬ ਜ਼ਰੂਰ ਅੱਗੇ ਨੂੰ ਵੱਧ ਚੜ੍ਹ ਕੇ ਬਣ ਜਾਣ।
ਤੁਰਦਿਆਂ ਚਲੋ ਮੁਸਕਰਾ ਲਈਏ। ਸੋ ਵੱਧ ਚੜ੍ਹ ਕੇ ਹਰ ਪੱਖੋਂ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਹੁਣ ਮੈਂ ਬੁਲਾਵਾ ਦੇਵਾਂ ਜਥੇਦਾਰ ਜਤਿੰਦਰ ਸਿੰਘ ਜੀ ਲੱਦਾ ਮੁੰਡਾ, ਆੜ੍ਹਤੀ ਸ਼ੋਸ਼ੀ ਨਾਲ ਕਿਸੇ ਨਾ ਕਿਸੇ ਰੂਪ 'ਚ ਅਟੈਚਡ ਰਹਿੰਦੇ ਨੇ, ਸਮਾਜ ਸੇਵਾ 'ਚ ਕਿਸੇ ਨਾ ਕਿਸੇ ਰੂਪ 'ਚ ਲੱਗੇ ਰਹਿੰਦੇ ਨੇ। ਮਹਿਤਾ ਚੌਂਕ ਦੇ ਵਾਸੀ ਲੱਦਾ ਮੁੰਡਾ ਦੇ ਪੱਕੇ ਵਾਸੀ, ਉਹਨਾਂ ਦੇ ਕੋਲੋਂ ਸੁਣੀਏ ਦੋ ਸ਼ਬਦ। ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਰਪੰਚ ਹਰਜਿੰਦਰ ਸਿੰਘ ਦੱਸ ਕੇ ਗਏ ਆ, ਆਪਾਂ ਮਹਾਂਪੁਰਸ਼ਾਂ ਨੇ ਡਿਊਟੀ ਲਾਈ ਸੀ, ਹਰ ਸਾਲ ਲੰਗਰ ਲਾਉਂਦੇ ਹਾਂ ਜਿਵੇਂ ਪਹਿਲਾਂ, ਉਵੇਂ ਹੀ ਵੱਧ ਚੜ੍ਹ ਕੇ ਸਮੂਹ ਸਾਧ ਸੰਗਤ ਮਹਿਤਾ ਚੌਂਕ ਆੜ੍ਹਤੀ ਐਸੋਸੀਏਸ਼ਨ ਚੌਂਕ ਦੀ ਸੰਗਤ ਦੀ ਸ਼ਮੂਲੀਅਤ ਕਰਕੇ ਬਹੁਤ ਵਧੀਆ ਲੰਗਰ ਲਾਉਂਗੇ, ਚੰਗਾ ਉਪਰਾਲਾ ਕਰਾਂਗੇ, ਸੰਗਤ ਦੀ ਸੇਵਾ ਕਰਾਂਗੇ, ਕਿਉਂਕਿ ਇਹ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ। ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਇਆ, ਆਪਾਂ ਜਿੱਥੇ ਮਹਾਂਪੁਰਸ਼ ਕਹਿਣਗੇ ਉੱਥੇ ਹੀ ਡਿਊਟੀ ਦੇਵਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਹੀ ਸੰਖੇਪਤ ਰੂਪ 'ਚ ਸਭ ਕੁਝ ਕਹਿ ਗਏ ਨੇ। ਸੱਦਾ ਦੇਣ ਜਾ ਰਿਹਾ ਸਰਦਾਰ ਅਜਮੇਰ ਸਿੰਘ ਜੀ ਧਰਦਿਓ, ਬੜੇ ਤਨ ਮਨ ਨਾਲ, ਬੜੇ ਹੀ ਲਗਨ ਦੇ ਨਾਲ ਹਰ ਬਾਬਾ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਉਂਦੇ ਆਏ ਆ ਅਤੇ ਸੇਵਾ ਦੇ ਵਿੱਚ ਪੂਰੇ ਪਰਿਪੱਕ ਨੇ। ਸਰਦਾਰ ਅਜਮੇਰ ਸਿੰਘ ਜੀ ਧਰਦਿਓ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸਮੂਹ ਜੂਨ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਸਮਾਗਮ ਕਰਵਾਏ ਜਾਂਦੇ ਹਨ, ਉਹਨਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਅਗਵਾਈ 'ਚ ਜੁੜ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਦੇ ਸਮਾਗਮਾਂ ਦੀ ਹਾਜ਼ਰੀ ਭਰਨ ਲਈ ਦੂਰ ਦੁਰਾਡੇ ਤੋਂ ਲੱਖਾਂ ਹੀ ਸੰਗਤਾਂ ਹਾਜ਼ਰੀ ਭਰਦੀਆਂ ਹਨ। ਉਹਨਾਂ ਦੇ ਜਲ ਪਾਣੀ ਲਈ ਇਲਾਕੇ ਦੀਆਂ ਸੰਗਤਾਂ ਵੱਲੋਂ ਲੰਗਰ ਛਬੀਲਾਂ ਲਗਾਈਆਂ ਜਾਂਦੀਆਂ ਹਨ। ਪਿਛਲੇ ਸਮੇਂ ਤੋਂ ਮਹਾਂਪੁਰਸ਼ਾਂ ਨੇ ਸਾਡੇ ਨਗਰ 'ਤੇ ਵੀ ਕਿਰਪਾ ਕੀਤੀ, ਸਾਡੇ ਨਗਰ ਨੂੰ ਵੀ ਲੰਗਰ ਪ੍ਰਸ਼ਾਦੇ ਦੀ ਸੇਵਾ ਦਾ ਮੌਕਾ ਦਿੱਤਾ। ਇਸ ਵਾਰ ਮਹਾਂਪੁਰਸ਼ਾਂ ਨੇ ਕੁਝ ਸਾਡੇ ਨਗਰ ਨੂੰ ਹੋਰ ਵੱਧ ਕਰਨ ਲਈ ਆਖਿਆ, ਸੋ ਸਾਡੇ ਨਗਰ ਵੱਲੋਂ ਪੂਰਾ ਹੀ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਪੂੜੀ ਛੋਲੇ ਦਾ ਲੰਗਰ ਵੀ ਚਲਾਇਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਬੁਲਾਵਾ ਦੇਣ ਜਾ ਰਿਹਾ ਭਾਈ ਇਕਬਾਲ ਸਿੰਘ ਜੀ ਸਾਹਿਬ, ਹਮੇਸ਼ਾ 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 ਹੁਕਮ ਦੇ ਅਲੋਟ ਕੀਤੀ ਸੇਵਾ 'ਤੇ ਪਹਿਰਾ ਦਿੰਦੇ ਆਏ ਆ। ਆਪਣੇ ਮੁਖਾਰਬਿੰਦ ਤੋਂ ਪਿੰਡ ਮਹਿਤਾ ਵੱਲੋਂ ਕਿਸੇ ਰੂਪ 'ਚ ਕਹਿ ਲਓ ਸੇਵਾਵਾਂ ਜੋ ਵੀ ਉਹਨਾਂ ਕਰਨੀਆਂ ਤਫਸੀਲ ਦੇਣਗੇ ਸ਼ਾਹ ਜੀ। ਮਹਾਂਪੁਰਖਾਂ ਦੀ ਅਗਵਾਈ 'ਚ 6 ਜੂਨ ਦੇ ਸੰਬੰਧ 'ਚ ਜਿਹੜੀ ਇਹ ਮੀਟਿੰਗ ਰੱਖੀ ਗਈ ਆ, ਉਹਦੇ ਸੰਬੰਧ 'ਚ ਸਾਰੀ ਸੰਗਤ ਇੱਥੇ ਇਕੱਤਰ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਨਾਲ ਹੁਕਮ ਸੀ ਪਏ, ਭਾਈ ਅਜੀਤ ਸਿੰਘ ਜੀ ਜਿਹੜੇ ਮੇਨ ਲੰਗਰ ਵਾ ਉੱਥੇ, ਉਹਦੇ ਨਾਲ ਮੇਰੀ ਡਿਊਟੀ ਸਿੰਘਾਂ ਦੀ ਪਿੰਡਿਆਂ ਦੀ ਡਿਊਟੀ ਲਾਈ ਆ। ਮੈਂ ਬਾਬਾ ਜੀ ਨੂੰ ਵਿਸ਼ਵਾਸ ਦਵਾਉਣਾ ਕਿ ਅਸੀਂ ਤਨਦੇਹੀ ਨਾਲ ਉਹਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹ ਜੀ ਤੋਂ ਬਾਅਦ
ਭਾਈ ਸੁਖਚੈਨ ਸਿੰਘ ਜੀ ਮਹਿਸਮਪੁਰ ਸਟੇਜ 'ਤੇ ਆਉਣ। ਇਹ ਟੂ ਵੀਲਰਸ ਦੀ ਸੇਵਾ ਸੰਭਾਲਦੇ ਆਏ ਆ, ਜਿਹੜਾ ਕਿ ਟੂ ਵੀਲਰ ਸਾਈਕਲਾਂ ਵਾਂਗ ਗਿਣਤੀ ਵੱਧਦੀ ਜਾਂਦੀ ਆ। ਭਾਈ ਸੁਖਚੈਨ ਸਿੰਘ ਜੀ ਮਹਿਸਮਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਜਾਂਦੀ ਹੈ ਕਿ ਜੋ ਅਸੀਂ ਪਾਰਕਿੰਗ ਦੀ ਸੇਵਾ, ਟੂ ਵੀਲਰ ਮੋਟਰਸਾਈਕਲ ਪਾਰਕਿੰਗ ਦੀ ਸੇਵਾ ਦੋ ਥਾਈਂ ਕਰਦੇ ਹਾਂ, ਅੱਗੇ ਵੀ ਵਾਸਤੇ ਕਰਦੇ ਰਹਾਂਗੇ ਅਤੇ ਐਰਕਾਂ ਵੀ 6 ਜੂਨ ਨੂੰ ਨਿਭਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਵੰਡ ਸੋਹਣੀ ਹੋ ਰਹੀ ਹੈ, ਸ਼ੋਰਟ ਵਿੱਚ ਪੂਰੀ ਗੱਲ ਕਹਿ ਜਾਂਦੇ ਨੇ ਸਾਰੇ। ਗੁਰਮੁਖ ਪਿਆਰੇ ਧੰਨਵਾਦੀ ਹਾਂ। ਬੁਲਾਵਾ ਦੇ ਰਿਹਾ ਭਾਈ ਗੁਰਧਿਆਨ ਸਿੰਘ ਜੀ ਮਹਿਤਾ, ਚੜ੍ਹਦੀ ਕਲਾ ਨਾਲ ਸਿੰਘ ਰੂਪ ਕਾਰਜ ਸ਼ੈਲੀ ਸਭ ਕੁਝ ਅੱਗੇ ਨੂੰ ਬਹੁਤ ਹੀ ਬਹੁਤ ਹੀ ਬਹੁਤ ਬਹੁਤ ਹੀ ਵਾਹਿਗੁਰੂ ਦੀ ਕਿਰਪਾ। ਆਓ ਸੁਣੀਏ ਉਹਨਾਂ ਪਾਸੋਂ। ਮਹਾਂਪੁਰਸ਼ਾਂ ਦੀ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਨੇ ਸ਼ਬੀਲ ਦੀ ਸੇਵਾ ਦਿੱਤੀ ਹੈ ਜੀ, ਵੱਧ ਚੜ ਕੇ ਨਿਭਾਵਾਂਗੇ ਜੀ, ਕੋਈ ਹੋਰ ਵੀ ਸੇਵਾ ਦੇਣਗੇ ਤਾਂ ਹਾਜ਼ਰ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਬੁਲਾਵਾ ਦੇਣ ਜਾ ਰਹੇ ਹਾਂ ਸਰਵਿੰਦਰ ਸਿੰਘ ਜੀ, ਭਾਈ ਸਰਵਿੰਦਰ ਸਿੰਘ ਜੀ ਢਡਿਆਲਾ। ਇਹਨਾਂ ਨੇ ਬੱਸਾਂ ਦੀ ਸੇਵਾ ਲਈ ਆ, ਹੁਣ ਵੀ ਆ ਕੇ ਆਪਣੇ ਮੁੱਖ ਤੋਂ ਉਚਾਰਨ ਢਡਿਆਲਾ ਸਾਹਿਬ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਰਹਿਨਮਾਈ ਹੇਠ ਅੱਜ ਦੀ ਜੋ ਮੀਟਿੰਗ ਸਾਡੇ ਵਰਤਮਾਨ ਸਮੇਂ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਨ੍ਹਾਂ ਦੀ ਸਾਲਾਨਾ ਸ਼ਹੀਦੀ ਜੋੜ ਮੇਲਿਆਂ ਨੂੰ ਮਨਾਉਣ ਵਾਸਤੇ ਅਸੀਂ ਜੋ ਹਰ ਸਾਲ 6 ਜੂਨ ਨੂੰ ਦਿਹਾੜੇ ਮਨਾਏ ਜਾਂਦੇ ਨੇ, ਉਸ ਦੇ ਸੰਬੰਧ ਵਿੱਚ ਸਾਰੀਆਂ ਹੀ ਸੰਗਤਾਂ ਇਕੱਤਰ ਹੋਈਆਂ ਨੇ। ਉਸ ਸਮੇਂ 'ਤੇ ਪਹੁੰਚੀਆਂ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਇੱਕ ਵਾਰੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਾਇਰ ਲਿਖਦਾ ਜੀ, ਸ਼ਹੀਦੋਂ ਕੀ ਚਿਤਾਵਾਂ ਪੇ ਲੱਗੇਂਗੇ ਹਰ ਬਰਸ ਮੇਲੇ, ਸ਼ਹੀਦੋਂ ਕੀ ਚਿਤਾਵਾਂ ਪੇ ਲੱਗੇਂਗੇ ਹਰ ਬਰਸ ਮੇਲੇ, ਦੇਸ਼ ਪੇ ਮਿਟਣੇ ਵਾਲੋਂ ਕਾ ਬਾਕੀ ਜਿਹੀ ਨਿਸ਼ਾ ਹੋਗਾ, ਦੇਸ਼ ਪੇ ਮਿਟਣੇ ਵਾਲੋਂ ਕਾ ਬਾਕੀ ਜਿਹੀ ਨਿਸ਼ਾ ਹੋਗਾ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਸ਼ਹੀਦਾਂ ਦੀ ਮੌਤ ਕੌਮਾਂ ਦੀ ਜ਼ਿੰਦਗੀ ਬਣਦੀ ਹੈ, ਜਿਹੜੇ ਲੋਕ ਲੋਕਾਂ ਦੀ ਖਾਤਰ ਕੌਮਾਂ ਦੀ ਖਾਤਰ ਕੁਝ ਕਰਕੇ ਜਾਂਦੇ ਨੇ, ਲੋਕ ਉਹਨਾਂ ਹੀ ਲੋਕਾਂ ਨੂੰ ਪੂਜਦੇ ਨੇ, ਉਹਨਾਂ ਦੇ ਦਿਹਾੜੇ ਮਨਾਉਂਦੇ ਨੇ। ਇੱਕ ਸ਼ਾਇਰ ਲਿਖਦਾ, ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ, ਉਹਨਾਂ ਕੌਮਾਂ ਨੂੰ ਸਦਾ ਇਤਿਹਾਸ ਪੂਤੇ ਵਿਪਦਾ ਹੱਸ ਕੇ ਕੌਮ ਜੋ ਜਰ ਜਾਂਦੀ, ਉਹਨਾਂ ਕੌਮਾਂ ਨੇ ਮੋਰਚੇ ਸਰ ਕੀਤੇ, ਜਿਨ੍ਹਾਂ ਕੌਮਾਂ ਨੂੰ ਲੜਨ ਦਾ ਝੱਲ ਪੈ ਜੇ, ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ੍ਹ ਪੈ ਜੇ। ਉਹਨਾਂ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਦੀ, ਉਹਨਾਂ ਸ਼ਹਾਦਤਾਂ ਦੇ ਸਦਕਾ ਅੱਜ ਅਸੀਂ ਆਪਣੀ ਪੱਗ ਨੂੰ ਆਪਣੇ ਸਿਰ ਨੂੰ ਉੱਚਾ ਕਰਕੇ ਸਮਾਜ ਵਿੱਚ ਘੁੰਮ ਰਹੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ, ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਸਿੱਖ ਕੌਮ ਨੂੰ ਕਾਇਮ ਰੱਖਣ ਦੇ ਲਈ ਆਪਣੀਆਂ, ਜਿਵੇਂ ਭਾਈ ਤਾਰੂ ਸਿੰਘ ਦੀ ਮਿਸਾਲ ਲਈ ਤਾਂ ਉਹਨਾਂ ਆਪਣੇ ਇਤਿਹਾਸ ਦੇ ਵਿੱਚ ਲਿਖਿਆ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਕਰਕੇ ਬਾਬਾ ਜੀ ਜੋ ਵੀ ਹੁਕਮ ਕਰਨਗੇ ਉਹਨਾਂ ਹੁਕਮਾਂ 'ਤੇ ਫੁੱਲ ਚੜ੍ਹਾਵਾਂਗੇ, ਸੰਗਤਾਂ ਦੇ ਸੰਯੋਗ ਦੇ ਨਾਲ ਅਤੇ ਬਾਬਾ ਜੀ ਦੇ ਹੁਕਮਾਂ ਦੇ ਅਨੁਸਾਰ ਜੋ ਬੱਸਾਂ ਦੀ ਸੇਵਾ ਦਾਸ ਨੂੰ ਬਾਬਾ ਜੀ ਨੇ ਬਖਸ਼ੀ ਆ, ਉਹ ਵਾਹਿਗੁਰੂ ਜੀ ਕਿਰਪਾ ਕਰਨ ਆਪਣੀ ਸੁਭਾਅ ਲੈ ਲੈਣ।
ਸੋ ਕੁਝ ਆਪਣੀ ਸੰਕੋਚਨ ਤੋਂ ਪਹਿਲਾਂ ਇੱਕ ਸ਼ਾਇਰ ਸਾਡੇ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਇਤਿਹਾਸਕਾਰ ਡਾਕਟਰ ਕਰਤਾਰ ਸਿੰਝ ਜੀ ਨੇ ਲਿਖਿਆ, ਝਟਕਾਇਆ ਜਾਂਦਾ ਬੱਕਰਾ ਤਾਂ ਮੀਟ ਉਹਦਾ ਖਾਧਾ ਜਾਂਦਾ, ਖਲੜੀ ਦਾ ਢੋਲਕੀ ਅਤੇ ਤਪਲਾ ਮੜਾਇਆ ਜਾਂਦਾ, ਮਰ ਜਾਵੇ ਮਿਰਗ 'ਤੇ ਬਣਾਈ ਜਾਂਦੀ ਮਿਰਗਸ਼ਾਲਾ, ਸਿੰਘ 12 ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ, ਮਰ ਜਾਵੇ ਹਾਥੀ 'ਤੇ 250,000 ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ ਜਾਂਦਾ, ਮਰ ਜਾਵੇ ਗੈਂਡਾ 'ਤੇ ਬਣਾਈ ਜਾਂਦੀ ਢਾਲਿਓ ਦੀ, ਤੇਗਾਂ ਅਤੇ ਤੀਰਾਂ ਨਾਲ ਉਹਨੂੰ ਅਜਮਾਇਆ ਜਾਂਦਾ, ਮਰ ਜਾਵੇ ਗੈਂਡਾ 'ਤੇ ਬਣਾਈ ਹੁੰਦੀ ਢਾਲਿਓ ਦੀ, ਤੇਗਾਂ ਅਤੇ ਤੀਰਾਂ ਨਾਲ ਉਹਨੂੰ ਅਜਮਾਇਆ ਜਾਂਦਾ, ਮਰ ਜਾਵੇ ਸ਼ੇਰ ਅਤੇ ਲਿਆ ਕੇ ਉਹਦੀ ਚਮੜੀ ਨੂੰ, ਸੰਤਾਂ ਅਤੇ ਮੰਤਾਂ ਥੱਲੇ ਆਸਣ ਵਿਛਾਇਆ ਜਾਂਦਾ, ਮਰ ਜਾਵੇ ਪਸ਼ੂ ਅਤੇ ਲਿਆ ਕੇ ਉਹਦੀ ਖਲੜੀ ਨੂੰ, ਮੋਚੀ ਤੋਂ ਸਵਾ ਕੇ ਜੋੜਾ ਪੈਰਾਂ ਵਿੱਚ ਪਾਇਆ ਜਾਂਦਾ, ਪਰ ਹੱਡ ਮਾਸ ਨਾੜੀ ਚੰਮ ਬੰਦੇ ਦਾ ਨਹੀਂ ਕਿਸੇ ਕੰਮ, ਮਰ ਜੇ ਤਾਂ ਸਿਵਿਆਂ 'ਚ ਖੜ ਕੇ ਜਲਾਇਆ ਜਾਂਦਾ, ਅਤੇ ਜਾਂ ਫਿਰ ਰਹਿੰਦਾ ਜਸ ਕਰਤਾਰ ਸਿੰਘਾਂ ਯੋਧਿਆਂ ਦਾ, ਅਤੇ ਜਾਂ ਭਲੇ ਪੁਰਸ਼ਾਂ ਦਾ ਜਸ ਮਗਰੋਂ ਵੀ ਗਾਇਆ ਜਾਂਦਾ, ਜਾਂ ਭਲੇ ਪੁਰਸ਼ਾਂ ਦਾ ਜਸ ਮਗਰੋਂ ਵੀ ਗਾਇਆ ਜਾਂਦਾ, ਜਾਂ ਭਲੇ ਪੁਰਸ਼ਾਂ ਦਾ ਜਸ ਮਗਰੋਂ ਵੀ ਗਾਇਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਰਸ ਉਬਾਸੀਆਂ ਘਟਾ ਕੇ ਬੀਰਸ ਲਿਆ ਕੇ ਪਿਛਲੀ ਐਵਰੇਜ ਇਹਨਾਂ ਨੇ ਸਾਡੀ ਡਾਊਨ ਲਿਆਉਂਦੀ ਆ। ਹੁਣ ਬੁਲਾਰੇ ਹੋਰ ਇੱਕ ਸਕਿੰਟ ਅੱਗੇ ਨੂੰ ਘੱਟ ਬੋਲਿਆ ਕਰਨ। ਹੁਣ ਮੈਂ ਬੁਲਾਵਾ ਦੇਣ ਜਾ ਰਿਹਾ ਜਹੇਦਾਰ ਰਾਜਵੀਰ ਸਿੰਘ ਹੁਣਾਂ ਨੂੰ, ਹੁਣ ਇੱਕ ਇੱਕ ਸਕਿੰਟ ਸਭ ਦਾ ਘਟਾਉਣਾ ਪਏਗਾ ਅਤੇ ਸਟੇਜ 'ਤੇ ਆਉਣ ਜਥੇਦਾਰ ਰਾਜਵੀਰ ਸਿੰਘ ਜੀ ਉਦੋ ਨੰਗਲ। ਮਿਹਰਬਾਨੀ, ਪੁਰਾਣੇ ਨੇ ਇਲਾਕੇ ਦੇ, ਆੜਤ ਵੀ, ਸਰਪੰਚੀ ਵੀ, ਲੀਡਰੀ ਵੀ, ਸਮਾਜ ਸੇਵਾ ਵੀ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਲੰਗਰ ਹਾਲ ਵਿਖੇ ਬ੍ਰਹਮ ਗਿਆਨੀ ਸੰਤ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਜੋ ਪਿਛਲੇ ਸਮੇਂ ਤੋਂ ਆਪਾਂ ਸ਼ਹੀਦਾਂ ਦੀ ਯਾਦਗਾਰ 6 ਜੂਨ ਨੂੰ ਮਨਾਉਂਦੇ ਆ ਰਹੇ ਹਾਂ, ਉਸ ਸੰਬੰਧ ਵਿੱਚ ਇਕੱਤਰ ਹੋਈ ਸੰਤ ਸਮਾਜ ਦੇ ਸੰਤ ਮਹਾਂਪੁਰਸ਼ ਇੱਥੇ ਬੈਠੇ ਹਨ, ਸਾਡੇ ਰਾਜਨੀਤਿਕ ਲੀਡਰ MLA ਸਾਹਿਬ ਉਹ ਵੀ ਇੱਥੇ ਬੈਠੇ ਹਨ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਉਹ ਵੀ ਬੈਠੇ ਹਨ, ਹੋਰ ਵੀ ਸਾਰੀ ਸੰਗਤ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਅਹੁਦੇਦਾਰ ਹਨ, ਉਹ ਸਾਰੇ ਬੜੇ ਉਤਸ਼ਾਹ ਵਿੱਚ ਬੈਠੇ ਹਨ। ਫਤਿਹ ਅਰਜ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੈਠਾ ਇਹ ਵਿਚਾਰ ਕਰ ਰਿਹਾ ਸੀ, ਬਹੁਤ ਉਤਸ਼ਾਹ ਹਰ ਇੱਕ ਦੇ ਵਿੱਚ, ਉਤਸ਼ਾਹ ਜਿਹੜਾ ਹੋਣਾ ਵੀ ਚਾਹੀਦਾ, ਕਿਉਂਕਿ ਆਪਾਂ ਇੱਥੇ ਲੋਕਲ ਇਲਾਕੇ ਵਾਲੇ ਹਾਂ ਅਤੇ ਸੰਗਤ ਬਹੁਤ ਦੂਰ ਦੂਰ ਤੋਂ ਆਉਣੀ ਆ। ਸਾਡਾ ਇਹ ਫਰਜ਼ ਬਣਦਾ ਵੀ ਸੰਗਤ ਨੂੰ ਜਿੰਨਾ ਵੱਧ ਤੋਂ ਵੱਧ ਜੀ ਆਇਆ ਕਹਾਂਗੇ, ਉਨਾ ਹੀ ਇਹ ਜਿਹੜੀ ਯਾਦ ਆ ਉਹ ਚੰਗੀ ਤਰ੍ਹਾਂ ਮਨਾਈ ਜਾਊਗੀ। ਔਰ ਫਿਰ ਪਤਾ ਨਹੀਂ ਕਦੋਂ ਕਿਸੇ ਨੇ ਕਿਸੇ ਵੇਲੇ ਇੱਥੇ ਪਹੁੰਚਣਾ, ਦਾ ਅਗਰ ਬਾਹਰੋਂ ਆਏ ਦੀ ਇਤਮਾਨ ਕਰਾਂਗੇ ਅਤੇ ਸੇਵਾ ਉਹਨਾਂ ਦੀ ਕਰਾਂਗੇ ਅਤੇ ਫਿਰ ਉਹ ਕੋਸ਼ਿਸ਼ ਕਰਨਗੇ ਵੀ ਜਿਹੜੀ ਅਗਲੀ ਵਾਰ ਦੁਬਾਰਾ ਉੱਥੇ ਜਾਈਏ, ਕਿਉਂਕਿ ਉੱਥੇ ਪਿਆਰ ਮਿਲਦਾ, ਸਤਿਕਾਰ ਮਿਲਦਾ। ਸੋ ਸਾਡੇ ਧਰਮ ਵਿੱਚ ਗੁਰੂ ਮਹਾਰਾਜ ਨੇ ਮਾਣ ਸਤਿਕਾਰ ਅਤੇ ਲੰਗਰਾਂ ਦੀ ਸੇਵਾ ਇਹ ਸਾਡੇ ਵਿਰਸੇ ਸਾਨੂੰ ਮਿਲੀ ਆ। ਸੋ ਸਾਰੇ ਆਪਾਂ ਬੜੇ ਉਤਸ਼ਾਹ ਦੇ ਵਿੱਚ ਹਾਂ। ਸਾਡੇ ਨਾਲ ਹੁਣੇ ਮੇਰੇ ਵੀਰ ਬੋਲ ਗਏ, ਜਤਿੰਦਰ ਸਿੰਘ ਲੱਦਾ ਮੁੰਡਾ ਜੀ,
ਸਰਪੰਚ ਸਾਹਿਬ ਬੈਤਾ ਚੌਂਕ ਅਤੇ ਗੁਰੂ ਮਹਾਰਾਜ ਨੇ ਇੱਕ ਛੋਟੀ ਜਿਹੀ ਸੇਵਾ ਸਾਨੂੰ ਵੀ ਲਾਈ ਆੜਤੀ ਐਸੋਸੀਏਸ਼ਨ ਦੇ ਨਾਲ ਨਾਲ ਵਪਾਰ ਮੰਡਲ ਔਰ ਬੈਤਾ ਚੌਂਕ ਦੀ ਸੰਗਤ। ਮੇਰੇ ਵੀਰ ਗੁਰਮੁਖ ਸਿੰਘ ਸਾਹਿਬਾ ਵੀ ਬੈਠੇ ਇੱਥੇ, ਸਾਡੇ ਸਰਪੰਚ ਸਾਹਿਬ ਰਜਿੰਦਰ ਸਿੰਘ ਜੀ ਬੈਠੇ ਆ, ਸੋ ਜਗਦੇਵ ਸਿੰਘ ਮੇਰਾ ਖਿਆਲ ਉਹ ਵੀ ਆਏ ਇੱਥੇ ਕਲੱਬ ਵੱਲੋਂ, ਉਹ ਵੀ ਛਬੀਲ ਦੀ ਡਿਊਟੀ ਲਾਉਂਦੇ ਆ, ਸ਼ਾਇਦ ਉਹਨਾਂ ਨੂੰ ਕੋਈ ਟਾਈਮ ਵੱਖਰਾ ਵੀ ਮਿਲੇ, ਪਰ ਮੈਂ ਹਾਜ਼ਰੀ ਲਵਾ ਦੇਣੀ ਆ। ਸੋ ਜੋ ਵੀ ਜਿੰਨੀਆਂ ਵੀ ਸੇਵਾਵਾਂ ਸਾਨੂੰ ਵੱਧ ਤੋਂ ਵੱਧ ਮਹਾਂਪੁਰਸ਼ ਹੁਕਮ ਕਾਰਨ ਅਸੀਂ ਉਨੀਆਂ ਨਿਭਾਵਾਂਗੇ। ਬਾਠ ਸਾਹਿਬ ਵੀ ਬੈਠੇ ਆ, ਇਹਨਾਂ ਦੇ ਵੀ ਪਾਰਕਿੰਗ ਦੀ ਬੜੀ ਸੋਹਣੀ ਸੇਵਾ ਕਰਦੇ ਆ, ਅਤੇ ਨਾਲ ਅਨੁਸ਼ਾਸਨੀ ਕਮੇਟੀ ਦੇ ਵਿੱਚ ਵੀ ਸਾਨੂੰ ਦਾਸ ਨੂੰ ਨਾਲ ਰੱਖਦੇ ਆ, ਅਸੀਂ ਉਹ ਵੀ ਡਿਊਟੀ ਜਿਹੜੀ ਇਹਨਾਂ ਦਾ ਵੀ ਜਿਹੜਾ ਹੁਕਮ ਹੋਊਗਾ ਵੱਡੇ ਬਾਠ ਸਾਹਿਬ ਦਾ, ਅਸੀਂ ਉਹਨਾਂ ਦੇ ਨਾਲ ਵੀ ਹਾਜ਼ਰ ਹੋ ਕੇ ਨਿਭਾਵਾਂਗੇ। ਹੋਰ ਵੀ ਮਹਾਂਪੁਰਸ਼ ਜਿੱਥੇ ਵੀ ਯੋਗ ਸੇਵਾ ਸਮਝਦੇ ਹੋਣ, ਹੁਕਮ ਕਾਰਨ ਕਦੀ ਪਿੱਛੇ ਨਹੀਂ ਹਟਾਂਗੇ। ਇੰਨੀਆਂ ਬੇਨਤੀਆਂ ਕਰਦਾ ਮੈਂ, ਫਤਿਹ ਅਰਜ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ ਬਹੁਤ ਬਹੁਤ। ਦੋ ਸੇਵਾਵਾਂ ਹੋਰ ਸੰਗਤ ਵਿੱਚੋਂ ਗੁਰਮੁਖ ਪਿਆਰਿਆਂ ਨੇ ਪ੍ਰਵਾਨ ਕੀਤੀਆਂ ਨੇ। ਸਰਦਾਰ ਗੁਰਮੀਤ ਸਿੰਘ ਜੀ ਨੰਗਲੀ ਨੇ ਬੜੇ ਮਾਣ ਸਤਿਕਾਰ ਸੇਵਾ ਭਾਵਨਾ ਨਾਲ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਸੇਵਾਵਾਂ ਬਣਦੀਆਂ ਹਨ ਉਹ ਕਰਵਾ ਕੇ ਦੇਣਗੇ। ਇਹ ਬੜੀ ਵੱਡੀ ਗੱਲ ਹੁੰਦੀ ਆ ਕਿ ਕਹਿ ਦੇਣਾ ਅਤੇ ਫਿਰ ਕੰਮ ਆਉਣਾ ਅਤੇ ਫਿਰ ਨਾਲ ਤੁਰਨਾ। ਉਹ ਕਹਿੰਦੇ ਨੇ ਜੋ ਜੋ ਡਿਊਟੀਆਂ ਪ੍ਰਸ਼ਾਸਨ ਦੀਆਂ ਨੇ, ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਸੇਵਾਵਾਂ ਕਰਨੀਆਂ ਬਣਦੀਆਂ ਨੇ ਉਹ ਕਰਵਾ ਕੇ ਪੂਰਨ ਉੱਤੇ ਸਹਿਯੋਗ ਦੇਣਗੇ ਅਤੇ ਸਾਥ ਨਿਭਾਉਣਗੇ। ਇਹ ਸੇਵਾ ਸਰਦਾਰ ਗੁਰਮੀਤ ਸਿੰਘ ਜੀ ਨੰਗਲੀ ਸਰਪੰਚ ਸਾਹਿਬ ਨੇ ਮਨਜ਼ੂਰ ਕੀਤੀ ਹੈ। ਦੂਸਰੀ ਸੇਵਾ ਭਾਈ ਗੁਰਪ੍ਰੀਤ ਸਿੰਘ ਜੀ ਜਲਾਲ ਉਸਮਾ, ਉਹਨਾਂ ਨੇ ਕਿਹਾ ਹਰ ਤਰ੍ਹਾਂ ਬੈਨਰਾਂ ਨਾਲ ਜਾਂ ਅੱਗੇ ਲਾ ਕੇ ਉਹਨਾਂ ਨੇ ਜੋ ਕੁਝ ਵੀ ਹੈ ਸ਼ਹਿਰ ਅੰਮ੍ਰਿਤਸਰ ਜ਼ਿਮਰ 'ਤੇ ਕੀਤੀ। ਹੁਣ ਉਹਨਾਂ ਨੇ ਗ੍ਰਾਮ ਪੰਚਾਇਤ ਜਲਾਲ ਉਸਮਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਇਹ ਭਾਈ ਗੁਰਪ੍ਰੀਤ ਸਿੰਘ ਜੀ ਹੋਰ ਨੇ, ਮੈਂ ਰੈਫਰੈਂਸ ਹੋਰ ਦਾ ਦੇ ਬੈਠਾ। ਸੋ ਭਾਈ ਗੁਰਪ੍ਰੀਤ ਸਿੰਘ ਜੀ ਜਲਾਲ ਉਸਮਾ, ਉਹਨਾਂ ਨੇ ਕਿਹਾ ਹੈ ਕਿ ਹਰ ਤਰ੍ਹਾਂ ਦਾ ਸਹਿਯੋਗ ਪੰਚਾਇਤ ਵੱਲੋਂ ਜੋ ਵੀ ਬਣਦਾ ਹੈ ਉਹ ਦਿੱਤਾ ਜਾਏਗਾ। ਹੁਣ ਨਾਗੀਆਣਾ ਸਾਹਿਬ ਤੋਂ ਲੰਗਰ ਪਕਾ ਕੇ ਲਿਆਉਣ ਦੀ ਸੇਵਾ ਸੰਤ ਮਹਾਂਪੁਰਖ ਕਵਲਜੀਤ ਸਿੰਘ ਜੀ, ਹਮੇਸ਼ਾ ਹਮੇਸ਼ਾ ਧੰਨਵਾਦੀ ਉਹਨਾਂ ਦੇ, ਉਹ ਆਉਂਦੇ ਨੇ ਹਰ ਸਮਾਗਮ 'ਚ ਆਉਂਦੇ ਰਹੇ ਨੇ। ਅੱਜ ਉਹਨਾਂ ਨੇ ਕਿਹਾ ਕਿ ਉੱਥੋਂ ਲੰਗਰ ਪਕਾ ਕੇ ਲੈ ਕੇ ਆਉਣਗੇ। ਇਸੇ ਤਰ੍ਹਾਂ ਬਾਬਾ ਸੁਰਿੰਦਰ ਸਿੰਘ ਜੀ ਨੇ ਅਚਲ ਸਾਹਿਬ ਤੋਂ ਕਿਹਾ ਰੋਜ਼ਾਨਾ 1 ਤੋਂ 6 ਵਜੇ ਤੱਕ ਜਿੰਨੀ ਵੀ ਸੇਵਾ ਚਾਹ ਪਕੌੜਿਆਂ ਦੀ ਨਵੀਂ ਦਰਸ਼ਨੀ ਡਿਓੜੀ ਜੋ ਬਣੀ ਆ, ਨਵੀਂ ਦਰਸ਼ਨੀ ਡਿਓੜੀ ਨੂੰ ਸੰਗਤ ਦਾ ਭਾਗ ਲੱਗੇਗਾ ਅਤੇ ਉੱਥੇ ਚਾਹ ਪਕੌੜਿਆਂ ਦਾ ਲੰਗਰ ਉਹ ਕੰਟੀਨਿਊਸਲੀ 6 ਦਿਨ ਲਗਾਤਾਰ ਲਾਉਣਗੇ ਬਾਬਾ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਵਾਲੇ। ਮੈਂ ਹੁਣ ਬੁਲਾਵਾਂ ਦਵਾਂ ਸਟੇਜ 'ਤੇ ਆਉਣ ਦਾ ਜਥੇਦਾਰ ਮੰਗਲ ਸਿੰਘ ਜੀ ਬਟਾਲਾ, ਉਹ ਵੀ ਸੇਵਾ ਪ੍ਰਵਾਨ ਭਰਿਆ ਕਰਦੇ ਨੇ। ਮੇਰੇ ਬੋਲਣ 'ਤੇ ਛੇਤੀ ਆ ਜਾਇਆ ਕਰੋ, ਨਹੀਂ ਤਾਂ ਮੈਨੂੰ ਫਿਰ ਵਿਸ਼ੇਸ਼ਣ ਲਾਉਣੇ ਪੈਂਦੇ ਕੋਈ ਵੱਧ ਕੋਈ ਘੱਟ ਕਈ ਵਾਰ, ਕਿਉਂਕਿ ਮੈਂ ਕਹਿੰਦਾ ਮਾਇਕ ਕਿਤੇ ਵਾਸੀਆਂ ਦਾ ਲੈਣ ਲੱਗ ਪਏ, ਸੁਸਤਾ ਅਜੇ ਵਿਹਲਾ ਰਹਿ ਕੇ ਛੇਤੀ ਆਇਆ ਕਰੋ। ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦੀ ਅਗਵਾਈ 'ਚ ਅੱਜ ਕੀਤੀ ਜਾ ਰਹੀ ਇਸ ਸਮਾਗਮ ਸੰਬੰਧੀ ਮੀਟਿੰਗ, ਸਾਰੀ ਸੰਗਤਾਂ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦੇ ਹੁਕਮ ਦੇ ਮੁਤਾਬਕ ਅਸੀਂ ਪਹਿਲਾਂ ਵੀ ਜੋ ਸਾਨੂੰ ਸਜਾਵਣ ਇਸ ਸੇਵਾ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਪਹਿਲਾਂ ਹੀ ਨਿਭਾ ਰਹੇ ਹਾਂ।
ਪਰ ਐਲਕਾਂ ਅਸੀਂ 13 ਬੱਸਾਂ ਦੀ ਲਿਸਟ ਜਿਹੜੀ ਹੈ ਬਾਈ ਨੇਮ ਜਿਹੜੇ ਨਗਰਾਂ ਤੋਂ ਸੰਗਤਾਂ ਆਉਣੀਆਂ ਨੇ ਉਹਨਾਂ ਦੀ ਲਿਸਟ ਲਗਭਗ ਅਸੀਂ ਡਾਕਟਰ ਸਾਹਿਬ ਨੂੰ ਦੇ ਦਿੱਤੀ ਹੈ। ਹੁਣੇ ਮੈਂ ਵਾਰਡ ਸਾਹਿਬ ਨਾਲ ਵਿਚਾਰ ਕਰ ਰਿਹਾ ਸਾਂ ਕਿ ਹੋ ਸਕਦਾ ਸਾਡੀਆਂ ਬੱਸਾਂ ਦਾ ਵਾਧਾ ਹੋਰ ਕੀਤਾ ਜਾਵੇ, 3-4 ਬੱਸਾਂ ਦਾ ਹੋਰ ਵਾਧਾ ਕਰਾਂਗੇ। ਭਾਈ ਤਰਲੋਕ ਸਿੰਘ ਬਾਠ ਜੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਨਹੀਂ ਜੀ, ਬੱਸਾਂ ਦਾ ਜਿਹੜੀਆਂ ਅੱਗੇ ਬੋਲੀਆਂ 4 ਬੱਸਾਂ ਦਾ ਹੋਰ ਵਾਧਾ ਕਰੇਗੀ ਪਹਿਲੀਆਂ ਨਹੀਂ। ਚਲੋ ਕੋਈ ਕਰ ਦਿਆਂਗੇ, ਚਲੋ ਜੋ ਆਪ ਜੀ ਦਾ ਹੁਕਮ ਹੈ ਜੀ ਉਹ ਅਸੀਂ ਪ੍ਰਵਾਨ ਹੈ ਜੀ। ਅੱਗੇ ਵੀ ਬੱਸਾਂ ਅਸੀਂ ਵੱਧ ਤੋਂ ਵੱਧ ਲਿਆਈਦੀਆਂ, ਪਰ ਮੈਂ ਪਹਿਲਾਂ ਜਿਹੜੀ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਪਹਿਲਾਂ ਹੀ ਅਸੀਂ ਲਿਸਟ ਜਿਹੜੀ ਆ ਦੇ ਦਿੱਤੀ ਹੈ, ਜਿਹੜੀ ਲਿਸਟ ਤੋਂ ਇਲਾਵਾ ਹੋਰ ਅਸੀਂ 4-5 ਬੱਸਾਂ ਦਾ ਵਾਧਾ ਹੋਰ ਕਰਨ ਲੱਗੇ ਜੀ, ਉਹ ਬੇਨਤੀ ਸੀ। ਇਸ ਕਰਕੇ 13 ਬੱਸਾਂ ਅਸੀਂ ਪਹਿਲਾਂ ਲਿਖਾਈਆਂ ਨੇ, 4 ਬੱਸਾਂ ਦਾ ਹੋਰ ਵਾਧਾ ਅਸੀਂ ਬੈਠਿਆਂ ਬਣਾਇਆ, ਪਰ ਹੋਰ ਵੀ ਜੋ ਵੱਡੇ ਬਾਠ ਸਾਹਿਬ ਦਾ ਜੋ ਹੁਕਮ ਹੋਏਗਾ ਉਹਨਾਂ ਦੇ ਨਾਲ ਹੋਰ ਵਾਧਾ ਹੋਏਗਾ। ਇਹ ਤਾਂ ਸਾਡੇ ਛੋਟੇ ਬਾਠ ਸਾਹਿਬ ਨਾਲ ਵਾਧਾ ਹੋਇਆ, ਇਸ ਕਰਕੇ ਇਹ ਬੇਨਤੀ ਪ੍ਰਵਾਨ। ਬਾਕੀ ਅਸੀਂ ਪਾਰਕ ਦੀ ਸੇਵਾ ਹਲਕਾ ਸ੍ਰੀ ਹਕਬੰਦਪੁਰੋਂ ਵੱਲੋਂ ਸਾਰੇ ਸਾਥੀ ਕਰਦੇ ਨੇ ਬਾਠ ਸਾਹਿਬ ਦੀ ਵਾਹੀ 'ਚ, ਉਹ ਵੀ ਕਰ ਰਹੇ ਨੇ। ਅਤੇ ਮੈਂ ਹੋਰ ਵੀ ਜਿੱਥੇ ਬਾਬਾ ਜੀ ਦਾ ਹੁਕਮ ਹੋਏਗਾ ਤੁਹਾਡਾ ਹੁਕਮ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਥੇਦਾਰ ਠਾਕਰ ਸਿੰਘ ਜੀ ਗੁੱਦਨਵਾਲ, ਰਿਆੜਕੀ ਦੀ ਸੰਗਤ ਵੱਲੋਂ, ਰਿਆੜਕੀ ਦੇ ਗੁਆਂਢੀ ਨੇ, ਰਿਆੜਕੀ ਦੀ ਸੰਗਤ ਵੱਲੋਂ ਕੁਝ ਨਾ ਕੁਝ ਵਿਚਾਰ ਸੇਵਾਵਾਂ ਡਟਣ ਦਾ ਆਹਦ ਕਰਨਗੇ ਜਥੇਦਾਰ ਠਾਕਰ ਸਿੰਘ ਗੁੱਦਨਵਾਲ। ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਸਾਹਿਬ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸਾਹਿਬ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡਾਂ ਵਾਲਿਆਂ ਦੀ ਯੋਗ ਅਗਵਾਈ 'ਚ ਬੈਠੀ ਗੁਰੂ ਪਿਆਰੀ ਗੁਰੂ ਸਾਹਿਬ ਸਾਧ ਸਿੰਘ ਜੀ ਰਸਨਾ ਕਰੇ ਪਵਿੱਤਰ, ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਵੀ ਬਾਬਾ ਜੀ ਜੋ ਹੁਕਮ ਕਰਨਗੇ ਉਹ ਤਾਂ ਕਰਾਂਗੇ ਹੀ, ਸੰਗਤ ਲਿਆਵਾਂਗੇ। ਬਾਕੀ ਰਹੀ ਗੱਲ ਸੇਵਾ ਦੀ, ਬਾਠ ਸਾਹਿਬ ਦੀ ਯੋਗ ਅਗਵਾਈ 'ਚ ਜੋ ਵੀ ਹੁਕਮ ਕਰਨਗੇ ਬਾਬਾ ਜੀ ਉਹਨਾਂ ਨੂੰ, ਉਹ ਗਾੜੀ ਸਾਨੂੰ ਹੁਕਮ ਕਰਨਗੇ, ਜੋ ਵੀ ਸੇਵਾ ਲਾਓਗੇ ਪੂਰੀ ਤਾਮਦੇ ਇਹਨਾਂ ਨੂੰ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਕਿਹਾ ਇੱਕ ਯੋਗ ਅਗਵਾਈ ਥੱਲੇ ਉਹ ਵੀ ਹਰ ਤਰ੍ਹਾਂ ਨਿਭਾਉਣਗੇ, ਅੱਛੀ ਗੱਲ ਹੈ। ਲਿਮਿਟ ਨਹੀਂ, ਅਨਲਿਮਿਟਡ ਗੱਲ ਕੀਤੀ, ਅੱਛੀ ਗੱਲ ਹੈ। ਹੁਣ ਮੈਂ ਬੰਮਰ ਰਾਓ ਸਾਹਿਬ ਨੂੰ ਬੁਲਾਵਾ ਦੇ ਰਿਹਾ, ਜਿਨ੍ਹਾਂ ਨੇ ਉਚੇਚੇ ਯਤਨ ਕਰਕੇ ਐਫਰਟਸ ਕਰਕੇ ਦੁਕਾਨਾਂ ਨੂੰ, ਵਪਾਰੀਆਂ ਨੂੰ ਮਿਲ ਕੇ, ਅਤੇ ਇੱਕ ਸਪਲੀਮੈਂਟ ਮਾਝਾ ਜੀਤ ਦਾ ਵਿਸ਼ੇਸ਼ ਸਪਲੀਮੈਂਟ ਕੱਢ ਰਿਹਾ, ਸਾਡੇ ਪੱਤਰਕਾਰ ਨੇ ਹਰ ਖਬਰ ਨੂੰ ਕਵਰ ਕਰਦੇ ਨੇ। ਇੱਕ ਸੇਵਾ ਫਿਰ ਆਈ ਆ ਜੀ, ਪਿੰਡ ਸਠਿਆਲਾ ਤੋਂ ਹਰ ਰੋਜ਼ ਸੰਗਤ ਸ਼ਾਮ ਦੇ ਵੇਲੇ ਵੀ ਆਉਂਦੀ ਆ ਦੁਕਾਨਾਂ 'ਚ, ਅਤੇ ਲੰਗਰ ਦੀ ਸੇਵਾ ਇੱਕ ਬੱਸ ਆਇਆ ਕਰੇਗੀ, ਲੰਗਰ ਦੀ ਸੇਵਾ ਕਰਿਆ ਕਰਨਗੀ। ਇਹ ਵੀ ਸੇਵਾ ਪ੍ਰਵਾਨ ਕੀਤੀ, ਪਿੰਡ ਸਠਿਆਲਾ ਤੋਂ ਹਰ ਰੋਜ਼ ਸੰਗਤ ਆਉਣੀ, ਲੰਗਰ ਦੇ ਵਿੱਚ ਆਉਣੀ, ਲੰਗਰ ਦੀ ਸੇਵਾ ਕਰਨੀ। ਬਜ਼ੁਰਗ ਮਹਾਂਪੁਰਖਾਂ ਵੱਲੋਂ ਇਹ ਸੇਵਾ ਪ੍ਰਵਾਨ ਕੀਤੀ ਹੈ, ਉਹਨਾਂ ਦਾ ਧੰਨਵਾਦ। ਆਵੋ ਮੈਂ ਅਗਲੇ ਬੁਲਾਰੇ ਦੇ ਰੂਪ ਵਿੱਚ ਬੇਨਤੀ ਕਰਾਂ, ਬਾਬਾ ਅਜੀਤ ਸਿੰਘ ਜੀ ਸਠਿਆਲਾ, ਇਹਨਾਂ ਨੇ ਹੀ ਸੇਵਾ ਲਈ। ਪਹਿਲਾਂ ਬੰਬਰਾ ਸਾਹਿਬ ਆਓ ਜੀ, ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਉਂਕਿ ਮੈਂ ਬਹੁਤਾ ਕੋਈ ਬੁਲਾਰਾ ਤਾਂ ਹੈ ਨਹੀਂ, ਸੰਗ ਵੀ ਆ ਜਾਂਦੇ ਹੈ ਅਤੇ ਬਾਬਾ ਜੀ ਦਾ ਪ੍ਰੇਮ ਵੀ ਬੜਾ ਸਾਡੇ ਨਾਲ ਅਤੇ ਸਠਿਆਲੇ ਨਾਲ ਬੜਾ ਪ੍ਰੇਮ ਆ ਬਹੁਤ ਹੀ ਜ਼ਿਆਦਾ। ਬੇਨਤੀ ਕਰਦੇ ਹਾਂ ਕਿ ਐਲਕਾਂ ਸਾਥੋਂ ਥੋੜ੍ਹੀ ਜਿਹੀ ਗਲਤੀ ਹੋ ਗਈ ਸੀ ਜੋ ਸਮਾਗਮ ਚੱਲਦੇ ਸੀ, ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਜੋੜਾਂਗੇ ਵੱਧ ਤੋਂ ਵੱਧ। ਅਤੇ ਲੰਗਰਾਂ ਦੇ ਵਿੱਚ ਵੀ ਅੱਗੇ ਵੀ ਸੇਵਾ, ਮਤਲਬ ਆ ਵੀ ਇਹ ਸੰਗਾਂ ਨੂੰ ਲਿਆਈਦਾ, ਸੰਗਾਂ ਨੂੰ ਐਕਾਂ ਵੀ ਸੰਗਾਂ ਨੂੰ ਲਿਆਵਾਂਗੇ ਲੰਗਰਾਂ ਦੀ ਸੇਵਾ ਵਾਸਤੇ ਵੱਧ ਤੋਂ ਵੱਧ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੰਬਰਾ ਸਾਹਿਬ ਜੀ ਟਰਨ ਬਜ਼ੁਰਗ ਲੈ ਗਏ, ਬਜ਼ੁਰਗਾਂ ਨੂੰ ਪਹਿਲ ਹੁੰਦੀ ਹੈ, ਆਓ ਬੰਬਰਾ ਜੀ। ਬਹੁਤ ਹੀ ਸਤਿਕਾਰਯੋਗ ਸਾਡੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਦੀ ਰਹਿਨੁਮਾਈ 'ਚ ਇੱਥੇ ਗੁਰਦੁਆਰਾ ਸਾਹਿਬ ਵਿਖੇ ਬੈਠੀਆਂ ਸਮੂਹ ਸਤਿਕਾਰਯੋਗ ਸ਼ਖਸੀਅਤਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡਿਊਟੀਆਂ ਦੀ ਵੰਡ ਹੋ ਰਹੀ ਹੈ ਅਤੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਕਿ ਜਿਸ ਨੂੰ ਅਦਾਰਾ ਅਜੀਤ ਵੱਲੋਂ ਸ਼ਹੀਦੀ ਸਮਾਗਮਾਂ ਦੀ ਕਵਰੇਜ ਦੀ ਸੇਵਾ ਮਿਲੀ ਹੈ, ਮੇਰੇ ਵਾਸਤੇ ਇਹੋ ਹੀ ਬੜੇ ਵੱਡੇ ਭਾਗਾਂ ਦੀ ਗੱਲ ਹੈ। ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਸਪਲੀਮੈਂਟ ਵਾਸਤੇ, ਅਤੇ ਮਾਝਾ ਜੋਨ ਦਾ ਸਪਲੀਮੈਂਟ 4 ਜ਼ਿਲ੍ਹਿਆਂ ਵਿੱਚ ਜਾਣਾ ਹੈ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ। ਮਹਿੰਗਾ ਬਜਟ ਹੈ, 3.5 ਲੱਖ ਤੋਂ ਉੱਪਰ ਦਾ ਇਹ ਬਜਟ ਹੈ, ਅਤੇ ਇਹ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਹੀ ਸਿਰੇ ਚੜ੍ਹਨਾ। ਮੈਂ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਸਾਰੇ ਹੀ ਵੀਰ ਭਰਾ ਸ਼ਖਸੀਅਤਾਂ ਜਿਹੜੀਆਂ ਇੱਥੇ ਬੈਠੀਆਂ ਨੇ ਉਹ ਇਸ ਪ੍ਰੋਗਰਾਮ ਵਿੱਚ, ਸਪਲੀਮੈਂਟ ਦੇ ਪ੍ਰੋਗਰਾਮ 'ਚ ਮੇਰਾ ਸਹਿਯੋਗ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਬਰਾ ਸਾਹਿਬ ਦਾ ਬੜਾ ਵਧੀਆ ਉਪਰਾਲਾ ਹੈ, ਬੜਾ ਵਧੀਆ ਯਤਨ ਹੈ, ਪ੍ਰੈਸ ਦੇ ਵਿੱਚ ਚੀਜ਼ ਆਉਣੀ ਅਤੇ 4 ਜ਼ਿਲ੍ਹਿਆਂ 'ਚ ਜਾਣੀ ਇਹ ਬਹੁਤ ਵੱਡੀ ਗੱਲ ਹੈ। ਪਰ ਸੰਗਤ ਜੀ ਆਵੋ, ਸਹਿਯੋਗ ਦੇਈਏ, ਆਵੋ, ਜ਼ਰੂਰ ਕੋਈ ਨਾ ਕੋਈ ਕੰਟਰੀਬਿਊਸ਼ਨ ਕਰੀਏ। ਇਸੇ ਤਰ੍ਹਾਂ ਨਵੀਂ ਸੇਵਾ ਆਈ ਹੈ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ ਵੱਲੋਂ, ਕਿ ਉਹ ਵੀ ਇੱਕ ਛਬੀਲ ਜੋ ਲਾਇਆ ਕਰਦੇ ਆ, ਹੁਕਮ ਕਰਨਗੇ ਬਾਬਾ ਜੀ, ਜਿਸ ਤਰ੍ਹਾਂ ਦੀ ਹੁਕਮ ਉਹਨਾਂ ਦੀ ਹੋਏਗੀ ਉਹ ਕਲੱਬ ਪ੍ਰਵਾਨ ਕਰਦੀ, ਇੱਕ ਛਬੀਲ ਦਾ ਪ੍ਰਬੰਧ ਕਰੇਗੀ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ। ਬੁਲਾਵੇ ਦੇ ਤੌਰ 'ਤੇ ਸੱਦਾ ਦੇ ਰਿਹਾ, ਬਾਠ ਸਾਹਿਬ ਦੇ ਫਰਜੰਦ ਚੇਅਰਮੈਨ ਸਾਬਕਾ ਭਾਈ ਤਰਲੋਕ ਸਿੰਘ ਜੀ ਬਾਠ ਨੂੰ ਉਸ ਸਟੇਜ 'ਤੇ ਆਉਣ। ਹਲਕਾ ਹਰਗੋਬਿੰਦਪੁਰ ਵੱਲੋਂ ਬੱਸਾਂ ਦੀ ਗਿਣਤੀ ਬੈਠੇ ਬੈਠੇ ਗਿਣ ਗਿਣ ਕੇ ਉਹਨਾਂ ਪੂਰੀ ਕਰ ਲਈ ਹੈ, ਪੋਟੇ ਕਰਦੇ ਪਏ ਸੀ ਕੁਝ ਪੋਟੇ ਗਾਮ ਸ਼ਾਮ, ਕਿੰਨੀਆਂ ਬੱਸਾਂ ਕਹਿੰਦੀਆਂ ਨੇ ਸੁਣ ਲੈਂਦੇ ਹਾਂ। ਜਥੇਦਾਰ ਤਰਲੋਕ ਸਿੰਘ ਜੀ ਬਾਠ ਫਰਜੰਦ, ਕੈਪਟਨ ਬਲਬੀਰ ਸਿੰਘ ਜੀ ਬਾਠ, ਕੈਬਨਿਟ ਮੰਤਰੀ ਸਾਹਿਬ ਸਾਬਕਾ। ਬਹੁਤ ਹੀ ਪਾਕ ਪਵਿੱਤਰ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਵਿਹੜੇ 'ਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਅਗਵਾਈ ਵਿੱਚ ਹੋ ਰਹੀ ਮੀਟਿੰਗ 'ਚ ਬਿਰਾਜਮਾਨ
ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਵਧੀਆ ਅਤੇ ਬੜੀਆਂ ਲੰਮੀਆਂ ਵਿਚਾਰਾਂ ਹੋਈਆਂ ਨੇ। ਸਾਡੀ ਡਿਊਟੀ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ, ਜੋ ਬਾਬਾ ਜੀ ਦੇ ਹੁਕਮਾਂ ਅਨੁਸਾਰ ਪਾਰਕਿੰਗ ਦੀ ਹੋਇਆ ਕਰਦੀ ਹੈ, ਅਤੇ ਹਰ ਸਾਲ ਬਾਬਾ ਜੀ ਇਹ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਵੱਲੋਂ ਮਿਲੀ ਡਿਊਟੀ ਤਨਦੇਹੀ ਨਾਲ, ਜ਼ਿੰਮੇਵਾਰੀ ਨਾਲ ਨਿਭਾਈ ਜਾਵੇ। ਪਰ ਅਕਸਰ ਕੰਮ ਕਰਦਿਆਂ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ, ਅਤੇ ਸਾਡੇ ਵੀ ਮਨ ਦਾ ਇਹ ਵਲਵਲਾ ਕਿ ਜੇ ਸਾਡੀ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਉਹ ਸਾਨੂੰ ਜ਼ਰੂਰ ਦੱਸੀ ਜਾਵੇ, ਕਿਉਂਕਿ ਆਉਣ ਵਾਲੇ ਸਮੇਂ 'ਚ ਉਹਦਾ ਸੁਧਾਰ ਕੀਤਾ ਜਾਵੇ। ਅਤੇ ਉਹ ਹੋਰ ਵੀ ਜਿਹੜੀ ਡਿਊਟੀ ਸਾਨੂੰ ਕੋਈ ਦਿਓਗੇ ਅਸੀਂ ਉਹ ਤਨਦੇਹੀ ਨਾਲ ਨਿਭਾਵਾਂਗੇ। ਜਿੱਥੇ ਬੱਸਾਂ ਦੀ ਗੱਲ ਆਈ ਆ, ਉੱਥੇ ਰਲ ਮਿਲਾ ਕੇ ਅਸੀਂ 20 ਕੁ ਬੱਸਾਂ ਬਾਬਾ ਜੀ ਕਰਤੀਆਂ ਹਲਕੇ ਤੋਂ, ਅਤੇ ਹੋਰ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਲਾਕੇ ਦੀ ਸੰਗਤ ਨੂੰ ਵੀ ਬੇਨਤੀ ਕਰਾਂਗੇ। ਅਤੇ ਮੈਂ ਨਾਲ ਸਾਡੇ ਜਿਹੜੇ ਜਿੰਨੇ ਵੀ ਜ਼ਿੰਮੇਵਾਰ ਸੱਜਣ ਆਏ ਉਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਿਰਫ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਵਾ ਕੇ ਆਪਣੀ ਸੇਵਾ, ਆਪਣੀ ਜਿਹੜੀ ਜ਼ਿੰਮੇਵਾਰੀ ਉਹ ਤੋਂ ਮੁਕਤ ਹੋ ਜਾਂਦੇ ਹਾਂ ਵੀ ਅਸੀਂ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਾਤੀ ਹੈ, ਸੰਗਤ ਨੇ ਆ ਜਾਣਾ। ਪਰ ਸਾਧ ਸੰਗਤ ਜੀ ਵੇਖੋ, ਅਸੀਂ ਆਪਣੇ ਜਿਹੜੇ ਸਾਡੇ ਨਿੱਜੀ ਮੁਫਾਦ ਹੁੰਦੇ ਆ ਨਾ, ਭਾਵੇਂ ਉਹ ਵੋਟਾਂ 'ਚੋਂ ਮਰਜ਼ੀ ਆ, ਅਸੀਂ ਘਰੋਂ ਘਰ ਜਾਂਦੇ ਹਾਂ, ਦੋ ਦੋ ਚਾਰ ਚਾਰ ਪੰਜ ਪੰਜ ਵਾਰੀ ਹਰ ਘਰ ਦਾ ਜਾ ਕੇ ਬੂਹਾ ਖੜਕਾਉਂਦੇ ਹਾਂ ਵੀ ਭਾਈ ਸਾਨੂੰ ਵੋਟ ਪਾਇਓ। ਅਤੇ ਇਹ ਤਾਂ ਸਾਧ ਸੰਗਤ ਜੀ ਸਾਲ 'ਚ ਇੱਕੋ ਵਾਰੀ ਆਉਣਾ, ਸ਼ਹੀਦੀ ਸਮਾਗਮ ਸਾਲ 'ਚ ਇੱਕੋ ਵਾਰੀ ਆਉਣਾ, ਅਤੇ ਜੇ ਅਸੀਂ ਘਰੋਂ ਘਰ ਚੱਲ ਜਾਂਗੇ ਤਾਂ ਫਰਕ ਨਹੀਂ ਪੈਂਦਾ, ਉਹਦੇ ਨਾਲ ਸੰਗਤ ਦਾ ਬਹੁਤ ਵੱਡਾ ਇਜਾਫਾ ਹੋ ਜਾਂਦਾ ਹੈ। ਅਤੇ ਮੇਰੀ ਇਹ ਬੇਨਤੀ ਹੈ ਕਬੂਲ ਕਰਿਓ, ਅਤੇ ਹੋਰ ਵੀ ਜੋ ਡਿਊਟੀ ਬਾਬਾ ਜੀ ਲਾਉਣਗੇ ਉਹ ਸਿਰ ਮੱਥੇ ਪ੍ਰਵਾਨ ਉੱਥੇ ਖੜ ਕੇ ਨਿਭਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਹਿਤ ਸਦਨ ਵੱਲੋਂ ਇੱਥੇ ਪਹੁੰਚੇ ਹੋਏ ਭਾਈ ਬਲਵਿੰਦਰ ਸਿੰਘ ਜੀ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ। ਸੰਤ ਮਹਾਂਪੁਰਖਾਂ ਦੀ ਸੇਵਾ ਲਈ ਹਰ ਸਾਲ ਇੱਕ ਲੰਗਰ ਦੀ ਸੇਵਾ ਉਹ ਲਾਇਆ ਕਰਦੇ ਆ, ਅੱਜ ਵੀ ਸੰਗਤਾਂ ਦੇ ਦਰਸ਼ਨ ਕਰਨ ਭਾਈ ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਕਿ ਨਿਮਾਣੇ ਜੀ ਨੂੰ ਵੀ ਮਾਣ ਬਖਸ਼ਿਆ, ਜੋ ਸੰਤ ਮਹਾਂਪੁਰਸ਼ਾਂ ਦਾ ਲੰਗਰ ਹੈ ਉੱਥੇ ਡਿਊਟੀ ਲਾਈ ਹੈ। ਸਾਡੇ ਨਾਲ ਭਾਈ ਅਮਰਜੀਤ ਸਿੰਘ ਜੂਕੇ ਵਾਲੇ, ਭਾਈ ਗੁਰਨੇਕ ਸਿੰਘ ਭਿੰਡਰਾਂ ਤੋਂ ਅਤੇ ਜੁਗਰਾਜ ਸਿੰਘ ਕਾਦੀਆਂ ਤੋਂ, ਇਹ ਸਾਰੇ ਸਿੰਘਾਂ ਦੀ ਡਿਊਟੀ ਲਾਈ ਹੈ। ਮਨੋ ਤਨੋ ਕਰਕੇ ਨਿਭਾਵਾਂਗੇ, ਜੋ ਬਾਬਾ ਜੀ ਸੇਵਾ ਹੋਰ ਵੀ ਲਾਉਣਗੇ ਉਹ ਮਨੋ ਤਨੋ ਕਰਕੇ ਨਿਭਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਆਲਕਾ ਜੀ ਮਸ਼ਰੂਫ ਹੋ ਗਏ ਨੇ ਕੁਝ ਕੰਮਾਂ 'ਚ ਆਪ, ਅਤੇ ਮੈਨੂੰ ਕਹਿੰਦੇ ਸੀ ਵੀ ਅਨਾਊਂਸਮੈਂਟ ਹੱਥ ਜੋੜ ਕੇ ਮੇਰੇ ਵੱਲੋਂ ਕਰਿਓ ਕਿ ਅੱਜ ਦਾ ਸ਼ਾਮ ਦਾ ਸਮਾਗਮ ਪਿੰਡ ਸਿਆਲਕੇ, ਅਤੇ ਸਾਰੀ ਸੰਗਤ ਜਿੰਨੀ ਵੀ ਸੰਗਤ ਜੋ ਵੀ ਗੁਰਮੁਖ ਪਿਆਰੇ, ਅੱਜ ਸ਼ਾਮੀ ਦਾ 7 ਤੋਂ 9 ਦਾ ਜੋ ਸਮਾਗਮ ਹੈ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ, ਯਤਨ ਕਰਨ ਅਤੇ ਦਰਸ਼ਨ ਦਦਾਰ ਦੇਣ, ਇਹ ਬੇਨਤੀ ਹੈ ਸਿਆਲਕਾ ਜੀ ਵੱਲੋਂ। ਹੁਣ ਮੈਂ ਬੁਲਾਵੇ ਦੇ ਤੌਰ 'ਤੇ ਬੁਲਾ ਰਿਹਾ ਸ਼ਮਸ਼ੇਰ ਸਿੰਘ ਜੀ ਜੇਠੂਵਾਲ,
ਪਰਸਨ ਚੌਥ ਦਾ ਜੇਠੂਆ ਸਮਾਗਮ ਹੋਇਆ ਸੀ ਅਤੇ ਉਹਨਾਂ ਨੇ ਬੜੇ ਸੋਹਣੇ ਤਰ੍ਹਾਂ ਨਿਭਾਇਆ ਸੀ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਅਨਾਊਂਸਮੈਂਟ ਕਰ ਦੇਵਾਂ। ਸਰਦਾਰ ਬਲਕਾਰ ਸਿੰਘ ਜੀ ਕੋਟਲਾ, ਉਹਨਾਂ ਨੇ 5000 ਰੁਪਏ ਲੰਗਰ ਦੀ ਸੇਵਾ ਦੇ ਵਿੱਚ ਕੰਟਰੀਬਿਊਟ ਕੀਤੇ ਨੇ, ਸਰਦਾਰ ਬਲਕਾਰ ਸਿੰਘ ਜੀ ਕੋਟਲਾ। ਅਤੇ 5 ਬੱਸਾਂ ਸੰਗਤ ਲਿਆਉਣ ਦਾ ਵੀ ਪੂਰਾ ਉਹਨਾਂ ਨੇ ਕਿਹਾ ਵੀ ਬਲਕਿ ਵੱਧ ਹੋਣਗੀਆਂ, ਘੱਟ ਨਹੀਂ, ਸੇਵਾ ਲਈ ਹੈ। ਪਿੰਡ ਲੱਦਾ ਮੁੰਡਾ ਦੀ ਸੰਗਤ ਵੱਲੋਂ ਲੰਗਰ ਪਕਾ ਕੇ ਲਿਆਉਣ ਵਾਸਤੇ ਵੀ ਆਪਣਾ ਵਚਨ ਦੁਹਰਾਇਆ। ਇਹ ਦੋਵੇਂ ਸੇਵਾਵਾਂ ਨਵੀਆਂ ਨੇ, ਇਹ ਵੀ ਪ੍ਰਵਾਨ ਹੈ। ਅਤੇ ਇੱਕ ਭਾਈ ਸ਼ਮਸ਼ੇਰ ਸਿੰਘ ਜੀ ਜੇਠੂਵਾਲ ਦੇ ਚਰਨਾਂ 'ਚ ਬੇਨਤੀ ਕਰਾਂ, ਦਿਸਦੇ ਨੇ, ਉੱਠ ਲੁੱਤੇ ਨੇ, ਥੋੜ੍ਹਾ ਜਿਹਾ ਸਮਾਂ ਜੋਸ਼ ਵਿੱਚ ਆ ਕੇ ਵੱਧ ਲੈ ਜਾਂਦੇ ਹੁੰਦੇ ਆ, ਸਮੇਂ ਦਾ ਖਿਆਲ ਕਰਨ, ਜੋਸ਼ ਪ੍ਰਵਾਨ ਹੈ ਇਹਨਾਂ ਦਾ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਸਦਕਾ ਜੂਨ 1984 ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਨਰਲ ਸੁਵੇਗ ਸਿੰਘ ਜੀ, ਸ਼ਹੀਦ ਬਾਬਾ ਥਾਰਾ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦੀ ਯਾਦ ਅੰਦਰ ਜੁੜ ਬੈਠੇ ਹਾਂ। ਪਿਆਰ ਵਾਲਿਓ, ਸਾਡੇ ਮਨਾਂ ਦੇ ਵਲਵਲੇ ਸਾਨੂੰ ਜੋਸ਼ ਵਿੱਚ ਲੈ ਜਾਂਦੇ ਹਨ, ਪਰ ਇਹ ਮਹਾਂਪੁਰਖ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਨੇ ਸਾ ਕੌਮ ਨੂੰ ਹੋਸ਼ ਵਿੱਚ ਲਿਆਂਦਾ, ਕੌਮ ਨੂੰ ਵੱਡੀ ਸੱਟ ਇਸ ਗੱਲੋਂ ਵੱਜੀ 84 ਤੋਂ ਬਾਅਦ ਕਿ ਸਰਕਾਰਾਂ ਨੇ ਕੂੜ ਪ੍ਰਚਾਰ ਕਰਕੇ ਸੰਗਤ ਤੋੜ ਦਿੱਤੀ ਅਤੇ ਸਾਰੀਆਂ ਸੰਸਥਾਵਾਂ ਆਪਣੇ ਅੰਦਰ ਕਰ ਲਈਆਂ। ਜਿੰਨੇ ਵੀ ਵਿਅਕਤੀਗਤ ਅਸਥਾਨ ਸਨ ਉਹਨਾਂ ਨੂੰ ਅਲੱਗ ਥਲੱਗ ਕਰਕੇ, ਖੇਰੂੰ ਖੇਰੂੰ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ 'ਚ ਮੁੱਖ ਤੌਰ 'ਤੇ ਟਕਸਾਲ ਦੇ ਜਿੰਨੇ ਧੜੇ ਬਣੇ ਇੱਕ ਵੱਡਾ ਕਾਰਨ ਹੈ। ਅਖੰਡ ਕੀਰਤਨ ਜਥੇ ਦਾ ਕੀ ਹਾਲ ਬਣਿਆ? ਇਹ ਉਹਨਾਂ ਸਿੰਘਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਰਕਾਰਾਂ ਨੂੰ ਲੋਹੇ ਦੇ ਚੰਨੇ 'ਚ ਪਾਏ ਅਤੇ ਅੱਜ ਹਾਲਾਤ ਬਾਬਾ ਜੀ ਨੇ ਸੰਭਲੇ ਨੇ। ਲੱਖਾਂ ਦਾ ਇਕੱਠ ਹੁੰਦਾ ਇੱਥੇ 6 ਜੂਨ ਵਾਲੇ ਦਿਨ। ਡਾਕਟਰ ਅਵਤਾਰ ਸਿੰਘ ਜੀ ਕਹਿੰਦੇ ਸੀ ਕਿ ਜੇ ਕੋਈ ਸੇਵਾ ਕਰਨੀ ਹੈ ਤਾਂ ਫਿਰ ਬੋਲਣ ਦੇਣਾ, ਮੈਂ ਕਹਿੰਦਾ ਸੇਵਾ ਕਰਨ ਜੋਗੇ ਕਿੱਥੇ ਆ। ਪਰ ਜਿਹੜੀਆਂ ਸੇਵਾ ਹੋ ਰਹੀਆਂ ਨੇ ਇਹਨਾਂ 'ਤੇ ਜਿੰਨਾ ਮਾਣ ਕਰ ਲਈਏ ਉਨਾ ਹੀ ਥੋੜ੍ਹਾ ਹੈ। ਬੰਦਾ ਬੜਾ ਹੰਕਾਰੀ, ਹਰੇਕ ਮਨੁੱਖ ਸੋਚਦਾ ਕਿ ਮੈਂ ਜੋ ਹਾਂ ਉਸ ਤੋਂ ਅੱਗੇ ਕੋਈ ਨਹੀਂ, ਪਰ ਇੱਥੇ ਆਣ ਕੇ ਪਤਾ ਲੱਗਦਾ ਹੈ ਹਠੀ ਜਪੀ ਤਪੀ ਰਾਜਸੀ ਆਗੂ ਧਾਰਮਿਕ ਸ਼ਖਸੀਅਤਾਂ ਕਿੱਡੀਆਂ ਕਿੱਡੀਆਂ ਵੱਡੀਆਂ ਸੇਵਾਵਾਂ ਕਰ ਰਹੇ ਨੇ। ਆਹ ਫੇਸਬੁੱਕ ਮਹਿਕਮਾ ਸਾਰੀ ਦਿਹਾੜੀ ਗਾਲਾਂ ਕੱਢਦਾ ਰਹਿੰਦਾ, ਇਹ ਰਾਜਸੀ ਆਗੂ ਜਿਹੜੇ 500-500 ਬੱਸਾਂ ਲੈ ਕੇ ਆ ਰਹੇ ਨੇ, 100-100 ਬੱਸਾਂ ਲੈ ਕੇ ਆ ਰਹੇ ਨੇ। ਇਹਨਾਂ ਸੇਵਾਵਾਂ ਨੂੰ ਅਸੀਂ ਆਪਣੇ ਮਾਧਿਅਮ ਕਲਮ ਰਾਹੀਂ ਲੋਕਾਂ ਨੂੰ ਦੱਸਦੇ ਹਾਂ ਕਿ ਬੜਾ ਯੋਗਦਾਨ ਵੱਡਾ ਹੈ ਹਰੇਕ ਸਿੱਖ ਦਾ। ਅਸੀਂ ਅੱਜ ਕੇਸ ਰੱਖ ਕੇ ਰਾਜ਼ੀ ਨਹੀਂ, ਅੰਮ੍ਰਿਤ ਛੱਕ ਕੇ ਰਾਜ਼ੀ ਨਹੀਂ, ਨਾਮ ਜਪ ਕੇ ਬਾਣੀ ਪੜ੍ਹ ਕੇ ਰਾਜ਼ੀ ਨਹੀਂ, ਅਤੇ ਗੱਲ ਖਾਲਿਸਤਾਨ ਤੋਂ ਥੱਲੇ ਕਦੀ ਨਹੀਂ ਕਰਦੇ। ਇਹ ਕੌਮ ਦੇ ਮੌਜੂਦਾ ਵਰਤਮਾਨ ਹਾਲਾਤ ਬਣੇ ਪਏ ਨੇ। ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਸਭ ਕੁਝ ਸਿੱਖਣ ਨੂੰ ਮਿਲਿਆ ਕਿ ਜ਼ਮੀਨੀ ਪੱਧਰ 'ਤੇ ਵਿਚਰੀਏ, ਸੰਗਤ ਵਿੱਚ ਵਿਚਰੀਏ, ਸੰਗਤ ਨੂੰ ਪ੍ਰੇਰੀਏ। ਸੋ ਬਾਬਾ ਅਜੈਬ ਸਿੰਘ ਜੀ ਮੱਖਣ ਮੰਡੀ ਵਾਲੇ ਮਹਾਂਪੁਰਖ ਬੈਠੇ ਹਨ ਸਾਡੇ ਨਗਰ ਜੇਠੂਵਾਲ ਦੇ ਬਿਲਕੁਲ ਨੇੜੇ ਨੇ, ਇਹਨਾਂ ਦੀ ਸੰਗਤ ਮਿਲਦੀ ਰਹਿੰਦੀ ਹੈ। ਸਾਰੇ ਮਹਾਂਪੁਰਖਾਂ ਦੀ ਜਿਹੜੀ ਕਮਾਈ ਉਹ ਤੋਂ ਇਹ ਪ੍ਰੇਰਨਾ ਮਿਲੀ
ਲਗਾਤਾਰ 4 ਸਾਲ ਤੋਂ ਬਾਬਾ ਜੀ ਨਗਰ ਵਿੱਚ ਆ ਰਹੇ ਨੇ। ਇਹਨਾਂ ਸਮਾਗਮਾਂ ਦੀ ਪੂਰਾ 1 ਮਹੀਨਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਏ ਔਰ 1 ਮਹੀਨਾ ਅੰਮ੍ਰਿਤਸਰ ਜ਼ਿਲ੍ਹੇ 'ਚ। ਸਾਡੇ ਇਲਾਕੇ 'ਚ ਬੜਾ ਘੱਟ ਨਾਮ ਸੀ ਦਮਦਮੀ ਟਕਸਾਲ ਦਾ, ਪਰ ਅੱਜ 4-5-7 ਪਿੰਡਾਂ ਦੇ ਵਿੱਚ ਅਸੀਂ ਮੈਸੇਜ ਦਿੱਤਾ ਔਰ ਸੰਗਤ ਆਉਂਦੀ ਹੈ। ਇਸੇ ਤਰ੍ਹਾਂ ਜੇ ਇੱਕ ਦੀਵਾ ਜਗਦਾ ਹੈ ਮਹਾਂਪੁਰਖਾਂ ਦੇ ਸ਼ਹੀਦਾਂ ਦੇ ਨਾਮ ਦਾ, ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬੜਾ ਸੋਹਣਾ ਜਵਾਬ ਮਹਾਂਪੁਰਖਾਂ ਨੇ ਦਿੱਤਾ। ਸੰਗਤ ਨੂੰ ਜੋੜ ਕੇ ਅਸੀਂ ਜਿੰਨਾ ਵੀ ਹੋ ਸਕਿਆ, ਡਾਕਟਰ ਅਵਤਾਰ ਸਿੰਘ ਜੀ ਦਿਨ ਰਾਤ ਫੋਨ ਕਰਦੇ ਨੇ, ਬੜੀ ਮਿਹਨਤ ਕਰ ਰਹੇ ਹਨ, ਭਾਈ ਅਰਸ਼ਦੀਪ ਸਿੰਘ ਹੋਣੀ, ਪ੍ਰਿੰਸੀਪਲ ਸਾਹਿਬ ਹੋਣੀ, ਜਿਹੜੀਆਂ ਵੀ ਸੇਵਾਵਾਂ ਲਾਉਣਗੇ। ਜਿਵੇਂ ਸੰਗਤ ਨਗਰ ਮੱਖਣ ਮੰਡੀ ਵਿੱਚ ਠਹਿਰੇਗੀ, ਉੱਥੇ ਸਾਡੇ ਨੌਜਵਾਨਾਂ ਦੀਆਂ ਸੇਵਾਵਾਂ ਲਾਉਣਗੇ ਜਾਂ ਮਹਿਤੇ, ਅਸੀਂ ਸੰਗਤ ਨੂੰ ਪ੍ਰੇਰ ਕੇ ਵੱਧ ਤੋਂ ਵੱਧ ਲਿਆਉਣ ਦੀ ਇੱਥੇ ਸੇਵਾ ਕਰਾਂਗੇ। ਇੰਨੀਆਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਮਸ਼ੇਰ ਸਿੰਘ ਜੀ ਨੇ, ਸ਼ਮਸ਼ੇਰ ਨੇ ਸੱਚਮੁੱਚ ਬਹੁਤ ਸੋਹਣਾ ਬੋਲੇ। ਮੈਂ ਸੱਦਾ ਦੇਵਾਂ ਭਾਈ ਮਲਕੀਤ ਸਿੰਘ ਜੀ ਮਧਰਾ, ਮਿੰਟਾਂ ਦੋ ਤੋਂ ਵੀ ਥੱਲੇ ਆ ਜਾਈਏ ਹੁਣ, ਮਧਰਾ ਜੀ ਦਰਸ਼ਨ ਦੇਣ। 11,000 ਰੁਪਏ ਦੀ ਨਗਦ ਜੋ ਹੈ ਰਾਸ਼ੀ, ਉਹ ਪੰਡਿਤ ਰਾਮ ਸਰੂਪ ਜੀ ਜਿਨ੍ਹਾਂ ਨੇ ਹਰ ਇੱਕ ਸਮਾਗਮ 'ਚ ਹਿੱਸਾ ਵੀ ਲਿਆ ਵਾ, ਅਤੇ 11,000 ਰੁਪਏ ਨਗਦ ਵੀ ਦਿੱਤਾ, ਅਤੇ ਸਰਦਾਵਾਨ ਨੇ। ਅਤੇ ਆਓ ਅਸੀਂ ਮਧਰਾ ਸਾਹਿਬ ਦੇ ਵਿਚਾਰ ਸੁਣੀਏ, ਉਹਨਾਂ ਤੋਂ ਬਾਅਦ ਭਾਈ ਹਰਦਿਆਲ ਸਿੰਘ ਜੀ ਭਾਮ ਤਿਆਰ ਰਹਿਣ 1 ਮਿੰਟ ਲਈ। ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ 84 ਦੇ ਸ਼ਹੀਦਾਂ ਨੂੰ ਉਹਨਾਂ ਦੇ ਸਮਾਗਮਾਂ ਸੰਬੰਧੀ ਰੱਖੀ ਮੀਟਿੰਗ ਵਿੱਚ ਪਹੁੰਚੇ ਮਹਾਂਪੁਰਸ਼ ਅਤੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜਿਨ੍ਹਾਂ ਦੇ ਹੁਕਮਾਂ 'ਤੇ ਪਹਿਲਾਂ ਵੀ ਫੁੱਲ ਚੜ੍ਹਾਉਂਦੇ ਆਏ ਹਾਂ, ਫੁੱਲ ਚੜ੍ਹਾਉਂਦੇ ਰਹੇ ਹਾਂ ਅਤੇ ਚੜ੍ਹਾਉਂਦੇ ਰਹਾਂਗੇ। ਬਾੜ ਸਾਹਿਬ ਦੀ ਅਗਵਾਈ 'ਚ ਪਾਰਕਿੰਗ ਦੀ ਡਿਊਟੀ ਜਾਂ VIP ਡਿਊਟੀ, ਕੋਈ ਵੀ ਡਿਊਟੀ, ਨਿੱਕੀ ਤੋਂ ਵੱਡੀ, ਮਹਾਂਪੁਰਸ਼ਾਂ ਦੇ ਹੁਕਮਾਂ 'ਤੇ ਸਦਾ ਹੀ ਕਰਨ ਲਈ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਰੀ ਭਾਮ ਸਿੰਘ ਜੀ ਹੈ ਭਾਮ ਤੋਂ, ਹਰਦਿਆਲ ਸਿੰਘ ਜੀ ਭਾਮ ਦਰਸ਼ਨ ਦਦਾਰ ਦੇਣ। ਫਤਿਹ ਉਹਨਾਂ ਨੇ ਉੱਥੇ ਹੀ ਬੁਲਾ ਦਿੱਤੀ ਹੈ, ਹਮੇਸ਼ਾ ਸਮਾਗਮਾਂ 'ਚ ਆਉਂਦੇ ਰਹੇ ਨੇ, ਅਤੇ ਮੈਂ ਹੁਣ ਸਟੇਜ 'ਤੇ ਬੁਲਾ ਰਿਹਾ ਹੈ ਡਾਕਟਰ ਦਲਬੀਰ ਸਿੰਘ ਜੀ ਵੇਰਕਾ, ਹਲਕਾ ਇੰਚਾਰਜ, ਬੜੇ ਸ਼ਰਧਾਵਾਨ ਨੇ, ਹਰ ਧਾਰਮਿਕ ਸਮਾਗਮ 'ਚ ਜ਼ਰੂਰ ਪਹੁੰਚਦੇ ਆ, ਸਮਾਜਿਕ 'ਚ ਪਹੁੰਚਦੇ ਆ, ਅੱਜ ਇੱਥੇ ਆਏ ਨੇ, ਕਾਫੀ ਚਿਰ ਦੇ ਆਏ ਨੇ। ਸਤਿਕਾਰ ਡਾਕਟਰ ਦਲਬੀਰ ਸਿੰਘ ਜੀ ਵੇਰਕਾ, ਹਲਕਾ ਇੰਚਾਰਜ। ਬਹੁਤ ਸਤਿਕਾਰਯੋਗ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬੇਨਤੀ ਆ ਕਿ ਸਾਡੀ ਪਿਛਲੇ 2 ਸਮਾਗਮਾਂ ਦੀ ਤਰ੍ਹਾਂ ਐਤਕੀ ਵੀ ਮੇਨ ਡਿਊਟੀ ਸੰਗਤ ਨੂੰ ਲਿਆਉਣ ਦੀ ਹੀ ਹੈ, ਸੋ ਅਸੀਂ ਪ੍ਰਬੰਧਕਾਂ ਦੇ ਨਾਲ ਇਨ ਟੱਚ ਹਾਂ, ਜਿੰਨੀਆਂ ਬੱਸਾਂ ਪਿਛਲੀ ਵਾਰ ਦਿੱਤੀਆਂ ਸੀ ਜਾਂ ਉਹਨਾਂ ਤੋਂ ਵੱਧ ਜਿੰਨੀਆਂ ਵੀ ਸਾਨੂੰ ਇਹ ਪ੍ਰਬੰਧਕ ਮੁਹੱਈਆ ਕਰਾਉਣਗੇ, ਅਸੀਂ ਓਨੀਆਂ ਹੀ ਬੱਸਾਂ ਜਿਹੜੀਆਂ ਸੰਗਤ ਦੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਿਹਰਬਾਨੀ ਡਾਕਟਰ ਸਾਹਿਬ ਦੀ, ਸੇਵਾ ਪ੍ਰਵਾਨ ਉਹਨਾਂ ਨੇ ਕੀਤੀ ਖੜੇ ਮੱਤੇ, ਧੰਨਵਾਦ ਉਹਨਾਂ ਦਾ। ਹੁਣ ਮੈਂ ਸੰਤ ਬਾਬਾ ਗੁਰਭੇਜ ਸਿੰਘ ਜੀ ਨੂੰ ਸੱਦਾ ਦੇਵਾਂ, ਉਹ ਬੁਲਾਰੇ ਨੇ ਸੰਤ ਸਮਾਜ ਦੇ, ਉਹ ਲਗਾਤਾਰ ਸੰਤ ਤੇਰਾਂ ਦੇ ਇੱਥੇ ਅਟੈਸਟ ਨੇ, ਉਹਨਾਂ ਦੀ ਸੇਵਾ 'ਚ ਬੇਨਤੀ ਆ ਸੰਤ ਬਾਬਾ ਗੁਰਭੇਜ ਸਿੰਘ ਜੀ ਕਿ ਸਟੇਜ 'ਤੇ ਆਉਣ, ਬੱਸਾਂ ਦੀ ਸੇਵਾ ਅੱਗੇ ਵੀ ਲੈਂਦੇ ਆ ਹੁਣ ਵੀ, ਅਤੇ ਸਮਾਗਮ ਕਰਾਉਂਦੇ ਆ ਅਤੇ ਮੁੱਖ ਬੁਲਾਰੇ ਨੇ, ਅਤੇ ਬਹੁਤ ਵਾਹਿਗੁਰੂ ਦੀ ਕਿਰਪਾ ਹੈ। ਪੂਰਾ ਪੂਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਆਹ ਭਲੀ ਭਾਂਤ ਜਾਣਦੇ ਹੋ, ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਬਹੁਤ ਵਿਸਥਾਰ ਪੂਰਵਕ ਆਪ ਜੀ ਨੂੰ ਚਾਨਣਾ ਪਾਇਆ ਹੈ। ਜਿਹੜਾ ਅਸਲੀ ਮਨੋਰਥ ਹੈ, ਅਸਲੀ ਕਾਰਜ ਹੈ ਸਾਡਾ, ਉਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲੇ ਅਮਰ ਸ਼ਹੀਦ, ਉਹਨਾਂ ਦੀ ਸਾਲਾਨਾ ਬਰਸੀ ਜੋ 6 ਜੂਨ ਨੂੰ ਮਨਾਉਣ ਜਾ ਰਹੇ ਹਾਂ, ਜਿਨ੍ਹਾਂ ਦੀ ਅਗਵਾਈ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ। ਬਾਬਾ ਜੀ, ਮੈਨੂੰ ਐਂ ਜਾਪਦਾ ਹੈ, ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀਓ, ਸਾਡੇ ਨਾਲੋਂ 10-10 ਗੁਣਾ ਵੱਧ ਪਿਆਰ ਕਰਨ ਵਾਲੀ ਸੰਗਤ ਆਪ ਜੀ ਦੇ ਚਰਨਾਂ 'ਚ ਬੈਠੀ ਹੈ। ਸਾਨੂੰ ਵੀ ਜਿੰਨਾ ਪਿਆਰ ਤੁਸੀਂ ਦਿੰਦੇ ਹੋ, ਸਾਡੀ ਹੈਸ਼ੀਅਤ ਮੁਤਾਬਕ 100 ਗੁਣਾ ਵੱਧ ਪਿਆਰ ਤੁਸੀਂ ਦਾਸ ਨੂੰ ਅਤੇ ਸਮੁੱਚੇ ਸੰਤ ਸਮਾਜ ਮਾਝੇ ਨੂੰ ਦਿੰਦੇ ਹੋ। ਹੁਣ ਮੈਂ ਬਹੁਤ ਲੰਮਾ ਸਮਾਂ ਨਾ ਲਵਾਂ, ਜਿਹੜੀ ਬੱਸਾਂ ਦੀ ਗੱਲ ਹੈ, ਉਹ ਡਾਕਟਰ ਸਾਹਿਬ ਨੂੰ ਨਗਰ ਪਤਵੰਤੇ ਸੱਜਣਾ ਦੇ ਨੰਬਰ ਨੋਟ ਕਰਵਾ ਦਿੱਤੇ ਗਏ ਨੇ, ਔਰ ਮਾਝੇ ਤੋਂ ਸਮੁੱਚਾ ਸੰਤ ਸਮਾਜ 250 ਬੱਸ ਦਾ ਕਾਫਲਾ, ਜਿਹੜਾ ਬਾਬਾ ਜੀ, ਬਾਹਰ ਜਗ੍ਹਾ ਨਹੀਂ ਮਿਲੂਗੀ ਟਰਾਂਸਪੋਰਟ ਲਾਉਣ ਨੂੰ। ਪਿਛਲੇ ਸਮਾਗਮਾਂ ਨਾਲੋਂ ਆਪ ਜੀ ਕਦੀ ਕਿਤੇ ਪ੍ਰੋਗਰਾਮ ਵੇਖਣ ਜਾਂ ਉਹ ਜਹਾਜ਼ ਰਾਹੀਂ ਵੇਖੋਗੇ ਤਾਂ ਆਪ ਜੀ ਨੂੰ ਧਰਤੀ 'ਤੇ ਪੈਰ ਰੱਖਣ ਨੂੰ ਸਮਾਂ ਨਹੀਂ ਮਿਲੇਗਾ, ਇੰਨੀ ਸੰਗਤ ਇਸ ਸਮਾਗਮ ਵਿੱਚ ਪਹੁੰਚ ਰਹੀ ਹੈ। ਦੂਸਰੀ ਬੇਨਤੀ ਗੁਰੂ ਕੇ ਲੰਗਰਾਂ ਦੀ, ਮਾਫ਼ ਕਰਨਾ, ਅਸੀਂ ਐਰਕਾਂ ਲੰਗਰ ਦਾ ਜਿਹੜਾ ਪ੍ਰੋਗਰਾਮ ਹੈ, ਐਰਕਾਂ ਲਿਆ ਹੈ ਸਮੁੱਚੇ ਸੰਤ ਸਮਾਜ ਨੇ, ਜਿਹਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਬਾਬਾ ਅਜਾਇਬ ਸਿੰਘ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਦਾ ਕਾਰ ਸੇਵਾ ਵਿੱਚ ਨਾਮ ਹੈ ਮੱਖਣ ਮਿੰਡੀ ਵਾਲੇ, ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ, ਬਾਬਾ ਸੁਖਵੰਤ ਸਿੰਘ ਜੀ ਚੰਨਣਕੇ, ਬਾਬਾ ਗੁਰਮੀਤ ਸਿੰਘ ਜੀ ਚੰਨਣਕੇ, ਬਾਬਾ ਸੱਜਣ ਸਿੰਘ ਜੀ, ਉਹਨਾਂ ਦੇ ਸੰਦੇਸ਼ ਆ ਗਏ ਨੇ। ਮੈਂ ਆਪ ਜੀ ਨੂੰ ਬਹੁਤ ਫਖਰ ਨਾਲ ਅਤੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਆਪ ਕਿਰਪਾ ਕਰਿਓ, ਅਸੀਂ ਬਹੁਤ ਵੱਡਾ ਲੰਗਰ, ਦਾਲ ਪਨੀਰ, ਸਾਗ ਪਨੀਰ, ਮਿੱਠੇ ਚੌਲਾਂ ਦਾ ਲੰਗਰ, ਜਲੇਬੀਆਂ ਦਾ ਲੰਗਰ ਪਕਾ ਕੇ ਟਰਾਲੀਆਂ ਭਰ ਕੇ ਲਿਆਵਾਂਗੇ, ਜਿਹਦੇ ਵਿੱਚ ਬਾਬਾ ਨਾਗੀਆਣਾ ਸਾਹਿਬ, ਬਾਬਾ ਸੱਜਣ ਸਿੰਘ ਜੀ, ਬਾਬਾ ਅਜਾਇਬ ਸਿੰਘ ਜੀ ਮੱਖਣ ਮਿੰਡੀ ਵਾਲੇ,
ਦਾਸ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ ਜਿਨ੍ਹਾਂ ਦਾ ਸੰਦੇਸ਼ ਬਾਬਾ ਜੀ ਨੂੰ ਪਹੁੰਚ ਚੁੱਕਾ ਹੈ, ਦਾਸ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕਰੇਗਾ। 6 ਜੂਨ ਨੂੰ ਜਿੰਨਾ ਚਿਰ ਬੱਸਾਂ ਦਾ ਸਾਰਾ ਇੰਤਜ਼ਾਮ ਉਹਨਾਂ ਡਰਾਈਵਰਾਂ ਨਾਲ, ਉਸ ਨਗਰ ਨਾਲ, ਪਤਵੰਤੇ ਸੱਜਣਾਂ ਨਾਲ ਨਹੀਂ ਹੋ ਜਾਂਦਾ, ਉਹਨਾਂ ਚਿਰ ਸਾਡੇ ਵਾਸਤੇ ਬਹੁਤ ਇੱਕ ਮੁਸੀਬਤ ਦੀ ਘੜੀ ਆਈ ਹੁੰਦੀ ਹੈ ਕਿ ਬਹੁਤ ਸੰਗਤ ਲੈ ਕੇ ਅਸਾਂ ਜਾਣਾ ਹੈ। ਸੋ ਬਾਬਾ ਜੀ, ਅਸੀਂ ਆਪ ਜੀ ਦੇ ਚਰਨਾਂ ਵਿੱਚ ਵਿਸ਼ਵਾਸ ਦਿਵਾਉਂਦੇ ਹਾਂ ਕਿ ਤਿਲ ਮਾਰਿਆ ਪੁੰਝੇ ਨਹੀਂ ਪਊਗਾ। ਇੱਕ ਵਾਰ ਕਦੇ ਤੁਸੀਂ ਕਿਸੇ ਸੇਵਾਦਾਰ ਨੂੰ ਬਾਹਰ ਭੇਜ ਕੇ ਵੇਖਣਾ ਹੈ, ਕਿਉਂਕਿ ਸੇਵਾਦਾਰ ਤੁਹਾਡੇ ਐਡੇ ਤਕੜੇ ਨੇ। ਹਰਸ਼ਦੀਪ ਅਤੇ ਡਾਕਟਰ ਸਾਹਿਬ ਬੁੱਟਰ ਸਾਹਿਬ ਜਿੰਨਾ ਰਾਤ ਦਿਨੇ ਕੀਤੀ ਹੈ, ਦਾਸ ਵੀ ਉਹਨਾਂ ਦੇ ਨਾਲ ਜੋ ਹੁਕਮ ਕਰਦੇ ਨੇ ਸਿਰ ਮੱਥੇ ਮੰਨਦੇ, ਔਰ ਮੈਂ ਫਖਰ ਕਰਦਾ ਹਾਂ ਕਿ ਤੁਸੀਂ ਸਾਨੂੰ ਇਹ ਸੇਵਾ ਲਾਉਂਦੇ ਹੋ, ਅਸੀਂ ਇਹ ਸੇਵਾ ਨਿਭਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੁੱਲ ਗਿਆ ਹਾਂ, ਮੇਰੇ ਬਹੁਤ ਸਤਿਕਾਰਯੋਗ ਸਵਰਨਜੀਤ ਸਿੰਘ ਜੀ ਕੁਰਾਲੀਆਂ, ਜਿਨ੍ਹਾਂ ਨਾਲ ਸਾਡਾ ਪਿਆਰ ਹੈ, ਇਹਨਾਂ ਸੇਵਾਵਾਂ ਵਿੱਚ ਅਸੀਂ ਉਹਨਾਂ ਨੂੰ ਵੀ ਸੇਵਾ ਲਾਵਾਂਗੇ। ਬੋਲਿਆ ਚਾਲਿਆ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਸਮਾਜ ਦੇ ਬੁਲਾਰੇ, ਸਾਬਤ ਕਰਤਾ ਕਿ ਉਹ ਬੁਲਾਰੇ ਨੇ। 250 ਬੱਸ ਦੇਖਣ ਲਈ ਜਹਾਜ਼, ਅਤੇ ਫਿਰ ਲੰਗਰ 'ਚ ਪੱਪਾ ਲਿਆਉਣਾ, ਪੱਪਾ ਪੱਪਾ ਨਹੀਂ ਖੇਨੇ ਕਿ ਅੱਜ ਤਾਂ ਮਿੱਠੇ ਚੌਲ, ਪੱਪਾ ਵੀ ਲੱਗੇ ਆਉਣਗੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। 250 ਬੱਸ ਵਾਸਤੇ 250 ਦਾ ਭਾੜਾ ਭਰਨਾ ਪਏਗਾ ਪਾਰਕਿੰਗ ਵਾਸਤੇ, ਬਹੁਤ ਬਹੁਤ ਮਿਹਰਬਾਨੀ। 1 ਢਾਇਆ 2 ਢਾਏ 5 ਹੁੰਦੇ ਨੇ ਜੀ, ਅਤੇ ਹੁਣ ਮੈਂ ਬੇਨਤੀ ਕਰਾਂ, ਤੁਸੀਂ ਮੁਸਕਰਾਹਟ ਲੈਂਦੀ ਹੈ। ਸਰਦਾਰ ਇਕਬਾਲ ਸਿੰਘ ਜੀ ਮਾਨ, ਬੜੇ ਗੁਰੂ ਘਰ ਦੇ ਪ੍ਰੇਮੀ, ਗੁਪਤ ਰਹਿ ਕੇ ਪਾਠ ਕਰਨਾ, ਸੇਵਾ ਕਰਨੀ, ਡਟੇ ਰਹਿਣਾ। ਆਓ ਮਾਨ ਜੀ, ਤੁਸੀਂ ਕੁਝ ਸਕਿੰਟਾਂ ਲਈ, ਵੱਧ ਤੋਂ ਵੱਧ 1 ਮਿੰਟ ਲਈ ਕੁਝ ਨਾ ਕੁਝ ਬੋਲੋ। ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ, ਸਾਡੀ ਨੁਮਾਇੰਦਾ ਜਮਾਤ, ਇੱਥੇ ਮੌਜੂਦ ਗੁਰੂ ਰੂਪ ਸਾਧ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਗਿਆ, ਇਕੱਲੇ ਇਕੱਲੇ ਬੁਲਾਰੇ ਨੂੰ ਟਾਈਮ ਦੇਣਾ ਇਹ ਵੀ ਬਹੁਤ ਵੱਡੀ ਗੱਲ ਆ। ਜ਼ਮਾਨਾ ਅੱਜ ਕੱਲ੍ਹ ਡਿਜੀਟਲਾਈਜ਼ ਹੋ ਗਿਆ, ਅਤੇ ਸਾਨੂੰ ਵੀ ਡਿਜੀਟਲਾਈਜ਼ ਹੋਣਾ ਚਾਹੀਦਾ ਕਿ ਜਿੰਨੇ ਵੀ ਸੇਵਾਦਾਰ ਅਸੀਂ, ਜਿੰਨੇ ਪੱਕੇ ਤੌਰ 'ਤੇ ਜਿੰਨੇ ਵੀ ਸੇਵਾਦਾਰ ਸੇਵਾ ਲੈਂਦੇ ਆ, ਉਹਨਾਂ ਦੀ ਲਿਸਟ ਬਕਾਇਦਾ ਬਣਾ ਲਈ ਜਾਵੇ ਅੱਗੇ ਵਾਸਤੇ। ਉਹਨਾਂ ਦੀ ਸੇਵਾਵਾਂ ਤਾਂ ਪੱਕੀਆਂ ਹੈਗੀਆਂ ਹੀ ਹਨ, ਜੇ ਉਹ ਤੋਂ ਅਲੱਗ ਕੋਈ ਇਜਾਫਾ ਕਰਨਾ ਚਾਹੁੰਦਾ ਬੰਦਾ ਤਾਂ ਉਹ ਇਜਾਫਾ ਕਰ ਦੇ, ਕੋਈ ਵੱਖਰੀ ਆਣ ਕੇ ਸੇਵਾ ਲੈਣੀ ਚਾਹੁੰਦਾ ਉਹ ਲੈ ਲਏ। ਅਤੇ ਇੱਕ ਹੀ ਜਾਣਾ ਸਾਰਿਆਂ ਵੀਰਾਂ ਵੱਲੋਂ ਇਹ ਬੇਨਤੀ ਸੇਵਾਵਾਂ ਦੀ ਉਹ ਕਰ ਦਿੱਤੀ ਜਾਵੇ ਤਾਂ ਜੋ ਕਿ ਸਮੇਂ ਦੀ ਬਚਤ ਹੋ ਸਕੇ। ਅਤੇ ਦਾਸ ਵੱਲੋਂ ਅਤੇ ਦਾਸ ਦੇ ਨਗਰ ਜਲਾਲ ਉਸਮਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ MLA ਸਾਹਿਬ ਸਰਦਾਰ ਬਲਜੀਤ ਸਿੰਘ ਜੀ, ਜਲਾਲ ਉਸਮਾ ਸਾਬਕ MLA, ਉਹਨਾਂ ਦੇ ਵੱਲੋਂ ਅਸੀਂ ਜਲਾਲ ਉਸਮਾ ਨਗਰ ਨੂੰ ਰੀਪ੍ਰਜੈਂਟ ਕਰਕੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਆਖਿਆ ਕਿ ਸਰਦਾਰ ਗੁਰਮੀਤ ਸਿੰਘ ਜੀ ਖੱਬੇ ਰਾਜਪੂਤਾਂ 'ਚੋਂ ਜਲੇਬੀਆਂ ਦਾ ਲੰਗਰ ਵਰਤਾ ਰਹੇ ਆ, ਉਹਦੇ ਵਿੱਚ ਕੁਝ ਵਾਧਾ ਕਰਨ। ਅਸੀਂ ਨਗਰ ਵੱਲੋਂ ਵਾਧਾ ਕਰਦੇ ਸੀ, ਜਿਹੜੇ ਜਲੇਬੀਆਂ ਦਾ ਲੰਗਰ ਉਹਦੇ ਨਾਲ ਦੁੱਧ ਦਾ ਗੱਫਾ, ਗਿਰੀਆਂ ਬਦਾਮਾਂ ਵਾਲਾ ਦੁੱਧ ਜਲੇਬੀਆਂ ਵਾਲੇ ਲੰਗਰ ਦੇ ਵਿੱਚੋਂ ਹੀ ਉਹਦੇ ਨਾਲ ਸੇਵਾ ਨਿਭਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਹੋਰ ਅੱਗੇ ਵੀ ਲੰਗਰਾਂ ਵਾਸਤੇ ਪ੍ਰਸ਼ਾਦੇ ਪਕਾ ਕੇ ਲੰਗਰਾਂ ਵਿੱਚ ਦਿੱਤੇ ਜਾਂਦੇ ਹਨ, ਸਰਦਾਰ ਗੁਰਦੀਪ ਸਿੰਘ ਉਹਨਾਂ ਦੇ ਨਾਲ ਤਾਲਮੇਲ ਕਰਕੇ
ਜੋ 40-50 ਸਿੰਘਾਂ ਦਾ ਨਿਗਰਾਨ ਕਮੇਟੀ ਦੇ ਵਿੱਚ ਯੋਗਦਾਨ ਉਹ ਵੀ ਪਾਉਣ ਦਾ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖਰਾ ਹੀ ਭੋਜਨ ਉਹਨਾਂ ਸੁਜੈਸਟ ਕੀਤਾ ਹੈ, ਦੁੱਧ ਬਦਾਮ, ਬਦਾਮ ਦੁੱਧ। ਲੰਬਾ ਸਮਾਂ ਨਾ ਲਵਾਂ, ਬੁਲਾਵਾ ਦੇਵਾਂ, ਧੰਨਵਾਦ ਇਹਨਾਂ ਦਾ ਕਰਦਾ ਇਕਬਾਲ ਸਿੰਘ ਜੀ ਦਾ, ਗਿਆਨੀ ਪਰਮਿੰਦਰਪਾਲ ਸਿੰਘ ਜੀ ਨੂੰ। ਉਹਨਾਂ ਨੇ ਅਪ੍ਰੈਲ ਦੇ ਮਹੀਨੇ ਸਮਾਗਮਾਂ ਦੀ ਲੜੀ ਲਗਾਤਾਰ 30 ਦਿਨ ਨਿਭਾਈ ਹੈ। ਹਮੇਸ਼ਾ ਹਮੇਸ਼ਾ ਉਹਨਾਂ ਦੇ ਬਾਰੇ 'ਤੇ ਬੇਅੰਤ ਸ਼ਬਦ ਵਰਤੇ ਜਾਂਦੇ, ਗੱਲ ਬਣਦੀ ਆ। ਸੋ ਆ ਗਏ ਨੇ ਗਿਆਨੀ ਪਰਮਿੰਦਰਪਾਲ ਸਿੰਘ ਜੀ ਮਾਈਕ ਦੇ ਉੱਪਰ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਪਰਮ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੇ ਸੱਦੇ 'ਤੇ ਸ਼ਹੀਦੀ ਸਮਾਗਮਾਂ ਦੀ ਸਾਰੀ ਪ੍ਰਬੰਧਾਂ ਦੀ ਰੂਪ ਰੇਖਾ ਵਾਸਤੇ ਇਲਾਕਾ ਨਿਵਾਸੀ ਸੰਗਤਾਂ ਦੀ ਇਹ ਅੱਜ ਮੀਟਿੰਗ ਜਿਹੜੀ ਚੱਲ ਰਹੀ ਹੈ, ਆਪਾਂ ਇਹ ਸਾਰੀ ਗੱਲ ਆਪਣੇ ਧਿਆਨ ਵਿੱਚ ਰੱਖਦੇ ਹਾਂ ਕਿ ਕੁੱਲ ਪੰਜਾਬ ਭਰ ਦੇ ਵਿੱਚੋਂ, ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਅਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਬੇਅੰਤ ਸੰਗਤਾਂ ਆਉਂਦੀਆਂ ਹੈ। ਉਹ ਸਾਰੀਆਂ ਸੰਗਤਾਂ ਸਾਡੀਆਂ ਮਹਿਮਾਨ ਹਨ ਅਤੇ ਖਾਸ ਤੌਰ 'ਤੇ ਆਪਾਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਜੋ ਵਸਨੀਕ ਹਾਂ, ਆਪਾਂ ਮੇਜ਼ਬਾਨ ਹਾਂ ਅਤੇ ਸਾਰੀ ਸੰਗਤ ਦੀ ਮੇਜ਼ਬਾਨੀ ਕਰਨ ਦਾ ਚਾਅ ਇੱਥੋਂ ਦੀਆਂ ਸੰਗਤਾਂ ਦੇ ਮਨਾਂ ਵਿੱਚ ਪ੍ਰਤੱਖ ਠਾਠਾਂ ਪਿਆ ਮਾਰਦਾ ਹੈ। ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਲੋਂ ਵੀ ਆਪ ਜੀ ਸਰਵਣ ਕਰ ਚੁੱਕੇ ਹੋ, ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ, ਇਸੇ ਤਰ੍ਹਾਂ ਕੈਪਟਨ ਬਲਬੀਰ ਸਿੰਘ ਜੀ ਬਾਠ, ਹੋਰ ਸਾਰੇ ਜੋ ਗੁਰਮੁਖ ਪਿਆਰੇ ਨੇ, ਔਰ ਇਸੇ ਪ੍ਰਕਾਰ ਇਹਨਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਪਰਮ ਸਤਿਕਾਰਯੋਗ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ ਸਾਹਿਬ ਵਾਲੇ, ਇਸੇ ਤਰ੍ਹਾਂ ਬਾਬਾ ਸਵਰਨ ਸਿੰਘ ਜੀ ਜਫਰਵਾਲ, ਉਹਨਾਂ ਤੋਂ ਉਪਰੰਤ ਸੇਵਾ ਨਿਭਾ ਰਹੇ ਬਾਬਾ ਸਤਵੰਤ ਸੋ ਸਤਨਾਮ ਸਿੰਘ ਜੀ, ਉਹਨਾਂ ਵੱਲੋਂ ਛਬੀਲਾਂ ਦੀ ਸੇਵਾ ਵੀ ਚੱਲ ਰਹੀ ਹੈ। ਵਲੰਟੀਅਰਾਂ ਦੀ ਵੀ ਬਹੁਤ ਵੱਡੀ ਲੋੜ ਹੁੰਦੀ ਹੈ ਅਤੇ ਉਹ ਵੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਬੇਅੰਤ ਸੰਗਤਾਂ ਆ ਕੇ ਵਲੰਟੀਅਰਾਂ ਦੇ ਤੌਰ 'ਤੇ ਵੀ, ਸੇਵਾਦਾਰਾਂ ਦੇ ਤੌਰ 'ਤੇ ਵੀ ਸੇਵਾ ਨਿਭਾਉਣਗੇ। ਹੋਰ ਜਿਵੇਂ ਜਿਵੇਂ ਮਹਾਂਪੁਰਖਾਂ ਦੇ ਹੁਕਮ, ਆਪਾਂ ਸਾਰਿਆਂ ਰਲ ਮਿਲ ਉਸੇ ਤਰ੍ਹਾਂ ਚੱਲ ਕੇ ਇਹਨਾਂ ਸਮਾਗਮਾਂ ਨੂੰ ਕੇਵਲ ਸਫਲਤਾਪੂਰਵਕ ਹੀ ਨਹੀਂ ਬਲਕਿ ਸ਼ਾਨਦਾਰ ਸਫਲਤਾਪੂਰਵਕ ਨੇਪਰੇ ਚਾੜਨਾ ਹੈ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਦੇ ਪੱਖੋਂ ਜਦ ਮੇਜ਼ਬਾਨੀ ਦੀ ਭਾਵਨਾ ਆ ਜਾਂਦੀ ਹੈ ਨਾ, ਤਾਂ ਸਭ ਕੁਝ ਸੰਪੂਰਨ ਹੋ ਹੀ ਜਾਂਦਾ। ਸੋ ਬੜੀ ਉਹਨਾਂ ਨੇ ਟਿਕਾਣੇ ਦੀ ਗੱਲ ਕਹੀ ਹੈ। ਮੈਂ ਤੇਜਵੀਰ ਸਿੰਘ ਜੀ ਭਲਾਈਪੁਰ ਪੂਰਬਾਂ, ਉਹਨਾਂ ਦੇ ਨਗਰ ਹਰ ਵਾਰੀ ਹੁੰਦਾ ਸਮਾਗਮ, ਉਹ ਆਏ ਖੜ੍ਹੇ ਨੇ, ਉਹਨਾਂ ਨੂੰ ਬੇਨਤੀ ਕਰਾਂ ਕਿ 40 ਸਕਿੰਟ ਲੈ ਲੈਣ, ਮਿੰਟ ਟੱਪਣ ਨਾ। ਗੁਰੂ ਕੀ ਸੰਗਤ, ਮਿੰਟ ਮਿਲੇ ਆਪਾਂ ਨੂੰ ਦੋ, ਅਤੇ ਦੋਵਾਂ 'ਚੋਂ ਵੀ ਇੱਕ ਹੀ ਲਾਉਣਾ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ 2 ਦੀ ਪੁਆਇੰਟ ਆਪਾਂ ਗੁਰੂ ਕੀ ਸੰਗਤ ਹੱਥ ਜੋੜ ਕੇ ਤੁਹਾਨੂੰ ਬੇਨਤੀਆਂ ਕਰਦੇ ਵੀ ਸੰਗਤ ਵੱਧ ਤੋਂ ਵੱਧ ਲੈ ਕੇ ਬੱਸਾਂ 'ਚ ਨਾ ਹੋਵੇ, 5-5 ਜਾਣੇ ਹੋਣ, ਬੱਸਾਂ ਦੀ ਗਿਣਤੀ ਨਹੀਂ ਵਿਖਾਉਣੀ ਆਪਾਂ ਇੱਥੇ। ਗੁਰੂ ਕੀ ਸੰਗਤ ਸ਼ਹੀਦਾਂ ਸਿੰਘਾਂ ਨੇ ਵੇਖਣਾ ਮਹਾਰਾਜ ਜੀ ਨੇ, ਅਤੇ ਮਹਾਰਾਜ ਪ੍ਰਤੱਖ ਜਾਗਤ ਜੋਤ ਜਪੇ ਨਿਸਬਾਸਰ, ਰੋਮ ਰੋਮ 'ਚ ਗੁਰੂ ਗ੍ਰੰਥ ਸਾਹਿਬ ਜੀ ਵੱਸ ਰਹੇ ਆ। ਸ਼ਹੀਦਾਂ ਮਰੀਦਾਂ ਦੀਆਂ ਖੁਸ਼ੀਆਂ ਲੈਣੀਆਂ, ਵੱਧ ਤੋਂ ਵੱਧ ਆਪਾਂ ਸੰਗਤ ਲੈ ਕੇ ਆਉਣੀ ਆ, ਅਤੇ ਜਿਹੜੀ ਸੇਵਾ ਮਹਾਂਪੁਰਖਾਂ ਨੇ ਉਹਨੂੰ ਝੋਲੀ ਪਾਈ ਆ, ਹੋਰ ਵੀ ਸੇਵਾ ਜਿੱਦਾਂ ਦੀ ਵੀ ਉੱਦਾਂ ਦੀ ਮਹਾਰਾਜ ਕਿਰਪਾ ਕਰ ਝੋਲੀ 'ਚ ਪਵਾ ਕੇ ਕਰਾਂਗੇ।
ਅਤੇ ਸੰਗਤ ਮੇਰੀ ਬੇਨਤੀ ਹੱਥ ਜੋੜ ਕੇ ਪਤਵੰਤਿਓ ਸੱਜਣੋ ਘਰ ਘਰ ਜਾਇਓ ਬੂਹਾ ਖੜਕਾਇਓ ਸ਼ਹੀਦਾਂ ਮਰੀਦਾਂ ਦੀਆਂ ਖੁਸ਼ੀਆਂ ਤਾਂ ਮਿਲਦੀਆਂ ਵਾਂ ਇਹ ਨਹੀਂ ਵੀ ਆਪਾਂ ਅਨਾਊਂਸਮੈਂਟ ਕਰਤੀ ਵੀ ਜਿੰਨੇ ਜਣੇ ਆ ਗਏ ਕੋਈ ਗੱਲ ਨਹੀਂ ਕਿੰਨੇ ਵੇਖਣਾ ਵਿਖਾਉਣਾ ਪਾਤਸ਼ਾਹ ਨੂੰ ਆ ਸ਼ਹੀਦਾਂ ਮਰੀਦਾਂ ਨੇ ਆਪੇ ਵੇਖ ਲੈਣਾ ਸੋ ਮੇਰੀ ਇੰਨੀ ਬੇਨਤੀ ਆ ਹੱਥ ਜੋੜ ਕੇ ਨਿਮਰਤਾ ਸਾਹਿਬ ਆਪ ਆਇਓ ਮਾਈਆਂ ਨੂੰ ਭਾਈਆਂ ਨੂੰ ਬੀਬੀਆਂ ਨੂੰ ਲੈ ਕਰਕੇ ਆਇਓ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਜੋ ਹੋਰ ਵੀ ਸੇਵਾ ਮਹਾਂਪੁਰਖ ਲਾਉਣਗੇ ਪਤਵੰਤੇ ਸੱਜਣ ਜੋ ਭਾਈ ਸਾਹਿਬ ਜੀ ਹਨ ਪ੍ਰਿੰਸੀਪਲ ਸਾਹਿਬਾਨ ਹਾਂਜੀ ਛਬੀਲ ਦਾ ਕਹਿ ਰਿਹਾ ਛਬੀਲ ਤਾਂ ਮਹਾਂਪੁਰਖਾਂ ਦੀ ਆ ਜਿੱਥੇ ਮਰਜ਼ੀ ਕਹਿਣਗੇ ਉੱਥੇ ਲੱਗਣੀ ਲੱਗਣੀ ਹੈ ਗੇਟ ਦੇ ਗਾੜੀ ਜਲਜੀਰਾ ਅਤੇ ਮਹਾਰਾਜ ਕਿਰਪਾ ਨਾਲ ਸ਼ਰਦਾਈਆਂ ਲੰਗਰ ਤਾਂ ਹੋ ਸਕਦਾ ਵਾ ਭਾਈ ਜਤਿੰਦਰ ਸਿੰਘ ਵੱਲੋਂ ਹੁਕਮ ਆ ਵੀ ਫਲ ਵੀ ਚੱਲੂਗਾ ਭਾਵੇਂ 4 ਘੰਟੇ ਚੱਲੇ ਭਾਵੇਂ 5 ਲਗਾਤਾਰ ਹੀ ਫਲ ਚੱਲੇਗਾ ਸੋ ਗੁਰੂ ਕੀ ਸੰਗਤ ਜੀ ਉਹ ਸੰਗਤ ਲੈ ਕੇ ਆਇਓ ਬਸ ਇੰਨੀ ਮੇਰੀ ਬੇਨਤੀ ਆ ਇਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੇ ਪਰਪੱਕ ਅਤੇ ਗੁਣਾਂ ਦੀ ਗੁੱਥੀ ਭਲਾਈਪੁਰ ਸਾਹਿਬ ਕਹਿ ਕੇ ਗਏ ਨੇ ਮੈਂ ਹੁਣ ਸੰਤ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਨੀ ਜਾ ਰਹੇ ਆ ਜਿਹੜੇ ਬੁਲਾਰੇ ਰਹਿ ਗਏ ਨੇ ਮੁਆਫੀ ਦੇਣ ਅਤੇ ਸੰਤ ਮਹਾਂਪੁਰਖ ਹਮੇਸ਼ਾ ਕੌਮ ਦੀ ਗਵਾਈ ਸਾਡੀ ਗਵਾਈ ਸਭ ਦੀ ਗਵਾਈ ਕਰਦੇ ਨੇ ਅਤੇ ਉਹਨਾਂ ਦੇ ਕਰਕੇ ਹੀ ਡਟੇ ਪਏ ਹਾਂ ਅਤੇ ਵਾਹਿਗੁਰੂ ਉਹਨਾਂ 'ਤੇ ਕਿਰਪਾ ਦਾ ਹੱਥ ਰੱਖਣ ਅਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਜਾ ਰਿਹਾ ਬਾਬਾ ਜੀ ਅੱਗੇ ਵਾਂਗ ਹੀ ਪੰਥ ਦੀ ਕੌਮ ਦੀ ਇਲਾਕੇ ਦੀ ਸਭ ਦੀ ਅਗਵਾਈ ਕਰੋ ਇਲਾਕਾ ਤੁਹਾਡੇ ਨਾਲ ਹੈ ਸੇਵਾ ਦਾ ਜੋ ਦਿੱਤੀ ਆ ਉਹਦਾ ਸ਼ੁਕਰਾਨਾ ਅਤੇ ਬਹੁਤ ਬਹੁਤ ਧੰਨਵਾਦ ਬੇਨਤੀ ਇਹ ਆ ਕਿ ਪਹਿਲੀ 2, 3, 4, 5 ਨੂੰ ਤੁਹਾਡੀਆਂ ਹਾਜ਼ਰੀਆਂ ਇੰਡੀਕੇਟ ਕਰਨਗੇ 5 ਦਿਨ ਕਿ 6 ਨੂੰ ਕਿਹੋ ਜਿਹਾ ਸਮਾਗਮ ਆ ਉਹਦੀ ਰੂਪਰੇਖਾ ਅਸੀਂ ਪਹਿਲੀ 2, 3, 4 ਅਤੇ 5 ਜੂਨ ਨੂੰ 4 ਤੋਂ ਲੈ ਕੇ 6:30 ਤੱਕ ਹੋਏ ਸਮਾਗਮਾਂ 'ਚ ਉਹ 'ਚ ਅਸੈਸਮੈਂਟ ਲੱਗ ਜਾਂਦੀ ਆ ਉਹ 'ਚ ਮਿਲਣ ਨਾਲ ਕਮੀਆਂ ਪੇਸ਼ੀਆਂ ਕਵਰ ਅਪ ਹੋ ਜਾਂਦੀਆਂ ਨੇ ਅਤੇ ਇਸੇ ਤਰ੍ਹਾਂ ਗੁਰਮਤਿ ਦਾ ਵਿਦਿਆਲਾ ਜੋ ਹੈ ਨਾ ਆਓ ਉਹਦੇ ਵਿੱਚ ਵੀ ਅਸੀਂ ਆਪਣੀ ਇਨਰੋਲਮੈਂਟ ਕਰਾ ਕੇ ਬੱਚਿਆਂ ਨੂੰ ਕੋਰਸ ਕਰਾਈਏ BMA ਦੇ ਇੱਧਰ ਵੀ ਲਾਈਏ ਅਤੇ 30 ਦੀ ਮੀਟਿੰਗ ਵਿੱਚ ਸਫਲਤਾ ਨਾਲ ਕਾਮਯਾਬ ਹੋਈ ਆ ਸੰਦੇਸ਼ਾ ਜਿੱਥੇ ਮਹਾਂਪੁਰਖਾਂ ਦਾ ਆ ਜਾਵੇ ਉੱਥੇ ਫਿਰ ਬਹੁਤਾ ਬੋਲਿਆ ਨਹੀਂ ਜਾਂਦਾ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਜਾ ਰਿਹਾ ਕਿ ਤੁਹਾਡੀ ਬਰਕਤ ਨਾਲ ਸਭ ਕੁਝ ਫਤਿਹ ਹੋਏਗਾ ਆਗਿਆ ਬਖਸ਼ੋ ਸੰਤ ਮਹਾਂਪੁਰਖਾਂ ਦਾ ਸੰਦੇਸ਼ਾ ਛੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਸਮੁੱਚਾ ਇਲਾਕਾ ਨਿਵਾਸੀ ਸੰਗਤਾਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਸਮਾਗਮਾਂ ਦੀ ਵਿਸ਼ੇਸ਼ ਇਕੱਤਰਤਾ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਜੁੜ ਕਰਕੇ ਹਾਜ਼ਰੀਆਂ ਭਰ ਰਹੇ ਹੋ ਇਹ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਥੇਦਾਰ ਬਾਬਾ ਠਾਰਾ ਸਿੰਘ ਜੀ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਗ ਸਿੰਘ ਜੀ
ਇਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਹਰ ਸਾਲ ਤਾਜ਼ਾ ਕਰਨ ਵਾਸਤੇ ਆਪਾਂ ਜੂਨ ਦਾ ਪਹਿਲਾ ਹਫ਼ਤਾ ਸ਼ਹੀਦੀ ਘੱਲੂਘਾਰਾ ਹਫ਼ਤਾ ਇਸੇ ਅਸਥਾਨ 'ਤੇ ਮਨਾਉਂਦੇ ਹਾਂ। ਪਰਸੋਂ ਤੋਂ ਭਾਵ 1 ਜੂਨ ਤੋਂ ਸ਼ਹੀਦੀ ਘੱਲੂਘਾਰਾ ਹਫ਼ਤਾ ਆਰੰਭ ਹੋ ਰਿਹਾ ਹੈ। ਅਖੰਡ ਪਾਠ ਸਾਹਿਬਾਨਾਂ ਦੀ ਲੜੀ ਚੱਲ ਰਹੀ ਹੈ ਸ਼ਹੀਦਾਂ ਦੀ ਯਾਦ ਵਿੱਚ ਲੰਮੇ ਸਮੇਂ ਤੋਂ, ਔਰ 1 ਜੂਨ ਤੋਂ ਲੈ ਕੇ 5 ਜੂਨ ਤੱਕ ਸ਼ਾਮ ਦੇ ਦੀਵਾਨ 4 ਵਜੇ ਤੋਂ 6:30 ਵਜੇ ਤੱਕ ਸਜਿਆ ਕਰਨਗੇ। ਸੰਗਤਾਂ ਦੀ ਬਹੁਤ ਵੱਡੀ ਇਕੱਤਰਤਾ ਹੋ ਜਾਂਦੀ ਹੈ, ਇਸ ਲਈ ਇਲਾਕੇ ਵੱਲੋਂ ਇਹ ਸੁਝਾਅ ਆਇਆ ਹੈ, ਸੰਗਤਾਂ ਦਾ ਹੁਕਮ ਹੈ ਕਿ 5 ਜੂਨ ਸ਼ਾਮ ਦਾ ਦੀਵਾਨ ਵੀ ਇਸੇ ਦੀਵਾਨ ਅਸਥਾਨ ਵਿੱਚ ਲਾਇਆ ਜਾਏਗਾ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਬਾਹਰ ਪਰਿਕਰਮਾ ਵਿੱਚ ਬਰਾਂਡਿਆਂ ਵਿੱਚ ਦੂਰ ਦੂਰ ਤੱਕ ਬੈਠਣ ਨੂੰ ਜਗ੍ਹਾ ਨਹੀਂ ਸੰਗਤਾਂ ਨੂੰ ਮਿਲਦੀ। ਇਸ ਲਈ 5 ਜੂਨ ਸ਼ਾਮ ਦਾ ਦੀਵਾਨ ਵੀ ਇਸ ਵੇਰੀ ਇਸੇ ਦੀਵਾਨ ਅਸਥਾਨ 'ਤੇ ਲਾਇਆ ਜਾਏਗਾ, ਔਰ ਆਪਾਂ ਸਾਰੇ ਇਲਾਕੇ ਦੇ ਵਿੱਚੋਂ ਇਹਨਾਂ ਸ਼ਹੀਦੀ ਦੀਵਾਨਾਂ ਵਿੱਚ ਹੁੰਮ ਹਮਾ ਕੇ ਪਹੁੰਚਿਆ ਕਰਨਾ। 6 ਜੂਨ ਲਈ ਸੰਗਤਾਂ ਦੇ ਬੈਠਣ ਵਾਸਤੇ ਬਹੁਤ ਵੱਡੇ ਇੰਤਜ਼ਾਮ ਕੀਤੇ ਗਏ ਆ। ਲਗਭਗ 400 ਫੁੱਟ ਤੋਂ ਉੱਤੇ ਲੰਬਾਈ ਇਹਨਾਂ ਦੀਵਾਨਾਂ ਦੀ ਰੱਖੀ ਗਈ ਹੈ, ਕਿਉਂਕਿ ਸਾਹਮਣਿਓਂ ਸਾਰੀ ਜੋ ਤਿਆਰੀ ਪ੍ਰਬੰਧਕ ਸਿੰਘਾਂ ਵੱਲੋਂ ਕੀਤੀ ਜਾ ਰਹੀ ਹੈ, ਔਰ ਜੋ ਬਿਲਡਿੰਗਾਂ ਸਨ ਉਹਨਾਂ ਨੂੰ ਪੱਧਰਾ ਕਰਕੇ ਸਾਰੀ ਸਾਫ਼ ਸਫਾਈ ਕਰ ਦਿੱਤੀ ਗਈ ਹੈ, ਔਰ 200 ਫੁੱਟ ਇਸ ਦੀਵਾਨ ਹਾਲ ਦੀ ਲਗਭਗ ਚੌੜਾਈ ਹੈ। ਇਸ ਲਈ ਸੰਗਤਾਂ ਦੇ ਬੈਠਣ ਵਿੱਚ ਬਹੁਤ ਵੱਡੀ ਪਿਛਲੇ ਸਮੇਂ ਵਿੱਚ ਦਿੱਕਤ ਆਉਂਦੀ ਰਹੀ ਹੈ, ਪਰ ਜੋ ਮੈਨੂੰ 20 ਮਈ ਦੀ ਮੀਟਿੰਗ ਜਾਂ ਅੱਜ ਦੀ ਮੀਟਿੰਗ ਦੇ ਵਿੱਚੋਂ ਅਹਿਸਾਸ ਹੋ ਰਿਹਾ ਹੈ, ਸਤਿਗੁਰੂ ਜੀ ਦੀ ਕਿਰਪਾ ਹੋਏਗੀ, ਸ਼ਹੀਦਾਂ ਦੀ ਆਸ਼ੀਰਵਾਦ ਪ੍ਰਾਪਤ ਹੋਏਗੀ ਤਾਂ ਸਾਧ ਸੰਗਤ ਜੀ ਇਹ ਜਗ੍ਹਾ ਵੀ ਬਹੁਤ ਥੋੜ੍ਹੀ ਰਹਿ ਜਾਣੀ ਹੈ, ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਪਹੁੰਚ ਰਹੀ ਹੈ। ਗੁਰਦੁਆਰਾ ਸਾਹਿਬ ਦਾ ਚੁਗਿਰਦਾ ਲਗਭਗ 9 ਤੋਂ 10 ਏਕੜ ਦਾ ਹੈ, ਔਰ ਇੱਥੇ ਵੀ ਸੰਗਤ ਦੇ ਬੈਠਣ ਲਈ ਜਗ੍ਹਾ ਨਹੀਂ ਬਚਦੀ। ਸੋ ਇਸ ਲਈ ਆਪਾਂ ਅਗਲੇ ਸਾਲਾਂ ਨਾਲੋਂ ਵੀ ਇਸ ਵੇਰੀ ਵੱਡੇ ਪ੍ਰਬੰਧ ਕੀਤੇ ਹੈ। ਬਾਕੀ ਮੇਰੀ ਜ਼ਰੂਰੀ ਬੇਨਤੀ ਹੈ ਕਿ ਇੱਕ ਤਾਂ ਲੰਗਰਾਂ ਔਰ ਛਬੀਲਾਂ ਦੇ ਵਿਸ਼ੇਸ਼ ਇੰਤਜ਼ਾਮਾਂ ਲਈ ਧਿਆਨ ਰੱਖਣ ਦੀ ਲੋੜ ਹੈ, ਦੂਸਰਾ ਨਿਗਰਾਨੀ ਕਮੇਟੀ ਜਿਹੜੀ ਆਪਾਂ ਬਣਾਈ ਹੋਈ ਹੈ ਨਿਗਰਾਨ ਸਿੰਘਾਂ ਦੀ, ਕਿਉਂਕਿ ਸਮਾਗਮ ਦੇ ਵਿੱਚ ਹਰ ਜਗ੍ਹਾ ਪ੍ਰਬੰਧਾਂ ਦੀ ਬੜੀ ਭਾਰੀ ਲੋੜ ਹੁੰਦੀ ਹੈ, ਗਰਮੀ ਦਾ ਮੌਸਮ ਹੁੰਦਾ। ਨਿਗਰਾਨੀ ਲੱਖਣ ਰੱਖਣ ਵਾਲੇ ਸਿੰਘਾਂ ਨੂੰ ਬੇਨਤੀ ਹੈ ਕਿ ਥਾਂ ਥਾਂ ਹੀ ਪਹੁੰਚ ਕੇ ਜਿੱਥੇ ਕੋਈ ਕਮੀ ਘਾਟ ਆਉਂਦੀ ਹੈ, ਕੋਈ ਵੀ ਲੋੜ ਆਉਂਦੀ ਹੈ ਸੰਗਤਾਂ ਨੂੰ, ਉਹ ਤੁਰੰਤ ਪੂਰੀ ਕੀਤੀ ਜਾਏ, ਔਰ ਸਟੇਜ ਦੇ ਆਲੇ ਦੁਆਲੇ ਵੀ ਸਾਰੇ ਸਿੰਘ ਆਏ ਹੋਏ ਮਹਾਂਪੁਰਖ ਧਾਰਮਿਕ ਹਸਤੀਆਂ ਸਿੰਘ ਸਾਹਿਬਾਨਾਂ ਰਾਜਸੀ ਹਸਤੀਆਂ ਦਾ ਸਨਮਾਨ ਔਰ ਉਹਨਾਂ ਨੂੰ ਸਟੇਜ 'ਤੇ ਬਿਠਾਉਣਾ ਔਰ ਆਲੇ ਦੁਆਲੇ ਸਾਰੇ ਇੰਤਜ਼ਾਮ ਬਣਾ ਕੇ ਰੱਖਣੇ, ਇਹਦੇ ਲਈ ਵੀ ਵੱਡੀ ਲੋੜ ਹੈ। ਸੋ
ਨਿਗਰਾਨੀ ਕਮੇਟੀ ਜਿਹੜੀ ਹੈ ਸਾਡੀ, ਉਸ ਨੂੰ ਮੈਂ ਬੇਨਤੀ ਕਰਾਂਗਾ ਕਿ ਲੱਕ ਬੰਨ੍ਹ ਕੇ ਜਿਵੇਂ ਪਿਛਲੇ ਸਾਲਾਂ ਦੀ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ, ਉਹ ਸੇਵਾ ਵੀ ਪੂਰੀ ਤਨਦੇਹੀ ਨਾਲ ਮੁਖੀ ਸਿੰਘਾਂ ਨੇ ਨਿਭਾਉਣੀ ਹੈ, ਕੋਈ ਕਮੀ ਪੇਸ਼ੀ ਨਾ ਆਏ। ਪਾਰਕਿੰਗਾਂ ਦੀ ਬੜੀ ਭਾਰੀ ਸੇਵਾ ਬਾਟ ਸਾਹਿਬ ਔਰ ਸਮੁੱਚਾ ਹਰਗੋਬਿੰਦਪੁਰ ਸਾਹਿਬ ਇਲਾਕਾ ਨਿਭਾਉਂਦਾ। ਮੇਰੀ ਬੇਨਤੀ ਹੈ ਕਿ ਕਈ ਵਾਰੀ ਬਾਹਰੋਂ ਗੱਡੀਆਂ ਲਿਆਉਣ ਵਾਲੇ ਸੇਵਾਦਾਰ ਲਿਖਾ ਜ਼ਿਆਦਾ ਜਾਂਦੇ ਹੈ ਔਰ ਲਿਆਉਣ ਲੱਗਿਆਂ ਘੱਟ ਲਿਆਉਂਦੇ ਹੈ, ਫਿਰ ਅੰਦਰ ਆ ਕੇ ਉਸ ਤੋਂ ਵੀ ਵੱਧ ਦੱਸ ਦਿੰਦੇ ਹੈ। ਸੋ ਗੱਡੀਆਂ ਦੀਆਂ ਪਾਰਕਿੰਗਾਂ ਕਰਨ ਵਾਲੇ ਸਿੰਘਾਂ ਨੂੰ ਬੇਨਤੀ ਆ, ਉਹ ਸਾਰੀ ਗਿਣਤੀ ਧਿਆਨ ਵਿੱਚ ਰੱਖਣ, ਕਿਉਂਕਿ ਉਹਨਾਂ ਦੀ ਸੇਵਾ ਵੀ ਕਰਨੀ ਹੁੰਦੀ ਹੈ, ਉਹਨਾਂ ਦੀ ਲੋੜ ਅਨੁਸਾਰ ਕਿਸੇ ਨੂੰ ਤੇਲ ਪਾਣੀ ਵੀ ਦੇਣਾ ਪੈਂਦਾ ਹੈ। ਇਸ ਕਰਕੇ ਉਸ ਬੰਨੇ ਵੀ ਥੋੜ੍ਹਾ ਧਿਆਨ ਬਾਠ ਸਾਹਿਬ ਸਰਦਾਰ ਤ੍ਰਿਲੋਕ ਸਿੰਘ ਜੀ ਬਾਠ ਜੀ ਨੂੰ ਬੇਨਤੀ ਹੈ ਕਿ ਉਹਦਾ ਵੀ ਖਿਆਲ ਰੱਖਣ। ਜੋੜਿਆਂ ਵਾਲੇ ਸਿੰਘ ਜੋੜੇ ਘਰਾਂ ਦੇ ਵਿੱਚ ਵੀ ਬਹੁਤ ਸੁਚੱਜੇ ਢੰਗ ਨਾਲ ਸੇਵਾਵਾਂ ਨਿਭਾਉਂਦੇ ਹੈ, ਹੋਰ ਵੀ ਵੱਡੇ ਪ੍ਰਬੰਧ ਕੀਤੇ ਜਾਣ। ਔਰ ਇਸ ਦੇ ਨਾਲ ਨਾਲ ਮੈਂ ਸਾਰੇ ਇਲਾਕੇ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਲੱਕ ਬੰਨ੍ਹ ਕੇ ਇਹ ਸੇਵਾਵਾਂ ਕਰਨੀਆਂ, ਔਰ ਜਿਵੇਂ ਇੱਥੇ ਸੁਝਾਅ ਦਿੱਤਾ ਗਿਆ ਪਿੰਡੋ ਪਿੰਡੀ ਹਰ ਮਾਈ ਭਾਈ 6 ਦਿਨ ਲਗਾਤਾਰ ਪੂਰਾ ਸ਼ਹੀਦੀ ਹਫ਼ਤਾ ਸਾਰੀ ਸੰਗਤ ਇਸ ਅਸਥਾਨ 'ਤੇ ਹਾਜ਼ਰੀ ਭਰੇ, ਇੱਥੇ ਹੀ ਸਾਰਿਆਂ ਨੇ ਲੰਗਰ ਜਲ ਪਾਣੀ ਛਕਣਾ, ਇੱਥੇ ਹੀ ਕਥਾ ਕੀਰਤਨ ਸੁਣਨਾ ਔਰ ਇੱਥੇ ਆ ਕੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ। ਇਹ ਮੇਰੀ ਬੇਨਤੀ ਹਰ ਘਰ ਵਿੱਚੋਂ ਹਰ ਮਾਈ ਭਾਈ ਸ਼ਹੀਦੀ ਸਮਾਗਮਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਪੂਰਾ ਘੱਲੂਘਾਰਾ ਸ਼ਹੀਦੀ ਹਫ਼ਤਾ ਆਪਾਂ ਸ਼ਹੀਦਾਂ ਦੇ ਸਤਿਕਾਰ ਲਈ ਮਨਾਉਣਾ, ਕਿਉਂਕਿ ਇਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਉਹਨਾਂ ਸ਼ਹੀਦਾਂ ਦਾ ਘਰ ਹੈ, ਉਹਨਾਂ ਸ਼ਹੀਦਾਂ ਦੀ ਕਰਮ ਭੂਮੀ ਹੈ ਔਰ ਉਹਨਾਂ ਸ਼ਹੀਦਾਂ ਦਾ ਆਪਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਘਰ ਵਿੱਚ ਮਨਾ ਰਹੇ ਹਾਂ। ਇਸ ਲਈ ਆਪਣਾ ਫਰਜ਼ ਹੈ ਕਿ ਆਪਾਂ ਪੂਰਾ ਘੱਲੂਘਾਰਾ ਸ਼ਹੀਦੀ ਹਫ਼ਤਾ ਜੂਨ 84 ਦੇ ਸ਼ਹੀਦਾਂ ਦਾ ਜੋ ਅਸਲੀ ਘਰ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਇਸ ਅਸਥਾਨ 'ਤੇ ਪੂਰੇ ਉਤਸ਼ਾਹ ਨਾਲ ਮਨਾਈਏ ਔਰ ਸੇਵਾਵਾਂ ਕਰਕੇ ਆਪਣਾ ਜੀਵਨ ਸਫਲ ਕਰੀਏ। ਅੱਜ ਦੀ ਵਿਸ਼ੇਸ਼ ਇਕੱਤਰਤਾ ਦੇ ਵਿੱਚ ਮੈਂ 2 ਬੇਨਤੀਆਂ ਹੋਰ ਕਰਨੀਆਂ ਹਨ ਕਿ ਇੱਕ ਤਾਂ 6 ਜੂਨ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਹੀ 27, 28, 29 ਜੂਨ ਨੂੰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ 50 ਸਾਲਾ ਸੱਚਖੰਡ ਗਮਨ ਦਿਹਾੜਾ ਆ ਰਿਹਾ ਔਰ ਇਸੇ ਅਸਥਾਨ 'ਤੇ ਉਹਨਾਂ ਨੇ ਅੱਜ ਤੋਂ 50 ਸਾਲ ਪਹਿਲਾਂ ਆਪਣਾ ਸਰੀਰ 5 ਭੌਤਿਕ ਸਰੀਰ ਤਿਆਗ ਕੇ ਸੱਚਖੰਡ ਗਮਨ ਕੀਤਾ ਸੀ ਔਰ ਉਹਨਾਂ ਮਹਾਂਪੁਰਖਾਂ ਦੀ ਮਹਾਨ ਕਰਨੀ ਦੀ ਬਦੌਲਤ ਇਹ ਅਸਥਾਨ ਦਮਦਮੀ ਟਕਸਾਲ ਦਾ ਹੈੱਡਕੁਆਟਰ ਬਣਿਆ। ਇਸ ਲਈ ਇਸ ਵੇਰੀ 27, 28, 29 ਜੂਨ ਨੂੰ ਯਾਦ ਰੱਖਿਓ ਕਿ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ 50 ਸਾਲਾ ਸੱਚਖੰਡ ਗਮਨ ਦਿਹਾੜਾ ਆ ਰਿਹਾ, ਜਿਹਦੇ ਵਿੱਚ ਆਪਾਂ ਇਸੇ ਦੀਵਾਨ ਹਾਲ ਵਿੱਚ, ਗਰਮੀ ਦੀ ਰੁੱਤ ਹੋਣੀ ਹੈ ਇਸ ਲਈ
27 ਤਰੀਕ ਨੂੰ ਕਵੀ ਦਰਬਾਰ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਰਾਤ ਨੂੰ ਰੱਖਿਆ ਜਾਏਗਾ। ਪੰਥ ਦੇ ਉੱਚ ਕੋਟੀ ਦੇ ਮਹਾਨ ਕਵੀ ਗੁਰੂ ਕਾ ਜਸ ਆਪ ਸੰਗਤਾਂ ਨੂੰ ਇਸ ਦੀਵਾਨ ਹਾਲ ਵਿੱਚ ਸਰਵਣ ਕਰਵਾਉਣਗੇ। ਕਵੀ ਦਰਬਾਰ ਵੀ ਉਹਨਾਂ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ, ਕਿਉਂਕਿ ਜਿੱਥੇ ਮਹਾਂਪੁਰਖ ਉੱਚ ਕੋਟੀ ਦੇ ਵਿਦਵਾਨ ਵਿਦਿਆ ਮਾਰਤਨ ਸਨ, ਉੱਥੇ ਕਾਵਿ ਦੇ ਖੇਤਰ ਵਿੱਚ ਵੀ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ, ਕਿਉਂਕਿ ਉਹਨਾਂ ਨੇ ਕਾਵਿ ਦੇ ਵਿੱਚ ਹੀ, ਕਵਿਤਾ ਦੇ ਵਿੱਚ ਹੀ 10 ਗੁਰੂ ਸਾਹਿਬਾਨਾਂ ਦਾ, ਸ਼ਹੀਦਾਂ ਦਾ, ਸਿੱਖ ਲਹਿਰਾਂ ਦਾ ਸਾਰਾ ਪ੍ਰਸੰਗ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ, ਔਰ ਉਸ ਤੋਂ ਅੱਗੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜੀਵਨ ਵੀ ਸਾਰਾ ਕਾਵਿ ਵਿੱਚ ਹੀ ਅੰਕਿਤ ਕੀਤਾ ਹੈ। ਔਰ ਉਹਨਾਂ ਨੂੰ ਜਦੋਂ ਵੱਡੇ ਸੰਤਾਂ ਨੇ ਹੁਕਮ ਕੀਤਾ ਸੀ ਭਰੇ ਸਿੰਘਾਂ ਦੇ ਇਕੱਠ ਵਿੱਚ ਕਿ ਜਪਜੀ ਸਾਹਿਬ ਜੀ ਦਾ 5 ਮਿੰਟਾਂ ਵਿੱਚ ਸਿਧਾਂਤ ਸੁਣਾਓ, ਤਾਂ ਵੱਡੇ ਵੱਡੇ ਵਿਦਵਾਨ ਵੀ 5 ਮਿੰਟਾਂ 'ਚ ਉਹ ਸਿਧਾਂਤ ਨਹੀਂ ਸੁਣਾ ਸਕੇ ਸਨ। ਉਹਨਾਂ ਨੇ ਜਪਜੀ ਸਾਹਿਬ ਜੀ ਦਾ ਸਿਧਾਂਤ ਕਵਿਤਾ ਦੇ ਵਿੱਚ 3.5 ਮਿੰਟਾਂ ਵਿੱਚ ਹੀ ਸੁਣਾ ਦਿੱਤਾ ਸੀ। ਸਮੇਂ ਦੀ ਇੰਨੀ ਕਦਰ ਉਹ ਮਹਾਂਪੁਰਖ ਕਰਦੇ ਸਨ, 1.5 ਮਿੰਟ ਵੀ ਵਿੱਚੋਂ ਬਚਾ ਤਾ। ਅੱਜ ਮੈਨੂੰ ਭਾਰੀ ਖੁਸ਼ੀ ਹੋਈ ਹੈ ਕਿ ਤੁਸੀਂ ਅੱਜ ਬਹੁਤ ਸੀਮਿਤ ਸਮੇਂ ਦੇ ਵਿੱਚ ਸਾਰੇ ਬੁਲਾਰੇ ਬੋਲੇ ਹੋ, ਬੜਾ ਥੋੜ੍ਹਾ ਸਮਾਂ ਲਿਆ ਔਰ ਸਾਰਿਆਂ ਦੀ ਲਗਭਗ ਹਾਜ਼ਰੀ ਲੱਗੀ ਹੈ। ਇਹ ਪਹਿਲੀ ਵਾਰ ਹੋਇਆ, ਨਹੀਂ ਤਾਂ ਸਾਡੀ ਮੀਟਿੰਗ 4-4 5-5 ਘੰਟੇ ਦੀ ਲਮੇਰੀ ਹੋ ਜਾਂਦੀ ਹੈ। ਪਰ ਸਾਰੇ ਵੀਰ, ਸਾਰੇ ਪ੍ਰਬੰਧਕ, ਸਾਰੇ ਮਹਾਂਪੁਰਖ ਬੋਲੇ ਵੀ ਬਹੁਤ ਸੋਹਣਾ ਔਰ ਬੋਲੇ ਵੀ ਬੜੇ ਸੀਮਿਤ ਸ਼ਬਦਾਂ ਵਿੱਚ, ਅਤੇ ਸਾਰਿਆਂ ਨੇ ਥੋੜ੍ਹੇ ਸਮੇਂ ਵਿੱਚ, ਮੇਰਾ ਖਿਆਲ ਹੈ 20-25 ਬੁਲਾਰੇ ਆਪਾਂ ਭੁਗਤਾਏ ਅਤੇ 1 ਘੰਟਾ 10 ਮਿੰਟ ਹੀ ਸਾਨੂੰ ਲੱਗੇ ਹੈ। ਇਹ ਪਹਿਲੀ ਵਾਰ ਇਸ ਮੀਟਿੰਗ ਦੇ ਵਿੱਚ ਹੋਇਆ, ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਉਹਨਾਂ ਮਹਾਂਪੁਰਖਾਂ ਨੇ ਬਹੁਤ ਸੁੰਦਰ ਕਾਵਿ ਲਿਖੀ ਹੈ, ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਮੌਜੂਦ ਹੈ। ਉਹਨਾਂ ਦੀ ਯਾਦ ਵਿੱਚ ਕਵੀ ਦਰਬਾਰ ਆਪਾਂ 27 ਤਰੀਕ ਰਾਤ ਨੂੰ ਇੱਥੇ ਰੱਖਾਂਗੇ, 28 ਤਾਰੀਖ ਨੂੰ ਢਾਡੀ ਦਰਬਾਰ, 29 ਤਰੀਕ ਨੂੰ ਦਿਨੇ ਮੁੱਖ ਸਮਾਗਮ, 50 ਸਾਲਾਂ ਉਹਨਾਂ ਦੇ ਸੱਚਖੰਡ ਗਮਨ ਦਾ ਇੱਥੇ ਕੀਤਾ ਜਾਏਗਾ। ਫਿਰ ਉਸ ਤੋਂ ਅੱਗੇ ਆਪਾਂ ਦਮਦਮੀ ਟਕਸਾਲ ਦਾ ਜੋ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉਹਦਾ 50 ਸਾਲਾਂ ਅਕਤੂਬਰ ਵਿੱਚ ਦਿਵਾਲੀ ਤੋਂ ਪਹਿਲਾਂ ਆ ਰਿਹਾ, ਲਗਭਗ 22-23-24-25 ਅਕਤੂਬਰ ਨੂੰ। ਹੁਣੇ ਯਾਦ ਕਰ ਲਓ ਇਹ ਡੇਟਾਂ, 22-23-24-25 ਅਕਤੂਬਰ ਨੂੰ 4 ਦਿਨ ਦੇ ਵੱਡੇ ਸਮਾਗਮ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ ਸਥਾਪਨਾ ਦੇ ਆਪਾਂ ਇੱਥੇ ਉਹ ਸਮਾਗਮ ਕਰਨ ਜਾ ਰਹੇ ਹਾਂ। ਉਹਨਾਂ ਵਿੱਚ ਵੀ ਸਾਰੇ ਇਲਾਕੇ ਨੇ ਵੱਧ ਚੜ੍ਹ ਕੇ ਸਹਿਯੋਗ ਵੀ ਦੇਣਾ ਔਰ ਹਾਜ਼ਰੀਆਂ ਵੀ ਭਰਨੀਆਂ। ਇਹ ਤਾਂ 2 ਵਿਸ਼ੇਸ਼ ਬੇਨਤੀਆਂ ਕੀਤੀਆਂ ਗਈਆਂ ਕਿ ਸਮੁੱਚਾ ਇਲਾਕਾ ਜੁੜਿਆ ਹੋਇਆ, ਸਾਰੇ ਇਲਾਕੇ ਦੇ ਸਹਿਯੋਗ ਤੋਂ ਬਿਨਾਂ ਇਹ ਵੱਡੀਆਂ ਸੇਵਾਵਾਂ ਨਹੀਂ ਹੋ ਸਕਦੀਆਂ। ਇਸ ਲਈ ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀ ਵੀ ਭਰਨੀ ਹੈ, ਸੇਵਾਵਾਂ ਵੀ ਕਰਨੀਆਂ ਹਨ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨਵੰਬਰ ਵਿੱਚ ਆ ਰਹੀ ਹੈ। ਦਮਦਮੀ ਟਕਸਾਲ ਵੱਲੋਂ, ਸਮੁੱਚੇ ਸੰਤ ਸਮਾਜ ਵੱਲੋਂ,
ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਦਿੰਦੇ ਹਾਂ। ਉਸ ਸ਼ਤਾਬਦੀ ਵਿੱਚ ਵੀ ਅਸੀਂ ਆਪਣਾ ਵੱਡਾ ਯੋਗਦਾਨ ਪਾਉਣਾ ਸਾਰਿਆਂ ਨੇ, ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਮੈਂ ਸਾਰੇ ਇਲਾਕੇ ਦੀ ਆਈ ਸੰਗਤ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਔਰ ਸਾਡੀਆਂ ਬਹੁਤ ਹੀ ਧਾਰਮਿਕ ਹਸਤੀਆਂ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਮੱਖਣ ਭਿੰਡੀ ਵਾਲੇ, ਜਿਨ੍ਹਾਂ ਮਹਾਂਪੁਰਖਾਂ ਦਾ ਬੜਾ ਵੱਡਾ ਯੋਗਦਾਨ ਗੁਰੂ ਘਰਾਂ ਦੀਆਂ ਸੇਵਾਵਾਂ ਵਿੱਚ, ਸਾਦਗੀ ਦੀ ਤਿਆਗ ਦੀ ਮੂਰਤ ਮਹਾਂਪੁਰਖ, ਔਰ ਜੋ ਸਾਨੂੰ ਇਹਨਾਂ ਸਮਾਗਮਾਂ ਵਿੱਚ ਬਹੁਤ ਵੱਡਾ ਸਹਿਯੋਗ ਦਿੰਦੇ ਹੈ। ਇਸ ਵੇਰੀ ਵੱਡਾ ਲੰਗਰ ਲਾਉਣ ਦੀ ਵੀ ਸੇਵਾ ਬਾਬਾ ਜੀ ਦੇ ਨਾਲ ਸੰਤ ਬਾਬਾ ਕਮਲਜੀਤ ਸਿੰਘ ਜੀ ਨਾਗੀਆਣਾ ਸਾਹਿਬ, ਸੰਤ ਬਾਬਾ ਗੁਰਭੇਟ ਸਿੰਘ ਜੀ ਮੁੱਖ ਬੁਲਾਰੇ ਸੰਤ ਸਮਾਜ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਨਵਤੇਜ ਸਿੰਘ ਜੀ ਚੇਲਿਆਣਾ ਸਾਹਿਬ, ਸੰਤ ਬਾਬਾ ਸੁਵਿੰਦਰ ਸਿੰਘ ਜੀ ਟਾਹਲੀ ਸਾਹਿਬ, ਇਹ ਸਾਰੇ ਮਹਾਂਪੁਰਖ ਲੰਗਰ ਦੀ ਸੇਵਾ ਵੀ ਕਰਨ ਜਾ ਰਹੇ ਆ ਵੱਡੀ ਪੱਧਰ 'ਤੇ, ਔਰ ਸੰਗਤਾਂ ਨੂੰ ਵੀ ਲਿਆ ਰਹੇ ਹੈ। ਸੋ ਮੈਂ ਇਹਨਾਂ ਸਾਰੇ ਮਹਾਂਪੁਰਖਾਂ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ, ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਦਾ, ਜਥੇਦਾਰ ਬਾਬਾ ਅਜੀਤ ਸਿੰਘ ਜੀ ਦਾ, ਇਸੇ ਹੀ ਤਰ੍ਹਾਂ ਜਥੇਦਾਰ ਭਾਈ ਭੁਪਿੰਦਰ ਸਿੰਘ ਜੀ ਕਾਲਮਾ, ਸੰਤ ਬਾਬਾ ਲੱਖਾ ਸਿੰਘ ਜੀ ਵੱਲੋਂ ਉਹਨਾਂ ਦੇ ਸਪੁੱਤਰ ਭਾਈ ਤਰਸੇਮ ਸਿੰਘ ਜੀ ਪਹੁੰਚੇ ਹੈ, ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਔਰ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਆਏ ਹੈ, MLA ਸਾਹਿਬ ਆਏ ਹੈ, ਮੈਂ ਸਭ ਦਾ ਹੀ ਹਾਰਦਿਕ ਤੌਰ 'ਤੇ ਸਮੁੱਚੇ ਰੂਪ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ। ਲੰਗਰ ਤਿਆਰ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਲੰਗਰ ਛੱਕ ਕੇ ਜਾਣਾ, ਔਰ ਠੰਡੇ ਜਲ ਦੀ ਵੀ ਛਬੀਲ ਤਿਆਰ ਹੈ, ਚਾਹ ਦੀ ਵੀ, ਗਰਮ ਜਲ ਦੀ ਵੀ ਤਿਆਰੀ ਹੈ, ਸਾਰਿਆਂ ਨੇ ਲੋੜ ਅਨੁਸਾਰ ਜੋ ਵੀ ਤਿਆਰ ਹੈ ਸਭ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਸੰਗਤਾਂ ਨੇ ਸ਼ਰਦਾਈ ਛਕਣੀ ਹੈ, ਸ਼ਰਦਾਈ ਦਾ ਰਗੜਾ ਲਾਇਆ ਹੋਇਆ ਸਿੰਘਾਂ ਵੱਲੋਂ, ਤਾਂ ਤੁਸੀਂ ਠੰਡੀ ਸ਼ਰਦਾਈ ਵੀ ਛਕ ਸਕਦੇ ਹੋ, ਸਾਰੀ ਸੇਵਾ ਤੁਹਾਡੇ ਲਈ ਹਾਜ਼ਰ ਹੈ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਆਪ ਜੀ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ। ਹੁਣ ਆਪਾਂ ਮੀਟਿੰਗ ਦੀ ਸਮਾਪਤੀ 'ਤੇ 5 ਵਾਰੀ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ। ਇੱਕ ਫੋਟੋ ਪ੍ਰੈਸ ਨੂੰ ਦੇਣੀ ਹੈ, ਮੂਲ ਮੰਤਰ ਤੋਂ ਬਾਅਦ ਫਿਰ ਸਾਰੇ ਆਪਾਂ ਇੱਕ ਥਾਂ ਬੈਠ ਕੇ ਉਹ ਫੋਟੋ ਵੀ ਖਿਚਵਾਉਣੀ ਹੈ। ਜੋ 22 ਮਈ ਨੂੰ ਮੀਟਿੰਗ ਹੋਈ ਸੀ, ਉਸ ਮੀਟਿੰਗ ਜਿੰਨਾ ਹੀ ਥਾਂ ਅੱਜ ਸੰਗਤ ਨੇ ਫਿਰ ਦੁਬਾਰਾ ਇੱਥੇ ਇਕੱਤਰਿਤ ਹੋ ਕੇ ਉਹ ਥਾਂ ਪੂਰਾ ਭਰ ਦਿੱਤਾ। ਸੋ ਇਹ ਤੁਹਾਡਾ ਬਹੁਤ ਵੱਡਾ ਉਤਸ਼ਾਹ ਹੈ, ਸੋ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ
ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।